ਮੇਰੀਆਂ ਕੱਟੀਆਂ ਬੱਕ ਹੋ ਜਾਂਦੀਆਂ ਡੇਡ ਡੋ 2-2 ਸਾਲ ਪਹਿਲੇ ਸਿਲੰਡਰ ਦੇ ਵਿੱਚ ਟੀਕੇ ਪਾਏ ਆ ਲੋਕ ਉਹ ਯੂਜ਼ ਕਰਦੇ ਵੀ ਤੂੰ ਇਹਦੇ ਟੀਕਾ ਕਿਹੜਾ ਪਰਣਾ ਮੈਂ ਫਲਾਣੇ ਝੋਟੇ ਦਾ ਪਰਣਾ ਹੈ ਹਜੇ ਉਹ ਟੀਕਾ ਪਰਣਾ ਹੁੰਦਾ ਮਾਂ ਦੇ ਪੇਟ 'ਚ ਜਾਣਾ ਹੁੰਦਾ ਸਪਰਮ ਨੇ ਫਿਰ ਉਹਨੇ ਬੱਚਾ ਵੱਡਣਾ ਹੁੰਦਾ ਫਿਰ ਉਹਨੇ ਫੀਮੇਲ ਦਾ ਰੂਪ ਵੀ ਧਾਰਨਾ ਦਾ ਹੋ ਜਾਂਦਾ ਕੱਟਾ ਦੇ ਤੇ ਉਹ ਕੱਟੀ ਪਹਿਲੀ ਬੱਕ ਹੋਈ ਵੀ ਹੁੰਦੀ ਇਹਨਾਂ ਦੀ 2-2 ਸਾਲ ਮੰਨ ਲਓ ਜਿਦੋਂ ਮੈਂ ਕਹਿੰਦਾ ਹੁੰਦਾ ਸੀ ਵੀ ਮੱਜਾਂ ਦੇ ਵਿੱਚੋਂ ਪੈਸੇ ਵਜਦਾ ਲੋਕ ਮਜ਼ਾਕ ਖੇਦੇ ਸੀਗੇ ਅੱਡੇ ਦੇ ਉੱਤੇ ਲੋਕ ਆਪ ਮੰਨਦੇ ਸੀਗੇ ਬਹੁਤੇ ਤਾਂ ਹੁਣ ਵੀ ਥੱਲੇ ਕਮੈਂਟ ਆਉਂਦੇ ਹਾਂਜੀ ਹਾਂਜੀ ਪਿੰਦੀ ਦਾ ਲੋਟ ਆ ਗਿਆ ਲੋਟ ਆ ਕੜਾ ਲੋਟ ਆ ਗਿਆ ਕੜਾ ਲੋਟ ਆ ਗਿਆ ਹਾਂ ਮੈਂ ਦੱਸ ਹੈ ਕਿ ਝੋਟੀਆਂ ਵੇਚਦਾ ਦੱਸ ਹੈ ਐਵਰੇਜ ਮੇਰੀ 15 ਲੱਖ ਰੁਪਏ ਦੀ ਯਕੀਨ ਨਹੀਂ ਹੈ ਤੇ ਜੇ 15 ਲੱਖ ਨੂੰ ਵੀ ਆਪਾਂ ਲਾਈਏ ਸਵਾ ਲੱਖ ਰੁਪਿਆ ਐਵਰੇਜ ਢਲ ਗਈ ਵੀਰੇ ਆਪਣੀ ਇੱਕ ਤਨਖਾਹ ਹੋ ਗਈ ਸਵਾ ਲੱਖ ਰੁਪਿਆ ਕਿਉਂਕਿ ਮੈਂ ਕਾਮਯਾਬ ਹੋਣ ਦਾ ਤਾਂ ਮੈਂ ਰੀਜਨ ਦੱਸਦਾ ਵੀ ਮੈਂ ਘਰੋਂ ਨਾ ਤਾਂ ਪੈਸਾ ਫੜਿਆ ਨਹੀਂ ਮੈਨੂੰ ਘਰਦਿਆਂ ਨੇ ਆਖਿਆ ਵੀ ਦੇ हां वो ਗੱਲ ਜਰੂਰ ਹੁੰਦੀ ਸੀ ਜਦੋਂ ਮੇਰੇ ਕੋਲੇ ਪੈਸੇ ਵੱਧ ਬਣਨੇ ਤੇ ਮੈਂ ਖਰੀਦਣੇ ਸੀ ਭਾਈ ਮੈਂ ਮੈਂ ਕੀ ਕਰਨਾ ਸੀ ਠੀਕ ਹੈ ਨਾਲ ਤਾਂ ਘਰਦਿਆਂ ਨੂੰ ਆੜਤੀਆਂ ਕੋਲੇ ਜਾਣਾ ਬੰਦ ਕਰਤਾ ਇੱਕ ਸਾਲ ਦੇ ਵਿੱਚ ਹੀ ਜਿਹੜੀ ਹਰ ਵਾਰੀ ਆੜਤੀ ਆਉਂਦਾ ਨਾਲੇ ਸੌਦਿਆਂ ਦੇ ਕਿਤੇ ਇਹਨਾਂ ਨੇ ਨਹੀਂ ਦਿੱਤੇ ਨੀ ਕੋਈ ਟਰੈਕਟਰ ਨੂੰ ਨਹੀਂ ਦਿੱਤਾ ਕੋਈ ਤੇਲ ਪਾਣੀ ਸਭ ਕੁਝ ਸੀ ਖਰਚੇ ਬੰਦ ਕਰਤੇ ਫਾਰਮ ਨੇ ਦੀ ਵੇਚ ਕੇ ਤਾਲੀ ਮੱਝਾਂ ਬਣਾਤੀਆਂ हां जी ਭਾਈ ਕੁੱਤੇ ਕੁੱਤਿਆਂ ਤੋਂ ਬਣਾਈਆਂ ਬਿਲਕੁਲ ਮੰਨਣ ਜੋਗਾ ਸਭ ਤੋਂ ਜਿਆਦਾ ਚੰਗਾ ਸਹਿਕ ਤੰਦਾ ਹੈਗਾ ਜੀ ਮੱਝਾਂ ਦੇ ਇਹ ਬਲੈਕ 골ਡ ਪਰ ਇਹਦੀ ਪਰਖ ਕਰਨੀ ਬਣਦੀ ਹੈ ਇਹ ਆਪਾਂ ਨੂੰ ਪਰਜੋਰਗਣੇ ਬਲੈਕ 골ਡ ਦਿੱਤਾ ਸੀ ਪਰ ਇਹਦੀ ਪਹਿਚਾਨ ਆਪਾਂ ਨੂੰ ਜਿਹੜੇ ਘਰਦਿਆਂ ਨੇ ਨਹੀਂ ਕਰਨ ਦਿੱਤੀ ਅੱਜ ਬੰਦੇ ਨੂੰ ਕਹਿ ਦੋ ਵੀ ਤੈਨੂੰ 15 ਤੋਂ 20000 ਜੌਬ ਦੇ ਵਿੱਚ ਲਵਾਵਾਂ ਉਹ ਪਮਨ ਦੀ 10 ਕਿੱਲਾਂ ਨਾਲ ਹੋਵੇ ਉਹ ਤੈਨੂੰ ਕੋ 20000 ਰੁਪਇਆ ਠੀਕ ਹੈ ਉਹ 20000 ਨੂੰ ਜੌਬ ਦੇ ਨਾਂ ਦੇ ਉੱਤੇ ਬਾਹਰੋਂ ਜੇ ਪੈਸਾ ਆਉਂਦਾ 20000 ਨੂੰ ਬਹੁਤ ਵੱਡਾ ਮੰਨਦੇ ਆ ਸਮਾਨ ਹੁੰਦਾ ਸੀ ਉਹ ਹਰ ਕੁੜੀ ਦਾ ਪਹਿਲੀ ਮਾਂ ਪਿਓ ਦੇ ਕੋਲੇ ਜੁੜਿਆ ਪਉਂਦਾ ਹੀ ਮਾਵਾ ਦੇ ਕੋਲੇ ਠੀਕ ਹੈ ਅੱਜ ਕੱਲ ਆਏ ਦੇਖੋ ਵੀ ਕਿਹਦੇ ਕਰੇ ਇੱਕ ਦਰੀ ਨਹੀਂ ਕਿਸੇ ਦੇ ਕੋਲੇ ਜੋੜੀ ਵੀ ਹੁਣੀ ਉਹ ਵੀ ਹਰ ਚੀਜ਼ ਮੁੱਲ ਲੈਣੀ ਆ ਠੀਕ ਆ ਉਹ ਪਸ਼ੂਆਂ ਦੇ ਨਾਲ ਹੀ ਆਉਂਦਾ ਸੀ ਹਿੰਦੀ ਸਿੱਧੂ ਲਈ ਇਹ ਮੱਜਾਂ ਦਾ ਫਾਰਮ ਆ ਜਿਹੜਾ ਹਾਂਜੀ ਸਹਾਇਕਤਾ ਨਹੀਂ ਜੀ ਬਿਜ਼ਨਸ ਦੀ ਟਾਪ ਦਾ ਆਪਣੇ ਮਾਪਿਓਂ ਨੇ ਜਿਹੜੀ ਥਿਊਰੀ ਦੇਣ ਲੱਗੇ ਹਰ ਇੱਕ ਜਵਾਬ ਨੂੰ ਪੜ੍ਹਦਾ ਤੈਨੂੰ ਬਾਹਰ ਭੇਜਾਂਗੇ ਤੈਨੂੰ ਐ ਕਰ ਲਾਂਗੇ ਇਹਦੇ ਵਿੱਚ ਕੀ ਆ ਇੱਥੇ ਘੱਟੇ ਸਨਣੇ ਆ ਇੱਥੇ ਪਿੰਡਾਂ 'ਚ ਕੁਝ ਨਹੀਂ ਰੱਖਿਆ ਕੁਝ ਨਹੀਂ ਜਾਨੀ ਕਿ ਉਹਨਾਂ ਨੇ ਇੱਕ ਤਰ੍ਹਾਂ ਬੁਨਿਆਦ ਹੀ ਖਤਮ ਕਰ ਲਈ ਜੇ ਬੁੱਧਵਾਰ ਨੂੰ ਸੂਪੀ ਬੱਧੂ ਠੀਕ ਆ ਮੰਗਲਵਾਰ ਨੂੰ ਸੂਪੀ ਮਗਲੂ ਬੀਰੂ ਇਸ ਤਰ੍ਹਾਂ ਨਾਂ ਧਰ ਲੈਂਦੇ ਹੁੰਦੇ ਸੀ ਬੱਚਿਆਂ ਦੇ ਜਿਹੜੇ ਦਿਨ ਸੁੰਦੀ ਹੈ ਜਿਵੇਂ ਰੱਬ ਕੰਨੂਆ ਵੀ ਮੇਰੇ ਕੰਨਾਂ ਦੇ ਵਿੱਚ ਕੋਈ ਗੱਲ ਪੈਣੀ ਹੈ ਮੇਰੇ ਕੁੱਤਿਆਂ ਦਾ ਇੰਪੋਰਟ ਦਾ ਤੁਹਾਨੂੰ ਪਤਾ ਜਾਦੇ ਸੀਗਾ ਸਭ ਤੋਂ ਜ਼ਿਆਦਾ ਮਹਿੰਗੇ ਕੁੱਤੇ ਇੰਪੋਰਟ ਉਹ ਵੀ ਆਪਾਂ ਕਰਵਾਏ ਉਹ ਵੀ ਅੱਜ ਵੀ ਆਪਣੇ ਨਾਂ ਤੇ ਰਿਕਾਰਡ ਹੈ ਆਪਾਂ ਬਰੀਡ ਦੇ ਵਿੱਚ ਗੰਦ ਨਹੀਂ ਪਾਇਆ ਇੰਪੋਰਟ ਕੁੱਤੇ ਅੱਜ ਵੀ ਜਿਹੜਾ ਸੀ 30 ਲੱਖ ਦਾ ਮੰਗਾਇਆ ਸੀ ਉਹ ਤੋਂ ਇੱਕ ਕੁੱਤੀ ਵੀ ਨਹੀਂ ਭرائی ਵੀ ਆਪਾਂ ਜਿਵੇਂ ਹੁਣ ਮਗਰ ਦਾਦੇ ਵੀ ਕਹਿੰਦੇ ਹੁੰਦੇ ਸੀ ਪਹਿਲਾਂ ਵੀ ਜਿਹੜਾ ਇੱਕ ਦੁੱਧ ਹੀ ਆ ਕੱਲਾ ਵੀ ਜਿਹੜਾ ਮੰਨ ਲਓ ਵੀ ਕੁਛ ਮਰਜ਼ੀ ਹੋ ਜੇ ਪਾਉਂਦੀ ਦੁਨੀਆ ਤੇ ਜੰਗ ਲੱਗ ਜਾਏ ਦੁੱਧ ਦੀ ਜ਼ਰੂਰਤ ਡੇਲੀ ਪੈਣੀ ਪੈਣੀ ਹੈ ਠੀਕ ਹੈ ਜਿਹੜੀ ਚੀਜ਼ ਦੀ ਡੇਲੀ ਜ਼ਰੂਰਤ ਪੈਣੀ ਆ ਵੀ ਆਪਾਂ ਉਹਤੇ ਕਿਉਂ ਨਹੀਂ ਕੰਮ ਕਰਦੇ ਕੁੱਤਿਆਂ ਤੇ 4 ਲੱਖ ਆ ਗਿਆ ਮੈਂ 2.5 ਲੱਖ ਦੀ ਮੱਝ ਲੈ ਲਈ ਨੀ 2017 ਦੀ 13 ਜਨਵਰੀ ਨੂੰ ਪਹਿਲੀ ਮੱਝ ਲਿਆ ਨਾਲੇ ਰਸਤੇ ਦੇ ਵਿੱਚ ਬੱਚਾ ਆ ਮਰਿਆ ਦੂਜੀ ਮੱਝ ਮੈਂ ਫਰਵਰੀ ਮਾਰਚ ਦੇ ਲਗਭਗ ਲੈ ਆ ਉਹਦਾ ਬੱਚਾ ਨਾਲ ਸਹੀ ਸਲਾਮਤ ਆ ਗਿਆ ਉਹ 7 ਮਹੀਨੇ ਦੀ ਗੱਭਣ ਹੋ ਕੇ ਫਲ ਛੱਟ ਗਈ ਤੀਜੀ ਲੈ ਉਹਦਾ ਵੀ ਬੱਚਾ ਮਰ ਗਿਆ ਇਸ ਤਰ੍ਹਾਂ ਮਤਲਬ ਜਿਹੜਾ ਕੰਮ ਚੱਲਦਾ ਰਿਹਾ ਤੇ ਦਿਲ ਨੂੰ ਦੁਲੀਦਿ ਰੱਖੀ ਵੀ ਕੋਈ ਗੱਲ ਨਹੀਂ ਹੋ ਸਕਦਾ ਮਤਿਆਂ ਨਹੀਂ ਹੋਵੇ ਪਰਮਾਤਮਾ ਦਾ ਫਾਰਮ ਦਾ ਗੇਟ ਬਹੁਤ ਸੋਹਣਾ ਬਣਾਇਆ ਹਾਂਜੀ ਵੀਰੇ ਫਾਰਮ ਦਾ ਆਲਾ ਦਵਾੜਾ ਤੁਸੀਂ ਇਹਤੇ ਵੀ ਲੈਂਟਰ ਪਾਇਆ ਹੋਇਆ ਹਾਂ ਤਾਂ ਉਹ ਤੇ ਲੋਕ ਸੋਚ ਲੈਂਦੇ ਨੇ ਵੀ ਚੱਲ ਮੱਜਾਂ ਦਾ ਹੀ ਐ ਹਾਂਜੀ ਵੀ ਐਂ ਦੀ ਕਰ ਲਈ ਸੌਖਾ ਸਸਤਾ ਜਿਆ ਗੱਲ ਬਿਲਕੁਲ ਇੱਕ ਵਾਰੀ ਝੋਟੇ ਨੂੰ ਜਿਹੜੀ ਮੱਝ ਤੋਂ ਬਿਮਾਰੀ ਝੋਟੇ ਨੂੰ ਪੈਣੀ ਆ ਝੋਟੇ ਤੋਂ ਬਿਮਾਰੀ ਦੂਜੀਆਂ ਸਾਰੀਆਂ ਮੱਝਾਂ ਨੂੰ ਪਾਊਗੀ ਜੇ ਤੁਹਾਡੇ ਕੋਲੇ ਘਰੇ ਸਾਂ ਰੱਖਿਆ ਆਪ ਨੂੰ ਪਤਾ ਵੀ ਆ ਮੱਝ ਗਲਤ ਹੋ ਗਈ ਤਾਂ ਉਹ ਮੱਝ ਦਾ ਟੀਕਾ ਭਰਾ ਲਓ ਉਹਨੂੰ ਆਸਾਨ ਤੋਂ ਨਾ ਕਰਾਸ ਕਰਾਓ ਪਰ ਆਸਾਨ ਵਰਗੀ ਸਰਦਾਰੀ ਨਹੀਂ ਮੈਂ ਮੱਝਾਂ ਵਾਲੇ ਨੂੰ ਪਹਿਲਾਂ ਤੋਂ ਵੀ ਕਹਿਣਾ ਹੌਲੀ ਹੌਲੀ ਮੱਝਾਂ ਵਾਲ ਨੂੰ ਕੋਈ ਹੁਣ ਆਪਣੇ ਤੇ ਲੱਗਣ ਵਾਲਾ ਬੰਦਾ ਵੀ ਹੋਊ ਕੋਈ ਨਹੀਂ ਜਿਹੜਾ ਫਾਰਮ ਵੱਡਾ ਹੋ ਗਿਆ ਮੰਨ ਲਓ ਹੁਣ ਵਿੱਚ ਮੈਨੂੰ ਵੀ ਬੰਦੇ ਕਹਿੰਦਾ ਪਿੰਦੀ ਕਹਿੰਦਾ ਚਾਰ ਨਹੀਂ ਪੋਣਾ ਨਾਲੇ ਪਿੰਦੀ ਆਪ ਵੀ ਜੀ ਬੈਠਾ ਦੋ ਦੋ ਓਰੀਜਿਨ ਹੋਗੇ ਨਾ ਜੀ ਮੈਂ ਖੁਦ ਕਹਿਣਾ ਵੀ ਚਾਰ ਮਾੜਾ ਨਾਲੇ ਮੈਂ ਵਿਚਾਰ ਬੀਜੀ ਬੈਠਾ ਪਰ ਜਿਹੜਾ ਮੈਂ ਚਾਰ ਬੀਜਾਂ ਇੰਨੇ ਪਸੰਮਾ ਦੇ ਵਿੱਚ ਮੈਂ ਚਾਰ ਪੰਜ ਕਿल्ली ਵੀਦਦਾ ਹਾਂ ਬਰੀ ਕਾਲੇ ਮਦਨ ਚਾਰ ਨਹੀਂ ਬੰਦ ਨਾ 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 ਦੁੱਧ ਵਾਲਿਆਂ ਨੂੰ ਨਾ ਸੂਣ ਵਾਲਿਆਂ ਨੂੰ ਬਾਈ ਬਸ ਉਹਨਾਂ ਨੂੰ ਆਪਾਂ ਚਾਰ ਨਹੀਂ ਪਾਉਣਾ ਬੰਦੇ ਨੇ ਕੀ ਕਰਨਾ 18 ਲੀਟਰ ਵਾਲੀ ਮੱਝ ਦੇ ਬੂਟਨ ਟੀਕਾ ਲਾ ਕੇ ਵੀਰੇ ਬਲੈਕ ਦੇ ਵਿੱਚ ਟੀਕੇ ਲਾਉਂਦੇ ਆ ਬੂਟਨ ਟੀਕਾ ਲਾ ਕੇ ਉਹਨੇ ਸੋਡਾ 25 26 ਲੀਟਰ ਦੁੱਧ ਕਰਕੇ ਦੇਣਾ 25 26 ਲੀਟਰ ਵਾਲੀ ਮੱਝ ਸਾਨੂੰ ਮਿਲਣੀ ਆ 5-6 ਲੱਖ ਦੀ ਤੇ ਮੱਝ ਉਹਨੇ 18 ਲੀਟਰ ਵਾਲੀ ਹੋਣੀ ਆ 1.5 ਤੋਂ ਪੌਣੇ 2 ਲੱਖ ਰੁਪਏ ਦੀ ਨਾਲੇ ਤਾਂ ਉਹਨਾਂ ਨੇ ਆਪਣਾ ਨੁਕਸਾਨ ਕਰਤਾ ਜਿਹਨੂੰ ਗਾਂਾਂ ਵੇਚੀ ਤੇ ਨਾਲੇ ਉਹ ਬੰਦੇ ਸਕੀਮ ਲਾ ਕੇ ਮੇਲੇ ਤੇ ਸਾਤਿਕਾਰ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰਲਿਖ ਦੇ ਨਾਲ ਸਰਲਿਖ ذریعے ਤੁਸੀਂ ਬਹੁਤ ਸਾਰੇ ਡੇਰੀ ਫਾਰਮਿੰਗ ਦੀਆਂ ਮੁਲਾਕਾਤਾਂ ਸੁਣੀਆਂ ਨੇ ਅੱਜ ਬਠਿੰਡਾ ਜ਼ਿਲ੍ਹੇ ਦਾ ਪਿੰਡ ਟਪਾਲੀ ਤੇ ਉੱਥੇ ਦਾ ਪਿੰਦੀ ਡੇਰੀ ਫਾਰਮ ਜਿਹੜਾ ਪਿਛਲੇ ਲੰਮੇ ਅਰਸੇ ਤੋਂ ਮੱਝਾਂ ਦਾ ਫਾਰਮ ਕੁਝ ਗਾਵਾਂ ਤੇ ਵੱਖਰੇ ਤਰੀਕੇ ਦੇ ਨਾਲ ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਡੇਰੀ ਫਾਰਮ ਨੂੰ ਕਾਮਯਾਬ ਕੀਤਾ ਹੈ ਬਹੁਤ ਸਾਰੇ ਨੌਜਵਾਨਾਂ ਨੇ ਪਿੰਡੀ ਨੂੰ ਦੇਖ ਕੇ ਇਹ ਕੰਮ ਸ਼ੁਰੂ ਕੀਤਾ ਹੈ ਚਿੰਗਲਾਈਆ ਪਿੰਡੀ ਨੇ ਅੱਜ ਤੇ ਪੰਜਾਬ ਦੀ ਧਰਤੀ ਕਹਿੰਦੇ ਅਸੀਂ ਕਿ ਸੋਨਾ ਪੈਦਾ ਕਰਦੀ ਹੈ ਤੇ ਚਿੱਟਾ ਸੋਨਾ ਪਿੰਡੀ ਸਿੱਧੂ ਪੈਦਾ ਕਰ ਰਿਹਾ ਹੈ ਕਰਦਿਆਂ ਗੱਲਬਾਤ ਪਿੰਡੀ ਦੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇੱਥੇ ਪਹੁੰਚਣ ਤੇ ਵੀਰੇ ਕਦੇ ਪੰਜਾਬ ਦੇ ਵਿੱਚ ਤੁਸੀਂ ਵੀ ਦੇਖਿਆ ਨੇ ਅਸੀਂ ਵੀ ਦੇਖਿਆ ਨੇ ਹਾਂਜੀ ਵੀ ਕਿ ਮੱਜਾਂ ਦੇ ਝੁੰਡ ਹੁੰਦੇ ਸੀ ਛੱਪੜਾਂ ਤੇ ਜਾਂਦੇ ਸੀ ਬਿਲਕੁਲ ਜੀ ਪਹਿਲਾਂ ਮੈਂ ਇਹ ਜਾਨਣਾ ਚਾਹਾਂ ਬੇਸ਼ੱਕ ਜੋ ਉਹ ਫਾਰਮਾਂ ਦਾ ਰੂਪ ਲੈ ਗਈਆਂ ਨੇ ਹਾਂਜੀ ਮੱਜਾਂ ਇੱਕ ਥਾਂ ਤੇ ਇਕੱਠੀਆਂ ਹੋ ਗਈਆਂ ਨੇ ਇਕੱਠੀਆਂ ਹੋ ਗਈਆਂ ਹਨ ਘਰਾਂ ਦੇ ਵਿੱਚ ਲੋਕ 10-10 6-8-10 ਮੱਜਾਂ 5-5 4-4 ਮਾਮੂਲੀ ਹਾਂਜੀ ਹੁੰਦੀਆਂ ਸੀ ਹਰ ਘਰੇ ਹਾਂਜੀ ਹੁੰਦੀਆਂ ਸੀ ਬਿਲਕੁਲ ਕੀ ਕਾਰਨ ਰਹੇਗੇ ਤੁਹਾਨੂੰ ਕੀ ਲੱਗਦਾ ਹੈ ਕਾਰਨ ਸਭ ਤੋਂ ਵੱਡੀ ਤਾਂ ਥਿਊਰੀ ਮੈਂ ਕਹਿਣਾ ਵੀ ਆਪਣੇ ਆਪ ਦੀ ਬੈਰੀ ਬਣ ਗਏ ਜੀ। ਹਕੀਕਤ ਦੇ ਵਿੱਚ ਸੀਗਾ। ਕਿਉਂਕਿ ਜਦੋਂ ਸੁਣਦੇ ਹੁੰਦੇ ਸੀਗੇ ਸਾਨੂੰ ਵੀ ਛੋਟੇ ਹੁੰਦਿਆਂ ਨੂੰ ਚਲੋ ਮੈਂ ਘੱਟ ਪੜਿਆ ਸਾਡੇ ਫੈਮਿਲੀ ਦੇ ਵਿੱਚ ਦੂਜੇ ਜ਼ਿਆਦਾ ਪੜੇ ਸੀ। ਮੇਰਾ ਡੈਡੀ ਵੀ ਡਾਕਟਰ ਹੈ। ਮੇਰਾ ਛੋਟਾ ਭਾਈ ਵੀ ਡਾਕਟਰ ਹੈ। ਲੇਕਿਨ ਪਰ ਮੈਂ ਪੜਨ ਵਾਲੇ ਕੰਮ 'ਚ ਹੈ ਨਹੀਂ ਸੀਗਾ। ਮੈਨੂੰ ਐ ਹੁੰਦਾ ਸੀ ਵੀ ਆਪਾਂ ਇਹੀ ਕਿੱਤੇ ਦੇ ਵਿੱਚ ਹੀ ਆਉਣਾ ਜਾਂ ਖੇਤੀ ਦੀ ਵਿੱਚ ਜਾਵੋਨੇ। ਪਰ ਜਿੱਥੋਂ ਤੱਕ ਅਸੀਂ ਸੁਣਦੇ ਹੁੰਦੇ ਸੀਗੇ ਜੇਦਾ ਆਪਾਂ ਨੂੰ ਕੋਈ ਮੱਝਾਂ ਦਾ ਸ਼ੌਂਕ ਪੈਂਦਾ ਛੋਟੇ ਹੁੰਦੇ ਕੋਈ ਕੱਟਾ ਪਾਲ ਲੈਣਾ ਕੋਈ ਕੱਟੀ ਪਾਲਣੀ ਆ ਉਹ ਗੋਹੀ ਨਾਲ ਗੋਹਾ ਹੋਣ ਪਸ਼ੂਆਂ ਨਾਲ ਡੰਗਰਾਂ ਨਾਲ ਡੰਗਰ ਹੋਣ ਠੀਕ ਹੈ ਆਮ ਕਹਿੰਦੇ ਡੰਗਰਾਂ ਨਾਲ ਡੰਗਰ ਹੋਣ ਹਰ ਬੰਦਾ ਆਪਣੇ ਜਿਹਾ ਪੰਦੀ ਅਨਪੜ੍ਹ ਸੀਗਾ ਉਹ ਆਪਣੇ ਆਪ ਦੇ ਵਿੱਚ ਇੱਕ ਪੜਿਆ ਲਿਖਿਆ ਬੰਦਾ ਬਣਦੀ ਕੋਸ਼ਿਸ਼ ਕਰਦਾ ਸੀ ਵੀ ਮੈਂ ਡੰਗਰਾਂ ਚ ਡੰਗਰ ਨਹੀਂ ਹੋਣਾ ਠੀਕ ਹੈ ਪਰ ਉਹ ਚੀਜ਼ ਦੇ ਉੱਤੇ ਜਿਹੜਾ ਆਪਣਾ ਇੱਕ ਵਿਰਸਾ ਸੀਗਾ ਇੱਕ ਆਪਣੇ ਜਿਹੜੇ ਬਜ਼ੁਰਗਾਂ ਨੇ ਆਪਾਂ ਨੂੰ ਇੱਕ ਚੀਜ਼ ਇਹੋ ਜੀ ਦਿੱਤੀ ਸੀਗੀ ਇਹਨੂੰ ਬਲੈਕ ਸੋਨਾ ਜੇ ਜਿਆਦਾ ਆਪਾਂ ਕਹੀਏ ਵੀ ਬਲੈਕ ਸੋਨੇ ਬਲੇ ਜੇ ਆਪਾਂ ਸਮਝਾਈਏ ਵੀ ਬਲੈਕ 골ਡਨ ਨੂੰ ਕਿਉਂ ਕਹਿੰਦੇ ਆ ਇਹ ਆਪਾਂ ਨੂੰ ਪ੍ਰਜੋਰਗਣੇ ਬਲੈਕ 골ਡ ਦਿੱਤਾ ਸੀ ਪਰ ਇਹਦੀ ਪਹਿਚਾਨ ਆਪਾਂ ਨੂੰ ਜਿਹੜੇ ਘਰਦਿਆਂ ਨੇ ਨਹੀਂ ਕਰਨ ਦਿੱਤੀ ਉਹਨਾਂ ਨੇ ਡੰਗਰਾਂ 'ਚੋਂ ਡੰਗਰ ਕਹਿੰਦੇ ਸੀ ਆਪਾਂ ਨੂੰ ਆਟੋਮੈਟਿਕ ਹੀ ਮਗਰ ਹਟਾਈ ਗਏ ਤਾਂ ਪਰ ਜਿਹੜੀ ਥਿਉਰੀ ਹੈ ਤਾਂ ਇਹੀ ਕੰਮ ਦੇ ਵਿੱਚ ਜਦੋਂ ਆਉਂਦਾ ਹਰ ਕੰਮ ਦੇ ਵਿੱਚ ਖੇਤੀ ਦੇ ਵਿੱਚ ਦੇਖੋ ਅਗਲਾ ਕਹਿੰਦਾ ਖੇਤੀ ਵੀ ਅਨਪੜਾ ਦਾ ਕੀਤਾ ਸੀ ਤੇ ਅੱਜ ਕੱਲ ਮੈਂ ਕਹਣਾ ਤੇ ਮੁੰਡੇ ਜਾਦੇ ਪੜੇ ਲਿਖੇ ਖੇਤੀ ਕਰਦੇ ਆ ਥਾਰ ਤੇ ਜਾਂਦਾ ਕੋਈ ਗੱਡੀ ਤੇ ਜਾਂਦਾ ਕਿਉਂਕਿ ਜਿਹੜੀ ਚੀਜ਼ ਹੈ ਕਮਾਈ ਤਾਂ ਕਮਾਈ ਹੈ ਜੀ ਹਨਾ ਇੱਕ ਸਾਧਨ ਹੈ ਬਾਹਰਲੀ ਜੋਬ ਅੱਜ ਬੰਦੇ ਨੂੰ ਕਹਿ ਦੋ ਵੀ ਤੈਨੂੰ 15 ਤੋਂ 20000 ਜੌਬ ਦੇ ਵਿੱਚ ਲਵਾਵਾਂ ਉਹ ਪਾਵਨ ਦੀ 10 ਕਿੱਲਾ ਨਾਲ ਹੋਵੇ ਉਹ ਤੈਨੂੰ ਕੋ 20000 ਰੁਪਇਆ ਠੀਕ ਆ ਉਹ 20000 ਨੂੰ ਜੌਬ ਦੇ ਨਾਂ ਦੇ ਉੱਤੇ ਬਾਹਰੋਂ ਜੇ ਪੈਸਾ ਆਉਂਦਾ 20000 ਨੂੰ ਬਹੁਤ ਵੱਡਾ ਮੰਨਦੇ ਆ ਪਰ ਜੇ ਆਪਦਾ ਘਰ ਦਾ ਕੰਮ ਕਰਦੇ ਆ ਤਾਂ ਉਹਨਾਂ ਤੋਂ ਉਹ ਵੀ ਇੱਕ ਐਵਰੇਜ ਨਹੀਂ ਬਣਦੀ ਤਾਂ ਜਿਹੜਾ ਆਪਣਾ ਬਲੈਕ ਹੋਲਡ ਸੀਗਾ ਜੇ ਆਪਾਂ ਮੱਝਾਂ ਦੀ ਗੱਲ ਕਰੀਏ ਹਨਾ ਇਹ ਸੱਚੀ ਵਿੱਚ ਬਲੈਕ ਹੋਲਡ ਆ ਸੀਗਾ ਪੁਰਾਣੇ ਸਮੇਂ ਦੇ ਵਿੱਚ ਚੱਲੀਏ ਜਿਨ੍ਹਾਂ ਨੇ ਅੱਜ ਤੱਕ ਜਾਦੇ ਜ਼ਮੀਨਾਂ ਲੈਤੀਆਂ ਉਹ ਘਰਾਂ ਦੀ ਹਿਸਟਰੀ ਕੱਢ ਲਓ ਉਹਨਾਂ ਦੇ ਘਰਾਂ ਦੇ ਜਿਆਦੇ ਸੇਲ ਹੁੰਦਾ ਸੀਗਾ ਪਰ ਉਹਨਾਂ ਟਾਈਮਾਂ ਦੇ ਵਿੱਚ ਕੀ ਕਰਦੇ ਸੀਗੇ ਬਿੱਕਰਾਂ ਦੇ ਵਿੱਚ ਦੁੱਧ ਪਾਉਂਦੇ ਖੁੱਲਾ ਦੁੱਧ ਖਾਂਦੇ ਘਿਓ ਜੋੜਦੇ ਘਿਓ ਵੀ ਵਿਕਦਾ ਸੀਗਾ ਹਨਾ ਘਰਾਂ ਦੇ ਵਿੱਚ ਕੀ ਹੁੰਦੀਆਂ ਸੀ ਬੁੜੀਆਂ ਥੋੜਾ ਬਹੁਤਾ ਘਿਓ 2 ਕਿਲੋ ਦੇ ਤਾਂ ਸੂਤ ਬਨਾਲਿਆ ਕੁੜੀਆਂ ਦੇ ਜਿਹੜਾ ਵਿਆਹ ਦਾ ਦਾਜ ਹੁੰਦਾ ਸੀਗਾ ਸਮਾਨ ਹੁੰਦਾ ਸੀ ਉਹ ਹਰ ਕੁੜੀ ਦਾ ਪਹਿਲੀ ਮਾਂ ਪਿਓ ਦੇ ਕੋਲੇ ਜੋੜਿਆ ਪਉਂਦਾ ਸੀ ਮਾਮਾ ਦੇ ਕੋਲੇ ਠੀਕ ਹੈ ਅੱਜ ਕੱਲ੍ਹ ਆਏ ਦੇਖੋ ਵੀ ਕਿਹਦੇ ਘਰੇ ਇੱਕ ਦਰੀ ਨਹੀਂ ਕਿਸੇ ਦੇ ਕੋਲੇ ਜੋੜੀ ਵੀ ਹੁਣੀ ਉਹ ਵੀ ਹਰ ਚੀਜ਼ ਮੁੱਲ ਲੈਣੀ ਆ ਠੀਕ ਹੈ ਉਹ ਪਸ਼ੂਆਂ ਦੇ ਨਾਲ ਹੀ ਹੁੰਦਾ ਸੀ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਸੀਗਾ ਬੰਦਿਆਂ ਦਾ ਦੇਖੋ ਕੰਮ ਕਰਨਾ ਖੇਤੀ ਤੋਂ ਹੋਣਾ ਵੱਢ ਕੇ ਕੱਕ ਪਾਤੇ ਸੀਗਾ ਸੰਨੀ ਕਰ ਲਈ ਦੁੱਧ ਵੇਚ ਦੇਣੀ ਹੁੰਦੀ ਦੁੱਧ ਰਿੜਕਿਆ ਖੁੱਲੀ ਬੰਦਿਆਂ ਨੂੰ ਲੱਸੀ ਮਿਲ ਗਈ ਪੀਣ ਨੂੰ ਖੁੱਲਾ ਘਿਓ ਖਾਣ ਨੂੰ ਮਿਲ ਗਿਆ ਜਿਹੜਾ ਮਾੜਾ ਮੂਟਾ ਬੁੜੀਆਂ 1-2 ਕਿਲੋ ਵੇਚ ਦੀਆਂ ਉਹਦਾ ਸੂਤ ਲੈ ਲਿਆ ਕੁਝ ਹੋਰ ਲੈ ਲਿਆ ਉਹ ਚੀਜ਼ਾਂ ਬਣਾਈਆਂ ਫਿਰ ਹਰ ਸਾਲ ਜਿਹਦੇ ਘਰੇ 15 ਮਤਲਬ ਮੱਝਾਂ ਸੀਗੀਆਂ 15 ਮੱਝਾਂ ਤੋਂ ਵਿੱਚੋਂ ਯਕੀਨਨ ਹੀ ਆ ਜੇ ਸਾਲ ਦੇ ਵਿੱਚ 15 ਮੱਝਾਂ ਹੁੰਦੀਆਂ ਉਹਨਾਂ ਦੇ ਯਕੀਨਨ ਹੀ ਵੀ 7-8 ਕਟੀਆਂ ਜ਼ਰੂਰ ਆਉਂਦੀਆਂ ਸੀ ਫੀਮੇਲ ਕਾਫ ਆਉਂਦੀਆਂ ਸੀ ਉਹ 7-8 ਕਟੀਆਂ ਦੇ ਵਿੱਚ ਹੀ ਹਰ ਵਾਰੀ ਉਹ ਕਟੀਆਂ ਨੂੰ ਪਾਲਦੇ ਵਧੀਆ ਗੌਰ ਨਾਲ ਕੱਟੇ ਨੂੰ ਨਹੀਂ ਪਾਲਦੇ ਸੀ ਕੱਟੇ ਨੂੰ ਜਿਵੇਂ ਮੰਨ ਲਾ ਕੱਟੇ ਨੂੰ ਆਪਣੀ ਥਿਊਰੀ ਹੁੰਦੀ ਵੀ ਕੱਟੇ ਵਾਲਿਆਂ ਨੂੰ ਵੇਚਣਾ ਹੈ ਠੀਕ ਆ ਉਹਨੂੰ ਉਹਦੇ ਜਿਹੇ ਹਿਸਾਬ ਦਾ ਪਾਲਦੇ ਵੀ ਮੱਝ ਨਾ ਖਰਾਬ ਹੋਵੇ ਤੇ ਇੱਕ ਖਾਈਆਂ ਦੇ ਪਾਲਦੇ 8 8 10 10 ਝੋਟੀਆਂ ਹਰ ਸਾਲ 5 5 ਝੋਟੀਆਂ 4 4 ਝੋਟੀਆਂ ਉਹ ਵੇਚਦੇ ਰਹੇ ਤੇ ਉਹ ਬੰਦੇ ਜ਼ਮੀਨਾਂ ਕੰਨੀ ਵਾਧਦੇ ਰਹੇ ਕਿਉਂਕਿ ਜਿਹੜਾ ਫੋਕਸ ਹੁੰਦਾ ਏ ਜ਼ਮੀਨਾਂ ਦੀ ਜਿਹੜੀ ਆਮਦਨ ਹੁੰਦੀ ਸੀ ਉਹ ਇੱਕ ਲਿਮਟ ਦੇ ਵਿੱਚ ਹੀ ਹੁੰਦੀ ਆ ਵੀ 6 ਮਹੀਨੇ ਵੱਧ ਹੋਣੀ ਆ ਹੋ ਸਕਦਾ ਗੜੇ ਪੈ ਜਾਣ ਹੋ ਸਕਦਾ ਮੀਂਹ ਆ ਜੇ ਠੀਕ ਹੈ ਜੇ ਆਪਣੀ ਇੱਕ ਫਸਲ ਮਰਦੀ ਆ ਆਪਾਂ ਫੇਲ ਵੀ ਜ਼ਿੰਮੇਦਾਰ ਇੱਥੋਂ ਆ ਨਾ ਹੁਣ ਕਣਕਾਂ ਦਾ ਮੈਂ ਮਤਲਬ ਦੇਖੋ ਹਰ ਸਾਲ ਕਿੰਨਾ ਨੁਕਸਾਨ ਹੁੰਦਾ ਸੀਗਾ ਜੀ ਫਸਲਾਂ ਦਾ ਕਿਤੇ ਝੋਨੇ ਵਲੇ ਬਰਬਾਦ ਕੰਮ ਕਿਤੇ ਕਣਕ ਵਲੇ ਕਿਤੇ ਆਲੂ ਮਰ ਗਏ ਕਿਤੇ ਕੁਛ ਮਰ ਗ ਰੱਬ ਨੂੰ ਜ਼ਰੂਰ ਦੋ ਦਿੰਨੇ ਆ ਦੇਖੋ ਉਹ ਤਾਂ ਕੁਦਰਤ ਹੈ ਉਹਨੇ ਤਾਂ ਇੱਕ ਆਪਾਂ ਰੋਕ ਨਹੀਂ ਸਕਦੇ ਠੀਕ ਹੈ ਜਿਹੜਾ ਮੌਸਮ ਹੈ ਉਹ ਵੀ ਬਦਲਣ ਦੇ ਵਿੱਚ ਆਪਣੇ ਜਿਆਦੇ ਹੱਥ ਹਨ ਤਾਂ ਪਰ ਜੇ ਨਾਲ ਆਪਣਾ ਸਹਾਇਕ ਧੰਦਾ ਸਭ ਤੋਂ ਜਿਆਦਾ ਚੰਗਾ ਸਹਾਇਕ ਧੰਦਾ ਹੈਗਾ ਜੀ ਮੱਜਾਂ ਦੇ ਇਹ ਬਲੈਕ 골ਡ ਪਰ ਇਹਦੀ ਪਰਖ ਕਰਨੀ ਬਣਦੀ ਹੈ ਜਿਹੜਾ ਬੰਦਾ ਪਰਖ ਕਰ ਗਿਆ ਵੀ ਬਲੈਕ 골ਡ ਕੀ ਚੀਜ਼ ਹੈ ਅੱਜ ਮੰਨ ਲਓ ਮੇਰੇ ਕੋਲੇ ਅੱਜ ਛੋਟੇ ਵੱਡੇ ਮਿਲਾ ਕੇ 40 ਨਾ ਖੜੇ ਹੈ ਜੀ 40 ਨਗਾਂ ਦੇ ਵਿੱਚੋਂ ਦੇਖੋ ਮੇਰੀਆਂ ਚਲੋ ਮੈਂ ਐਵੇਂ ਨਹੀਂ ਕਹਿੰਦਾ ਮੇਰੀਆਂ ਕਟੀਆਂ ਬੱਕ ਹੋ ਜਾਂਦੀਆਂ ਡੇਡ ਡੋ 2-2 ਸਾਲ ਪਹਿਲੇ ਸਿਲੰਡਰ ਦੇ ਵਿੱਚ ਟੀਕੇ ਪਾਏ ਆ ਲੋਕ ਉਹ ਯੂਜ਼ ਕਰਦੇ ਵੀ ਤੂੰ ਇਹਦੇ ਟੀਕਾ ਕਿਹੜਾ ਪਰਣਾ ਮੈਂ ਫਲਾਣੇ ਝੋਟੇ ਦਾ ਪਰਣਾ ਹਜੇ ਉਹ ਟੀਕਾ ਪਰਣਾ ਹੁੰਦਾ ਮਾਂ ਦੇ ਪੇਟ 'ਚ ਜਾਣਾ ਹੁੰਦਾ ਸਪਰਮ ਨੇ ਫਿਰ ਉਹਨੇ ਬੱਚਾ ਬਣਨਾ ਹੁੰਦਾ ਫਿਰ ਉਹਨੇ ਫੀਮੇਲ ਦਾ ਰੂਪ ਵੀ ਧਾਰਨਾ ਦਾ ਹੋ ਜਾਂਦਾ ਕੱਟਾ ਦੇ ਤੇ ਉਹ ਕੱਟੀ ਪਹਿਲੀ ਬੱਕ ਹੋਈ ਵੀ ਹੁੰਦੀ ਇਹਨਾਂ ਦੀ 2-2 ਸਾਲ ਮੰਨ ਲਓ ਤੇ ਅੱਜ ਤੱਕ ਜੇ ਆਪਾਂ ਕਟੀਆਂ ਵੀ ਨਹੀਂ ਬੱਕ ਕਰਦੇ ਹਰ ਵਾਰੀ 20 ਪਸ਼ੂਆਂ ਦੇ ਵਿੱਚੋਂ ਯਕੀਨਨ ਹੀ 10 ਕਟੀਆਂ ਫੀਮੇਲ ਆ ਮੇਰੀਆਂ ਜ਼ਰੂਰ ਬਣਦੀਆਂ ਮੈਂ ਹਰ ਸਾਲ ਹੁਣ ਯਕੀ ਮੈਂ 10 ਸਾਈਕਲ ਦੀਆਂ ਝੋਟੀਆਂ ਵੇਚਦਾ 10 ਐਵਰੇਜ ਮੇਰੀ 15 ਲੱਖ ਰੁਪਏ ਦੀ ਯਕੀਨ ਨਹੀਂ ਹੈ ਤੇ ਜੇ 15 ਲੱਖ ਨੂੰ ਵੀ ਆਪਾਂ ਲਈਏ ਸਵਾ ਲੱਖ ਰੁਪਿਆ ਐਵਰੇਜ ਢਲ ਗਈ ਵੀਰੇ ਆਪਣੀ ਇੱਕ ਤਨਖਾਹ ਹੋ ਗਈ ਸਵਾ ਲੱਖ ਰੁਪਿਆ ਹਾਂ ਜਿਹੜਾ ਦੁੱਧ ਹੈ ਉਹਦੇ ਵਿੱਚੋਂ ਨਾ ਗੇ ਨੂੰ ਲੋਕ ਕਹਿੰਦੇ ਦੁੱਧ ਦੇ ਵਿੱਚ ਬਾਈ ਦੇਣੀ ਦੁੱਧ ਦੇ ਵਿੱਚ ਵੀ ਵਧੀਆ ਪੂਰਾ ਗੌਰ ਨਾਲ ਜਿਹੜੇ ਪੂਰਾ ਸੋਨਾ ਖਰਚਾ ਕਰਨਾ ਉਹਦਾ ਤੀਜਾ ਹਿਸਾਬ ਵੀਰੇ ਦੁੱਧ ਦਾ ਇੱਕ ਹਿਸਾਬਾਚਣਾ ਤਿੰਨ ਹਿੱਸੇ ਖਰਾਕ ਦੇ ਲੱਗਣੇ ਆ 75 ਪੈਸੇ ਖਰਾਕ ਦੇ ਆ 25 ਪੈਸੇ ਆਪਾਂ ਨੂੰ ਆਪਦੇ ਬਚਨੇ ਆ ਕਲੀਅਰ ਹੀ ਠੀਕ ਹੈ ਖਰਾਕ ਦੇ ਵਿੱਚੋਂ 75 ਪੈਸੇ ਜੋ ਲ ਮੱਜਾਂ ਨੂੰ ਕੋਈ ਦਵਾਈ ਆ ਗਈ ਮੈਡੀਸਨ ਆ ਗਈ ਫੀਡ ਆ ਗਈ ਉਹ ਸਾਰਾ ਕੁਝ 75 ਪੈਸਾਂ ਚ ਕਲੀਅਰ ਕਰ ਦੇਣਾ ਪਿੰਦੀ ਬਈ ਕਦੇ ਇਸ ਮੱਜਾਂ ਦੇ ਕਿੱਤੇ ਨੂੰ ਸਹਾਇ ਕਿੱਤਾਈ ਕਿਹਾ ਜਾਂਦਾ ਸੀ ਹਾਂਜੀ ਬਈ ਜਿੰਨੇ ਵੀ ਕੰਮ ਨੇ ਚਾਹੇ ਉਹ ਮੁਰਗੀ ਫਾਰਮ ਹੈ ਚਾਹੇ ਉਹ ਗੋਟ ਫਾਰਮ ਹੈ ਜਿੰਨੇ ਵੀ ਇਸ ਤਰ੍ਹਾਂ ਦੇ ਕੰਮ ਨੇਗੇ ਹਾਂਜੀ ਉਹ ਸਾਰੇ ਸਹਾਇ ਕਿੱਤੇ ਦੇ ਰੂਪ ਵਿੱਚ ਜਾਣੇ ਜਾਂਦੇ ਨੇ ਜਾਣੇ ਜਾਂਦੇ ਹਾਂਜੀ ਪਿੰਦੀ ਸਿੱਧੂ ਲਈ ਇਹ ਮੱਜਾਂ ਦਾ ਫਾਰਮ ਹੈ ਜਿਹੜਾ ਹਾਂਜੀ ਸਹਾਇ ਕਿੱਤਾ ਨਹੀਂ ਜੀ ਬਿਜ਼ਨਸ ਜੀ ਟੌਪ ਦਾ ਜੀ ਆਪਾਂ ਕਹਿੰਦੇ ਸਹਾਇਕ ਤਾਂ ਖੇਤੀ ਹੋ ਗਈ ਜੀ ਨਾਲ ਵੀ ਜੇ ਖੇਤੀ ਬਚ ਗਈ ਤਾਂ ਚਲ 4 ਪੈਸੇ ਆ ਜਾਣਗੇ ਤੇ ਨਹੀਂ ਚਲ ਕੋਈ ਗੱਲ ਨਹੀਂ ਠੀਕ ਆ ਕਿ ਗੇਤੇ ਝੋਨੇ ਨੂੰ ਮਰਦੇ ਹੁੰਦੇ ਸੀ ਮੇਰਾ ਆ ਬਾਣ ਹਜੇ ਵੀ ਛੱਡਿਆ ਪਿਆ ਜੀਰੀ ਬੀਜਣੀ ਵੀ ਮੱਕੀ ਵਾਲ ਦੇ ਨਾਲ ਹੀ ਲਾਮਾਂਗੇ ਛੱਡੋ 10 ਮਨ ਘਟ ਹੋ ਜਾਊਗਾ ਜੀ ਮਤਲਬ ਉਸ ਵੇਸੇ ਨਾਲ ਤਾਂ ਫਿਰ ਆਪਣੀਆਂ ਜਿਹੜੀ ਮੇਨ ਖੇਤੀ ਐ ਉਹ ਆਪਣੀ ਮੱਝਾਂ ਹੋ ਗਈਆਂ ਸਹਾਇਕ ਧੰਦਾ ਖੇਤੀ ਹੋ ਗਈ ਜੀ ਨਾਲ ਕਿੱਥੇ ਫਰਕ ਰਹਿ ਗਿਆ ਪਿੰਡਾਂ ਦੇ ਵਿੱਚ ਮੱਝਾਂ ਦੇ ਝੁੰਡ ਹੁੰਦੇ ਸੀ ਹਾਂਜੀ ਛਾਪੜਾਂ ਦੇ ਆਲੇ ਦੁਆਲੇ 2-3 ਵਜੇ ਜਦੋਂ ਸੰਨੀ ਲਾਉਣੀ ਹੁੰਦੀ ਸੀ ਉਸ ਤੋਂ ਪਹਿਲਾਂ ਹਨਾ ਹਾਂਜੀ ਸ਼ਾਮ ਨੂੰ ਉਦੋਂ ਬਾਅਦ ਹਾਂਜੀ ਤੇ ਮੱਜਾਂ ਦੇ ਆਲੇ ਦੁਆਲੇ ਝੁੰਡ ਲੋਕ ਮਹਿਫਲਾਂ ਲਾ ਕੇ ਬੈਠੇ ਹੁੰਦੇ ਸੀ ਬਿਲਕੁਲ ਜੀ ਕਿੱਥੇ ਫਰਕ ਰਹਿ ਗਿਆ ਸਾਡੀਆਂ ਰੁਚੀ 'ਚ ਫਰਕ ਰਹਿ ਗਿਆ ਸਾਡੇ ਮਾਤਾ ਪਿਤਾ ਵੱਡੇ ਬਡੇਰਾਂ ਦੀ ਸੋਚਾਂ 'ਚ ਫਰਕ ਰਹਿ ਗਿਆ ਕਿੱਥੇ ਫਰਕ ਪੈ ਗਿਆ ਇਹ ਵੱਡੇ ਬਡੇਰਾਂ ਦੀ ਸੋਚਾਂ ਦੇ ਵਿੱਚ ਹੀ ਫਰਕ ਸੀਗਾ ਜੀ ਉਦੋਂ ਠੀਕ ਹੈ ਉਦੋਂ ਜਿਹੜਾ ਸੈਕਟਮ ਸੀਗਾ ਮੰਨ ਲਓ ਪੰਮਾਂ ਦੇ ਆਪਾਂ ਘੱਟ ਪੜੇ ਲਾਲੇ ਲਾਲੋ ਪੰਦੇ ਨਾ ਇਹਨਾਂ ਨੂੰ ਇੱਕ ਤਰ੍ਹਾਂ ਅਨਪੜ੍ਹਾਂ ਦੇ ਨਾਲ ਜੋੜਤਾ ਸੀਗਾ ਇਹ ਧੰਦੇ ਨੂੰ ਉਹਨਾਂ ਨੇ ਕਿਤੇ ਐ ਨਹੀਂ ਦੱਸਿਆ ਵੀ ਜਿਹੜਾ ਪੜੇ ਲਿਖੇ ਸੀਗੇ ਵੀ ਇਹ ਧੰਦਾ ਬਹੁਤ ਜ਼ਿਆਦਾ ਸੋਹਣਾ ਹਨ ਕਿੱਤਾ ਕੋਈ ਵੀ ਛੋਟਾ ਵੱਡਾ ਤਾਂ ਹੁੰਦੇ ਨੇ ਪਰ ਤੁਸੀਂ ਜੇ ਇਹਨੂੰ ਸ਼ੌਂਕ ਨਾਲ ਕਰੋਗੇ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚੋਂ ਵੀ ਭੁੱਖੇ ਨਹੀਂ ਮਰ ਸਕਦੇ ਤੁਸੀਂ ਅੱਗੇ ਵਧੋਗੇ ਪਰ ਉਹ ਆਪਾਂ ਨੂੰ ਥਿਉਰੀ ਉਹਨਾਂ ਨੇ ਗਲਤ ਕਰਤੀ ਉਹਨਾਂ ਨੇ ਬਸ ਇਹ ਅਣਪੜਾਂ ਦਾ ਕਿਤਾ ਬਣਾਤਾ ਵੀ ਡੰਗਰਾਂ ਦੇ ਨੰਗਲ ਡੰਗਰ ਹੋਣਾ ਖੇਤੀ ਵਾਲੇ ਬੰਦੇ ਵੀ ਅਣਪੜਾਂ ਦੀ ਖੇਤੀ ਰਹੇਗੀ ਏ ਵੀ ਉਗ ਗਈ ਹੁਣ ਤਾਂ ਖੇਤੀ ਵੀ ਪੜੇ ਲਿਖੇ ਦੀ ਹੈ ਬਾਈ ਜੀ ਸਪਰੀਆਂ ਇੰਨਾਂ ਆ ਗਈਆਂ ਜਿਆਦ ਹੋਣਗੀਆਂ ਚੰਗੀ ਕੰਪਨੀ ਦਾ ਤੁਸੀਂ ਲੈ ਲੋਗੇ ਠੀਕ ਆ ਉਹ ਵੀ ਅਨਪੜ੍ਹਦੀ ਨਹੀਂ ਰਹੀ ਮੱਜਾਂ ਦੀਆਂ ਦਵਾਈਆਂ ਬੂਟੀਆਂ ਆਉਣੀਆਂ ਬਾਈ ਜੀ ਇਹ ਵੀ ਪੜੇ ਲਿਖੇ ਦੀ ਜਿਆਦਾ ਵੀ ਆਪਾਂ ਕਿਹੜੀ ਟਾਈਮ ਤੇ ਕਿਹੜੀ ਦੇਣੀ ਹੈ ਨਾ ਤਾਂ ਇਹ ਧੰਦਾ ਬਹੁਤ ਜਿਆਦਾ ਹੈ ਤਾਂ ਹੁਣ ਜਿਵੇਂ ਹੌਲੀ ਹੌਲੀ ਸੀਗਾ ਇੱਕ ਚੀਜ਼ ਹੋਰ ਸੀ ਬਈ ਉਹ ਟਾਈਮਾਂ ਦੇ ਵਿੱਚ ਕਰ ਕਰ ਆਪਣੇ ਮਾਪਿਓਂ ਨੇ ਜਿਹੜੀ ਥਿਉਰੀ ਦੇਣ ਲੱਗੇ ਹਰਕ ਜਵਾਬ ਨੂੰ ਪੜ੍ਹ ਲਾ ਤੈਨੂੰ ਬਾਹਰ ਭੇਜਾਂਗੇ ਤੈਨੂੰ ਐ ਕਰ ਲਾਂਗੇ ਇਹਦੇ ਵਿੱਚ ਕੀ ਆ ਇੱਥੇ ਘੱਟੇ ਸਨਣੇ ਆ ਇਥੇ ਪਿੰਡਾਂ 'ਚ ਕੁਝ ਨਹੀਂ ਰੱਖਿਆ ਕੁਝ ਨਹੀਂ ਜਾਨੀ ਕਿ ਉਹਨਾਂ ਨੇ ਇੱਕ ਤਰ੍ਹਾਂ ਬੁਨਿਆਦ ਹੀ ਖਤਮ ਕਰ ਲਈ ਹੁਣ ਇੱਕ ਬੱਚਾ ਹੈ ਇੱਕ ਬੱਚੇ ਨੂੰ ਤੁਸੀਂ ਅੱਲਾਹ ਸਿਰ ਦੇਣੀ ਹੈ ਪੁੱਤ ਤੂੰ ਬਹੁਤ ਬਿਗੜ ਗਿਆ ਬ ਯਾਰ ਬੜੀ ਤੇਰੀ ਤਗੜੀ ਰੇਸ਼ ਆ ਯਾਰ ਜੇ ਤੂੰ ਇਸ ਤਰ੍ਹਾਂ ਭੱਜੀ ਗਿਆ ਅਗਲੇ ਸਾਲ ਤੱਕ ਤੂੰ ਗੋਲਡ ਮੈਡਲ ਬਣੇਗੀ ਬਣੇਗਾ ਤੂੰ ਇੱਕ ਦਿਨ ਚੰਗਾ ਖੜਿਆਰੀ ਬਣੇਗਾ ਤੇ ਇੱਕ ਵਾਰੀ ਤੂੰ ਉੱਥੇ ਜਾ ਕੇ ਮੂਰੇ ਠੱਬਾ ਲਾ ਕੇ ਖੜ ਗਿਆ ਵੀ ਸਾਲਿਆ ਇੱਧਰ ਨੂੰ ਆ ਵੇ ਤੂੰ ਗਿੜੇ ਨਾ ਭੱਜਣਾ ਕੰਮ ਉੱਥੇ 5 ਮਿੰਟ ਰੁਕ ਜੂਗਾ ਆਪਣਾ ਹੈਨਾ ਇਹੀ ਸੱਟਮ ਹੈ ਵੀ ਜਿਹੜੀ ਆਪਣੀ ਰਫਤਾਰ ਹਰ ਇੱਕ ਕਰਦੀ ਹੁੰਦੀ ਸੀ ਨਾ ਪਸ਼ੂ ਪਾਲਣ ਪੈਸੇ ਉਹ ਕਰਦੀ ਰੋਕ ਦਿੰਦੀ ਸੀ ਉਹਨੂੰ ਵੀ ਛੱਡੋ ਯਾਰ ਇਹਨੂੰ ਕਰਦੇ ਆ ਤਾਂ ਛੋਟੀ ਜੀ ਛੋਟੀ ਗੱਲ ਦੇ ਵਿੱਚ ਗੱਲ ਹੈ ਜਿਹੜੇ ਸਾਲ ਅਸੀਂ ਅੱਡ ਹੋਏ ਆ ਸਾਨੂੰ ਮੇਰੇ ਸਾਬ ਨਾਲ ਤਕਰੀਬਨ 10-12 ਪਸ਼ੂ ਬੰਡੇ ਵਿਆਏ ਹੋਣਗੇ ਤਾਂ ਉਦੋਂ ਸਾਲ ਨਾਂ ਰੱਖ ਲੈਂਦੇ ਸੀਗੇ ਬੱਚਿਆਂ ਦਾ ਜ ਠੀਕ ਹੈ ਮੰਗਲਵਾਰ ਨੂੰ ਸੂਪੀ ਮਗਲੂ ਬੀਰੂ ਇਸ ਤਰ੍ਹਾਂ ਨਾਂ ਧਰ ਲੈਂਦੇ ਹੁੰਦੇ ਸੀ ਬੱਚਿਆਂ ਦੇ ਜਿਹੜੇ ਦਿਨ ਸੁੰਦੀ ਹੈ ਤਾਂ ਸਾਡੇ ਅੱਜ ਵੀ ਜ਼ਿਆਦਾ ਹੈ ਸਾਡੇ ਘਰੇ ਆ ਜਿਹੜਾ ਆਪਣਾ ਘਰ ਉਦੇ ਮਗਰ ਲਈ ਤਿੰਨ ਕਮਰੇ ਆ ਸੀ ਮੂਰਲੇ ਨਾਂ ਭਾਂਡਾ ਪਿਆ ਸੀ ਨਾ ਸਾਈਡਾਂ ਵਾਲਾ ਬੈਡਖਾਂ ਸੀ ਉਹ ਤਿੰਨ ਭਾਂਡਾ ਦੇ ਵਿੱਚ ਵਿਚਾਲੜ ਵਾਲੇ ਕਮਰੇ 'ਚ ਰਾਇਆ ਸੀ ਇਧਰਲੇ 'ਚ ਪੇਟੀਆਂ ਸੀ ਤੇ ਇਧਰਲੀ ਕਮਰਾ ਜਿਹੜਾ ਹੁੰਦਾ ਸੀ ਉਧਰ ਮੈਂ ਸਾਂ ਕਰਨੂ ਅਸੀਂ ਤੂੜੀ ਵਾਲੇ ਕੱਢ ਕੇ ਉੱਥੇ ਝੋਟੀਆਂ ਸਵਾਉਂਦੇ ਸੀ ਉੱਥੇ ਮਤਲਬ ਤਿੰਨ ਚਾਰ ਦਿਨਾਂ ਦੇ ਵਿੱਚ ਤਿੰਨ ਚਾਰ ਝੋਟੀਆਂ ਸੂੰਗਾ ਤੇ ਉਹ ਸਾਰੀਆਂ ਦਾ ਸਾਰੀਆਂ ਵੇਚੀਆਂ ਤੇ ਉਹ ਵੇਚ ਕੇ ਮੇਰੇ ਡੈਡੀ ਨੇ ਮੇਰੇ ਹਿਸਾਬ ਨਾਲ ਉਦੋਂ ਢਾਈ ਤਿੰਨ ਕਨਾਲਾਂ ਜ਼ਮੀਨ ਇੱਥੇ ਬਾਣੀਆਂ ਦੀ ਸੀਗੀ ਉਹਨਾਂ ਨੂੰ ਫਿਰ ਉਦੋਂ ਪੈਸੇ ਦਿੱਤੇ ਸੀਗੇ ਉਹ ਚੀਜ਼ਾਂ ਸੀਗੇ ਨਾਲ ਤਾਂ ਘਰ ਦੇਣੇ ਉਹ ਸੈਟਮ ਬਣ ਵੀ ਆਪਾਂ ਨੂੰ ਵੀ ਜਿਹੜੇ ਪਸ਼ੂਆਂ ਦੇ ਵਿੱਚ ਜੇ ਆਪਾਂ ਆਵਾਂਗੇ ਵੀ ਇਹਦੀ ਵੀ ਜਿਹੜੀਆਂ ਥਿਉਰੀਆਂ ਫੇਰੀ ਲੋਕਾਂ ਦੀਆਂ ਗਲਤ ਕਰਾਂਗੇ ਜੇ ਆਪਾਂ ਨਵੇਂ ਮੁੰਡਿਆਂ ਨੂੰ ਪਾਵਾਂਗੇ ਪਿੰਦੀ ਸਿੱਧੂ ਨੂੰ ਦੇਖ ਕੇ ਹਾਂਜੀ ਭਾਈ ਸਾਨੂੰ ਵੀ ਇੱਕ ਨੌਜਵਾਨ ਮਿਲਦਾ ਹੈ ਕੋਮਲ ਹਾਂਜੀ ਅੱਛਾ ਜਾਣਦੇ ਹੋ ਬੀੜ ਦੇ ਕੰਮ ਕਰ ਰਿਹਾ ਮੁੰਡਾ ਉਹ ਹਾਂਜੀ ਹਾਂਜੀ ਭਾਈ ਉਹਨੇ 20 ਸਾਲਾਂ ਦਾ ਗੱਭਰੂ ਆ ਉਹ ਬਿਲਕੁਲ ਜੀ ਤੇ ਕਹਿੰਦਾ ਭਾਈ ਯਾਰ ਪਿੰਦੀ ਕੋਲ ਜਾ ਕੇ ਇਹੀ ਕਹਿਣ ਤੋ ਸ਼ਰੀਫ ਜਿਹਾ ਮੁੰਡਾ ਹੈ ਉਹ ਅੱਛਾ ਜੀ ਕਹਿੰਦਾ ਭਾਈ ਪੱਕਾ ਜਾ ਕੇ ਇਹੀ ਉਹਦੇ ਕੋਲ ਯਾਰ ਕਹਿੰਦਾ ਬਹੁਤ ਸੋਹਣਾ ਕੰਮ ਹੈ ਉਹਦਾ ਠੀਕ ਹੈ ਜੀ ਤੇ ਪਿੰਦੀ ਨੂੰ ਦੇਖ ਕੇ ਬਹੁਤ سارے ਨੌਜਵਾਨ ਇਸ ਕਿਤੇ ਵੱਲ ਜੁੜੇ ਨੇ ਹਾਂਜੀ ਬਈ ਪਿੰਡੀ ਕਿਦੀ ਵੱਲ ਦੇਖ ਕੇ ਇਸ ਕਿਤੇ ਨਾਲ ਜੁੜਿਆ ਮੈਂ ਦੇਖ ਕੇ ਜੀ ਮੈਂ ਹਾਲਾਤ ਦੇਖ ਲਈ ਸੀਗੇ ਮੈਂ ਇੱਕ ਜਿਹੜੀ ਥਿਉਰੀ ਹੁੰਦੀ ਹੈ ਮੈਂ ਪਸੂਆਂ ਤਾਂ ਨਹੀਂ ਨਹੀਂ ਕੁਝ ਵੀ ਦੇਖਿਆ ਸੀਗਾ ਇਦਾਂ ਯਾਰ ਦੋਸਤ ਦੀ ਦੁਕਾਨ ਦੇ ਉੱਤੇ ਬੈਠੇ ਬਿਜ਼ਨਸ ਦੀ ਗੱਲ ਚੱਲੀ ਜਾਵੇ ਜਿਵੇਂ ਰੱਬ ਕਰਨੀ ਉਹ ਵੀ ਮੇਰੇ ਕੰਨਾਂ ਦੇ ਵਿੱਚ ਕੋਈ ਗੱਲ ਪੈਣੀ ਹੈ ਮੇਰੇ ਕੁੱਤਿਆਂ ਦਾ ਇੰਪੋਰਟ ਦਾ ਤੁਹਾਨੂੰ ਪਤਾ ਜਾਂਦੇ ਸੀਗਾ ਸਭ ਤੋਂ ਜ਼ਿਆਦਾ ਮਹਿੰਗੇ ਕੁੱਤੇ ਇੰਪੋਰਟ ਉਹ ਵੀ ਆਪਾਂ ਕਰਵਾਏ ਉਹ ਵੀ ਅੱਜ ਵੀ ਆਪਣੇ ਨਾਂ ਤੇ ਰਿਕਾਰਡ ਹੈ ਆਪਾਂ ਬਰੀਡ ਦੇ ਵਿੱਚ ਗੰਦ ਨਹੀਂ ਪਾਇਆ ਇمپੋਰਟ ਕੁੱਤੇ ਅੱਜ ਵੀ ਜਿਹੜਾ ਸੀ 30 ਲੱਖ ਦਾ ਮੰਗਾਇਆ ਸੀ ਉਹ ਤੋਂ ਇੱਕ ਕੁੱਤੀ ਵੀ ਨਹੀਂ ਪਰਾਈ ਪਰ ਜਦੋਂ ਸਾਨੂੰ ਪਤਾ ਲੱਗਿਆ ਹਾਲਾਤ ਮਾੜੇ ਆ ਲੋਕਾਂ ਨੂੰ ਕਹਤਾ ਸੀ ਵੀ ਨਾ ਸੀ ਕੁੱਤਾ ਛੱਡੀਏ ਨਾ ਸੀ ਕੁੱਤੀ ਸੋਹਣੀਆਂ ਸਾਡੇ ਕੁੱਤੇ ਘਰੇ ਰਹਿਣਗੇ ਹਾਂ ਜਿਹੜਾ ਜਿਹੜਾ ਬੁੜਾ ਹੋਈ ਗਿਆ ਉਹ ਜਾਈ ਜਾਊਗਾ ਨਾ ਵੇਚਣਾ ਠੀਕ ਆ ਅਸੀਂ ਇਹ ਮਤਲਬ ਆ ਉਹਦਾ ਪੀਕ ਟਾਈਮ ਲਿਆ ਕੇ ਉੱਥੇ ਜਾ ਕੇ ਖੜਾ ਕੇ ਲੋਕਾਂ ਨੂੰ ਦੱਸ ਕੇ ਮਤਲਬ ਕੀਤਾ ਤਾਂ ਉਹ ਕੁੱਤਿਆਂ ਤੋਂ ਬਾਅਦ ਬਾਅਦ ਕੀ ਹੋਇਆ ਇਵੇਂ ਜਿករੀ ਦੁਕਾਨ ਤੇ ਬੈਠੇ ਜੇ ਮੈਂ ਆਪਾਂ ਦੋਨੇ ਗੱਲਾਂ ਕਰੀ ਜਾਂਦੇ ਆ ਉਹਦੇ ਕੋਲੇ ਦੂਜੇ ਉਹਦੇ ਜਾਰਦੂ ਦਾ ਫੋਨ ਆਇਆ ਰੱਬ ਜਾਣੇ ਰਿਸ਼ਤੇਦਾਰ ਦਾ ਆ ਕਿਉਂਕਿ ਆਪਣੇ ਫੋਨਾਂ ਦੀਆਂ ਆਵਾਜ਼ਾਂ ਸਮਸੰਗ ਦੀਆਂ ਜ਼ਿਆਦਾ ਹੁੰਦੀਆਂ ਜੀ ਐਪਲ ਦੀ ਤਾਂ ਨਹੀਂ ਸੁਣਦੀ ਸਾਈਡ ਤੇ ਬੈਠਿਆਂ ਨੂੰ ਪਰ ਸਮਸੰਗ ਦੀ ਆਵਾਜ਼ ਸੁਣੀ ਜਾਂਦੀ ਹੈ ਉਹ ਕਹਿੰਦਾ ਯਾਰ ਕਹਿੰਦਾ ਖਤਮ ਹੋ ਗਏ ਸੀਗੇ ਕਹਿੰਦਾ ਜੇ ਦੁਕਾਨ ਨਾ ਹੁੰਦੀ ਠੀਕ ਆ ਉਹਦੇ ਆਹੀ ਬੋਲ ਮੇਰੇ ਦੁਬਾਰੇ ਦੁਬਾਰੇ ਮੈਂ ਰੜਕੀ ਗਏ ਫਿਰ ਮੈਂ ਦੂਜੇ ਦਿਨ ਨੂੰ ਫੇਰ ਫੋਨ ਲਾ ਕੇ ਪੁੱਛਿਆ ਮੈਂ ਕਿਹਾ ਯਾਰ ਉਹਨੇ ਇੱਕ ਗੱਲ ਅੱਖ ਜੀ ਤੇਰੇ ਕੋਲੇ ਬੈਠੇ ਨੇ ਫੋਨ ਦੇ ਉੱਤੇ ਤੈਨੂੰ ਉਹਦੇ ਵਿੱਚੋਂ ਕਹਿੰਦਾ ਆਪ ਮੜ ਜਾ ਬਾਹਰ ਜਾ ਵੜਾ ਲੈਵਲ ਉੱਪਰ ਦੇ ਹੱਥ ਚੜ ਗਿਆ ਉਹਦੇ ਚੋਂ ਕਹਿੰਦਾ ਇੰਨਾ ਕ ਜਿਆਦਾ ਨੁਕਸਾਨ ਹੋ ਗਿਆ ਉਹ ਮਤਲਬ ਮਾਲਾ ਇਹਦਾ ਕਿਸ਼ਤੀ ਨਹੀਂ ਭਰੀ ਗਈ ਉਹ ਖਤਮ ਹੀ ਹੋ ਗਿਆ ਤੇ ਇਹਦੀ ਦੁਕਾਨ ਹੈ ਕਰਿਆਨੇ ਦੀ ਕਰਿਆਨੇ ਦੁਕਾਨ ਵਧੀਆ ਚੱਲਦੀ ਹੈ 1500 2000 ਤਿਹੜੀ ਬਣਦੀ ਹੈ ਠੀਕ ਹੈ ਉਹ ਤਾਂ ਕਹਿੰਦਾ ਵੀ ਮੈਂ ਵੀ ਜੇ ਦੁਕਾਨ ਨਾ ਹੁੰਦੀ ਵੀ ਮੈਂ ਖਤਮ ਹੋ ਗਿਆ ਸੀ ਤੇ ਇਹ ਇਹਨੂੰ ਮੁੜ ਕੇ ਕਹਿੰਦਾ ਸੀ ਕਹਿੰਦਾ ਸ਼ੁਕਰ ਹੈ ਤੇਰੀ ਦੁਕਾਨ ਸੀਗੀ 1000 1500 ਤੱਕ ਮਾਉਂਦਾ ਰਹਿ ਗਿਆ ਮੈਂ ਕਹਾਂ ਯਾਰ ਉਹੀ ਗੱਲ ਕਿਉਂਕਿ ਮੈਂ ਕਦੇ ਵੀ ਅੱਜ ਤੱਕ ਬੈਜੀ ਪਾਉਂਦੀ ਮੇਰੇ ਮਾਪਿਆਂ ਨੂੰ ਕੁੱਛ ਬਸ ਠੀਕ ਹੈ ਤੇ ਅੱਜ ਤੱਕ ਆਪਣਾ ਸਾਰਾ ਪਿੰਡ ਗਵਾ ਸਾਰੇ ਰਿਸ਼ਤੇਦਾਰ ਗਵਾ ਮੈਂ ਘਰੋਂ ਨਾ ਇੱਕ ਇੱਟ ਨੂੰ ਪੈਸਾ ਲੈਤਾ ਨਾ ਮੈਂ ਆੜਤੀਆਂ ਤੋਂ ਫੜਿਆ ਕੁਝ ਵੀ ਕਰਾਂ ਇਹਨਾਂ ਨੂੰ ਆਖਾਂ ਜੀ ਵੀ ਆਪਦੇ ਦਮ ਤੇ ਪਾਉਣਾ ਆਪਦੇ ਦਮ ਤੇ ਆਪਾਂ ਫਾਰਮ ਬਣਾਉਣਾ ਆਪਦੇ ਦਮ ਤੇ ਆਪਾਂ ਮੱਝਾਂ ਰੱਖਣੀਆਂ ਵੀ ਹਨਾ ਤਾਂ ਉਹਦੀ ਉਹ ਮੇਰੇ ਕੰਮ ਦਿਮਾਗ ਦੇ ਵਿੱਚ ਗੱਲ ਰੜਕਣ ਲੱਗੀ ਉਹਨੂੰ ਮੈਂ ਪੁੱਛਿਆ ਜੋ ਦੁਕਾਨ ਵਾਲੀ ਗੱਲ ਫਿਰ ਮੈਂ ਕਹਾ ਯਾਰ 2016 ਚ ਮੈਂ ਕਹਾ ਯਾਰ ਕੁੱਤੇ ਐ ਜਿਹੜੇ ਬੰਦੇ ਆਪਾਂ ਨੂੰ ਚਾਹ ਮਾਣਾ ਡੇਡ ਡੇਡ ਲੱਖ ਰੁਪਏ ਫੀਸ ਦੇ ਕੇ ਜਾਂਦੇ ਐ ਕੁੱਤਿਆਂ ਦੀ 2-2 ਲੱਖ ਫੀਸ ਦਿੰਦੇ ਸੀ 55000 ਫੀਸ ਦਿੰਦੇ ਸੀ ਉਹ ਇੱਕ ਵਾਰੀ ਕ੍ਰੋਸ ਕਰਾਉਣ ਆਉਂਦਾ ਆਪਦਾ ਬੱਚਾ ਰੱਖਣ ਦਾ ਅਗਲੀ ਵਾਰ ਨੂੰ ਕੁੱਤਾ ਠੀਕ ਹੈ ਨਾ ਉਹ ਐਂ ਦੇਖਦਾ ਵੀ ਕੁੱਤੀ ਮਾੜੀ ਐ ਨਾ ਚੰਗੀ ਦੇਖਦਾ ਵੀ ਇਹ ਬਰੀਡ ਦੇ ਵਿੱਚ ਗੰਦ ਪੈਣੀ ਪੈਣਾ ਇਹ ਬਰੀਡ ਇੱਕ ਦਿਨ ਜੇ ਡਿੱਗ ਪਈ ਹੁਣ ਤਾਂ ਯਾਰ ਖਰਚੇ ਹੀ ਬਹੁਤ ਹੋਏ ਹੋਏ ਆਪਾਂ ਦਾ ਮੈਂ ਮੈਂ ਕਹਾਂ ਵੀ ਮਹੀਨੇ ਦਾ 50-60000 ਮਹੂਲੀਆ 2000 ਦਿਨ ਦਾ ਖਰਚਾ ਵੀ ਆਉਣ ਜਾਣ ਦੇ ਮਹੂਲੀ ਤਾ ਇਹ ਝਰਨਾ ਬਹੁਤ ਔਖਾ ਹੋਊਗਾ ਤੇ ਮਤਲਬ ਉਹ ਐਸ ਦਵਾਰੇ ਨਹੀਂ ਮਿਲਣੀ ਵੀ ਇਹਦੇ ਵਿੱਚ ਕੀ ਹੈ ਫਿਰ ਅਸੀਂ ਜਿਵੇਂ ਆਏ ਜਾ ਕੇ ਸੋਚਦਾ ਮੇਰਾ ਸਾਲਾ ਮੱਝਾਂ ਵਾਲੇ ਪਾਸੇ ਵੱਧ ਸੀਗਾ ਤਾਂ ਅਸੀਂ 2016 ਦੇ ਮੁਕਸਰ ਸਾਹਿਬ ਮੇਲੇ ਤੇ ਚਲੇ ਗਏ ਜੀ ਉੱਥੇ ਜਾ ਕੇ ਜਦੋਂ ਦੇਖਿਆ ਮੇਰਾ ਕਦੇ ਧਿਆਨ ਨਹੀਂ ਗਿਆ ਮੱਝਾਂ ਜਾਂ ਮੈਂ ਕਹਦਾ ਬੰਦਰ ਯਾਰ ਮੱਝ ਬੜੀ ਸੋਹਣੀ ਲਈ ਜਾਂਦਾ ਬੰਦਾ ਯਾਰ ਕਿਉਂਕਿ ਸੇਫ ਸੂ ਮੈਨੂੰ ਨਹੀਂ ਪਤਾ ਜੀ ਵੀ ਬਾਲ ਇਹਨਾਂ ਦੇ ਕੱਟੇ ਹੁੰਦੇ ਆ ਮੈਂ ਕਹਾਂ ਯਾਰ ਮੱਝ ਬੜੀ ਚਮਕਦੀ ਆ ਹਨਾ ਲਸ਼ਕਾਰਾ ਮਾਰਦੀ ਆ ਮੈਂ ਕਹਾਂ ਯਾਰ ਇਹ ਬਰੀਡ ਕਿੱਥੋਂ ਉਹ ਕਹਿੰਦਾ ਬਈ ਇਹ ਤਾਂ ਆਦੇ ਬਾਲ ਬੂਲ ਕੱਟ ਕੇ ਕਹਿੰਦਾ ਲੱਤਾਂ ਤੱਕ ਛੱਡੇ ਵੇ ਕਹਿੰਦਾ ਇਹ ਆਂਦਾ ਛੱਡਾ ਦੇ ਕਹਿੰਦਾ ਬਰੀਡ ਆ ਮੈਂ ਕਹਾਂ ਇਹਨੂੰ ਨਾਂ ਨੂੰ ਕਿੰਨਾ ਕਮਲਦਾ ਜੀ ਮੈਂ ਕੁੱਤਿਆਂ ਨੂੰ 15000 20000 ਜਿਤਕੇ ਆਪਾਂ ਬਹੁਤ ਵੰਨ ਉਹ ਕਹਿੰਦਾ ਬਈ ਇਹਨਾਂ ਦਾ ਨਾਮ ਤਾਂ ਬੜਾ ਜ਼ਿਆਦੇ ਆ ਤੀਜਾ ਨਾਮ ਹੀ 51000 ਆ ਲੱਖ 1.5 ਲ ਤੇ ਉਹਨੂੰ ਮੈਂ ਕਿਹਾ ਯਾਰ ਇਹ ਤਾਂ ਵੀ ਕੰਮ ਮੈਂ ਕਿਹਾ ਯਾਰ ਇਹ ਚੰਗਾ ਹੈ ਵੀ ਆਪਾਂ ਜਿਵੇਂ ਹੁਣ ਮੈਂ ਕਿਹਾ ਦਾਦੇ ਵੀ ਕਹਿੰਦੇ ਹੁੰਦੇ ਸੀ ਪਹਿਲਾਂ ਵੀ ਜਿਹੜਾ ਇੱਕ ਦੁੱਧ ਹੀ ਆ ਕੱਲਾ ਵੀ ਜਿਹੜਾ ਮੰਨ ਲਓ ਵੀ ਕੁਛ ਮਰਜ਼ੀ ਹੋ ਜੇ ਪਾਉਂਦੀ ਦੁਨੀਆ ਤੇ ਜੰਗ ਲੱਗ ਜੇ ਦੁੱਧ ਦੀ ਜ਼ਰੂਰਤ ਡੇਲੀ ਪੈਣੀ ਪੈਣੀ ਹੈ ਠੀਕ ਹੈ ਜਿਹੜੀ ਚੀਜ਼ ਦੀ ਡੇਲੀ ਜ਼ਰੂਰਤ ਪੈਣੀ ਹੈ ਵੀ ਆਪਾਂ ਉੱਥੇ ਕਿਉਂ ਨਹੀਂ ਕੰਮ ਕਰਦੇ ਕੁੱਤਿਆਂ ਤੇ ਬਸ ਉੱਥੋਂ ਆ ਕੇ 2016 ਵਾਲਾ ਮੇਲਾ ਦੇਖਿਆ ਆਪਾਂ ਆਪਾਂ ਹੁਣਸਾਰ ਮੇਰੇ ਕੋਲ ਜਿੰਨੀਆਂ ਕੁੱਤیاں ਮੇਟ ਹੋਈਆਂ ਮਹੀਨੇ ਦਾ 3 ਲੱਖ ਰੁਪਏ ਫੀਮੇਲਾਂ ਦਾ ਕੁੱਤਿਆਂ ਦਾ ਬੱਚਿਆਂ ਦਾ ਆ ਜਾਂਦਾ ਕੁੱ ਨਾਲੇ ਰਸਤੇ ਦੇ ਵਿੱਚ ਬੱਚਾ ਆਮ ਰਿਆ ਦੂਜੀ ਮੱਝ ਮੈਂ ਫਰਵਰੀ ਮਾਰਚ ਦੇ ਲਗਭਗ ਲੈ ਆ ਉਹਦਾ ਬੱਚਾ ਨਾਲ ਸਹੀ ਸਲਾਮਤ ਆ ਗਿਆ ਉਹ 7 ਮਹੀਨੇ ਦੀ ਗੱਭਣ ਹੋ ਕੇ ਫਲ ਝਟ ਗਈ ਤੀਜੀ ਲੈ ਉਹਦਾ ਵੀ ਬੱਚਾ ਮਰ ਗਿਆ ਇਸ ਤਰ੍ਹਾਂ ਮਤਲਬ ਜਿਹੜਾ ਕੰਮ ਚੱਲਦਾ ਰਿਹਾ ਤੇ ਦਿਲ ਨੂੰ ਦੁਲੀਦਿ ਰੱਖੀ ਵੀ ਕੋਈ ਗੱਲ ਨਹੀਂ ਹੋ ਸਕਦਾ ਅਮਤਿਆ ਨਹੀਂ ਹੋਵੇ ਪਰਮਾਤਮਾ ਦਾ ਵੀ ਆਪਾਂ ਇਹ ਕੰਮ ਦੇ ਵਿੱਚ ਆਏ ਆ ਵੀ ਦੇਖਦੀ ਹੋਵੇ ਵਿਖੜਦਾਕ ਨਹੀਂ ਖੜਦਾ ਪਰ ਕਠੋਰ ਮਨ ਸੀਗਾ ਮੈਂ ਪਰ ਐਸਟੀਮੇਟ ਪਹਿਲੇ ਦਿਨ ਦਾ ਲਿਆ ਸੀ ਬਾਈ ਇਹ ਯਕੀਨ ਸੀਗਾ ਆਪਾਂ ਆਕੇ ਜਦੋਂ ਦੁੱਧ ਪਾਇਆ 13 ਜਨਵਰੀ ਨੂੰ ਬੱਚਾ ਮਰਿਆ ਉਹ ਮੱਝ ਨੇ 13.5 ਕਿਲੋ ਦੁੱਧ ਦਿੱਤਾ ਬਿਨਾ ਬੱਚੇ ਤੋਂ ਮਤਲਬ ਮੈਂ ਮਾਰੇ ਦਾ ਮੋਟਾ ਘੂਰ ਕੱਪ ਕੇ ਠੀਕ ਹੈ 13.5 ਲੀਟਰ ਦੁੱਧ ਦਿੱਤਾ ਆਪਾਂ ਡੈਰੀ ਦੇ ਉੱਤੇ ਗਏ ਠੀਕ ਹੈ ਇੱਕ ਟਾਈਮ ਦਾ ਮਤਲਬ ਮਾਲਾ ਯਕੀਨ ਨਹੀਂ ਪਾਉਣਾ ਕਿ ਸੱਤ 13.5 ਲੀਟਰ ਮੰਨ ਲਓ ਦੁੱਧ ਮੈਂ ਪਾ ਕੇ ਆਇਆ ਉਹਦੀ ਉਹ ਟਾਈਮਾਂ ਦੇ ਵਿੱਚ 55 ਰੁਪਏ ਤੋਂ 52 ਰੁਪਏ ਦੁੱਧ ਪਿਆ ਠੀਕ ਹੈ 350 300 ਦਾ ਤੜਕੇ ਪਿਆ 350 300 ਦਾ ਅੱਥ ਨੇ ਪਿਆ ਮੈਂ ਘਰੇ ਪੂਰੇ ਮੈਂ ਅੱਤੀ ਮਿੰਟ ਲਾਇਆ ਮੈਂ ਕਿਹਾ ਜਰ ਪਾਉਂਦੀ ਇੰਨੇ ਕੁ ਮਹੀਨੇ ਆ ਮੈਂ ਕਹਾਂ ਇਹ ਕੰਮ ਬਈ ਸੱਟ ਮਾ ਗਿਆ ਲੂਟ ਇਹਦੀ ਖਰਾਕ ਹੈ ਸਾਰੀ 6 ਕਿਲੋ ਹੈ 6 ਕਿਲੋ ਸਿਰਫ ਉਹਦੇ 20 22 ਰੁਪਏ ਪੈਂਦੀ ਹੁੰਦੀ ਸੀ 17 ਦੇ ਵਿੱਚ ਬਸ ਉਸ ਤੋਂ ਬਾਅਦ ਮੰਗੀ ਹੋਣ ਲੱਗੀ ਇੱਕੇ ਦਾਮ ਖਰਾਕ ਉਹਦੇ 23 ਰੁਪਏ ਇੰਡ ਬਣ ਜਾਂਦੀ ਹੈ ਖਰਾਕ ਬਈ ਮੈਂ ਕਹਾਂ 110 ਰੁਪਏ ਖਾਂਦੇ ਅੱਜ ਵੀ ਮੇਰੀਆਂ ਕਾਪੀਆਂ ਤੇ ਲਿਖੀ ਹੋਈ ਆ ਮੈਂ ਅੱਜ ਕਿੰਨੀ ਖਰਾਕਾਂ ਦੇ 110 ਪੰਜ ਆਏ ਮੈਂ ਕਹਾਂ 110 ਰੁਪਏ ਖਾਂਦੀ ਹੈ ਤਖ ਜੋੜ ਦੋ 2.5 ਰੁਪਏ ਕਿਲੋ ਕੱਖ ਜੇ ਮੁੱਲ ਟਾਲ ਤੋਂ ਵੀ ਲੈਣੇ ਆ ਉਹ ਵੀ ਮੁੱਲ ਮਿਲਦੀ ਆ 30 ਕਿਲੋ ਕੱਖ ਵਦਨੇ ਆ 100 ਦੇ ਕੱਖ ਲਾ ਲੋ ਤੂੜੀ ਕੱਖ ਪਾ ਲੋ ਇਹ ਦਾ ਮੱਝ ਦਾ ਖਰਚੇ 2.500 ਹੈ ਤਾਂ ਫੇਰ ਵੀ ਇਹਨੇ 450 ਤਾ ਬਸ ਉਹ 400 ਦੇ ਨਾਲ 13 ਜਾਨ ਬੰਨਿਆ 400 ਬਚਿਆ ਬਾ ਨਾਲ ਦੀ ਨਾਲ ਹੀ ਬਸ ਉਹ ਤੋਂ ਬਾਅਦ ਮਨ ਦੇ ਵਿੱਚ ਆਉਂਦੇ ਵੀ ਵਧਾਈਏ ਦੂਜੀ ਮੱਝ ਆ ਗਈ ਠੀਕ ਹੈ ਨਹੀਂ ਮਾਰਚ ਅਪ੍ਰੈਲ ਦੇ ਵਿੱਚ ਤਾਂ ਸਾਇਦ ਕੱਟੀ ਲੇਤੀ ਮੈਂ ਝੋਟੀ ਜਿਹੜੀ ਮਰ ਗਈ ਸੀ ਉਹਦੇ ਬਦਲੇ ਕੁਝ ਪੈਸੇ ਦੇ ਕੇ ਉਹ ਤੋਂ ਮੈਂ ਥੋੜੇ ਦਿਨ ਬਾਅਦ ਹੀ ਮਤਲਬ ਇੱਕ ਮੱਝ ਫੇਰ ਉਹਨਾਂ ਤੋਂ 2.5 ਲੱਖ ਦੀ ਟੋਕੜ ਲੈ ਲਈ ਉਹਦਾ ਵੀ 18 ਕਿ ਜਿਹੜਾ ਉਹਦਾ 10 ਸੋਨਾ ਲੀਟਰ ਦੁੱਧ ਸੀ ਉਹਦੀ ਫੈਟ ਉਹਦੋਂ ਵੀ ਜ਼ਿਆਦਾ ਉਹਦਾ ਦੁੱਧ ਪੈਂਦਾ ਸੀ 60-65 ਰੁਪਏ ਤੇ ਮੇਰੇ ਦੁੱਧ ਦੀ ਉਹ ਦੋ ਮਹੀਨੇ ਸਣੇ ਇੰਨੀ ਕ ਐਵਰੇਜ ਬਣਾਈ ਮੈਨੂੰ ਐਂਜ ਹੋਗਾ ਵੀ ਯਾਰ ਅੱਜ 7-800 ਰੁਪਏ ਬਨਣਾ ਸਟਾਰਟ ਹੋ ਗਿਆ ਬਸ ਉਹ ਲਾਲਚ ਫਿਰ ਐਂਜ ਹੁੰਦਾ 7-800 ਤੋਂ ਐਂਜ ਹੁੰਦਾ ਵੀ ਯਾਰ ਮੈਂ ਇਹਦੇ ਜਿੰਨੇ ਕਮਾਉਣੇ ਆ ਮੈਂ ਇਹਦੇ ਜਿੰਨੇ ਕਮਾਉਣੇ ਆ ਇਹਦੇ ਜਿੰਨੇ ਕਮਾਉਣੇ ਆ ਉਹ ਚੀਜ਼ ਪੈਸੇ ਤਾਂ ਵੱਧਦੇ ਗਏ ਪਰ ਉਹ ਤਮੰਨਾ ਹਜੇ ਵੀ ਐਂ ਹੁੰਦੀ ਵੀ ਮੈਂ ਇਹਦੇ ਜਿੰਨੇ ਕਮਾਉਣੇ ਆ ਉਹ ਕੰਮ ਹਜੇ ਚੱਲੀ ਜਾਂਦਾ ਹਜੇ ਗਾਂ ਦੀ ਗਾਂ ਫਾਰਮ ਦਾ ਗੇਟ ਬਹੁਤ ਸੋਨਾ ਬ ਤੁਸੀਂ ਇਹ ਤੇ ਵੀ ਲੈਂਟਰ ਪਾਇਆ ਹੋਇਆ ਆਮ ਤੌਰ ਤੇ ਲੋਕ ਸੋਚ ਲੈਂਦੇ ਨੇ ਵੀ ਚੱਲ ਮੱਜਾਂ ਦਾ ਹੀ ਐ ਵੀ ਐਂ ਜੇ ਕਰ ਲਈ ਸੌਖਾ ਸਸਤਾ ਜਿਆ ਗੱਲ ਬਿਲਕੁਲ ਜੀ ਕੀ ਰੀਜ ਐ ਰੀਜ ਇੱਕ ਸੁਪਨਾ ਸੀਗਾ ਜੀ ਬਾਈ ਜੀ ਜਦੋਂ ਮੈਂ ਕਹਿੰਦਾ ਹੁੰਦਾ ਸੀ ਵੀ ਮੱਜਾਂ ਦੇ ਵਿੱਚੋਂ ਪੈਸੇ ਵਜਦਾ ਲੋਕ ਮਜ਼ਾਕ ਖੇਦੇ ਸੀਗੇ ਅੱਡੇ ਦੇ ਉੱਤੇ ਲੋਕ ਆਪ ਮੰਨਦੇ ਸੀਗੇ ਬਹੁਤੇ ਤਾਂ ਹੁਣ ਵੀ ਥੱਲੇ ਕਮੈਂਟ ਆਉਂਦੇ ਨੇ ਹਾਂਜੀ ਹਾਂਜੀ ਪਿੰਡੀ ਦਾ ਲੋਟ ਆ ਗਿਆ ਲੋਟ ਅੱਕੜਾ ਲੋਟ ਆ ਗਿਆ ਲੋਟ ਆ ਗਿਆ ਹਾਂ ਇਹ ਇਹ ਵੀ ਆਪਾਂ ਗੱਲ ਕਰਾਂਗੇ ਤੂੰ ਯਾਦ ਰੱਖਣਾ ਕੜਾ ਲੂਟ ਵਾਲੀ ਵੀ ਆਪਾਂ ਦੱਸਾਂਗੇ ਵੀ ਕੜਾ ਲੂਟ ਆਇ ਨਹੀਂ ਉਹਨਾਂ ਦਾ ਬ੍ਰੀਡ ਤੇ ਕੰਮ ਕਰਕੇ ਸਾਰਿਆਂ ਦੇ ਕੜਾ ਲੂਟ ਆਉਂਦਾ ਪਰਾਂ ਮਾਂ ਦੇ ਮਾਨਦਾਰੀ ਨਾਲ ਕੰਮ ਕਰੋ ਹਾਂ ਕਹਿੰਦੇ ਹੁੰਦੇ ਉਹੀ ਗੱਲ ਹੈ ਆਰਨੇਤ ਨੇ ਵੀ ਨਹੀਂ ਆਖਿਆ ਜੀ ਜੇ ਤਾਂ ਕਹਿੰਦਾ ਤੂੰ ਫੇਲ ਹੋ ਗਿਆ ਫੇਰ ਵੀ ਨਹੀਂ ਕਹਿੰਦਾ ਤੈਨੂੰ ਬਖਸ਼ਣਾ ਹਨਾ ਜੇ ਆਪਾਂ ਗੀਤ ਸੁਣਨੇ ਆ ਤੇ ਜੇ ਤੂੰ ਕਾਮਯਾਬ ਹੋ ਗਿਆ ਫੇਰ ਵੀ ਨਹੀਂ ਤੈਨੂੰ ਉਹ ਕਰਨਾ ਇਹ ਚੀਜ਼ੇ ਦੁਨੀਆ ਦੇ ਤਾਂ ਹੀ ਆਪਾਂ ਦੁਨੀਆ ਨੂੰ ਦੋ ਮੋਈ ਹੀ ਕਹਿ ਦਿੰਦੇ ਆ ਬਾਈ ਤਾਂ ਵੀ ਜਿਵੇਂ ਤੁਸੀਂ ਆਪਣੀ ਥਿਉਰੀ ਦੇਖੀਏ ਵੀ ਆਪਣਾ ਜੇ ਵੀ ਤੁਸੀਂ ਦੱਸਿਆ ਵੀ ਇਹ ਕਿਵੇਂ ਆਪਾਂ ਪਾਇਆ ਮੈਂ ਜਦੋਂ ਮੈਂ ਪਾਉਣ ਲੱਗਾ ਮੈਨੂੰ ਬਹੁਤ ਯਾਰ ਦੋਤਾਂ ਨੂੰ ਸਲਾਮਾਂ ਵੀ ਵਧੀਆ ਲੱਗਦੀਆਂ ਸੀ ਉਹ ਮੈਨੂੰ ਕਹਿੰਦੇ ਵੀ ਪਿੰਦੀ ਇੰਨੇ ਪੈਸੇ ਨਾ ਲਾ ਯਾਰ ਜਿਹੜਾ ਪਸ਼ੂਆਂ ਦਾ ਕੰਮ ਐ ਮੈਂ ਉਹਨਾਂ ਨੂੰ ਕਹਿੰਦਾ ਨਹੀਂ ਯਾਰ ਵੀ ਮੈਨੂੰ ਬਹੁ ਵਜਦੇ ਆ ਉਹ ਕਹਿੰਦੇ ਨਹੀਂ ਯਾਰ ਭਾਜ ਤੂੰ ਗੱਪ ਮਾਰਦਾ ਯਾਰ ਵੀ ਐ ਕਰਕੇ ਨਹੀਂ ਵਜਦੇ ਹਨਾ ਫਲਾਣੇ ਨੇ ਫਾਰਮ ਪਾਇਆ ਫਲਾਣਾ ਫੇਲ ਹੋ ਗਿਆ ਫਲਾਣੇ ਨੇ ਪਾਇਆ ਫਲਾਣਾ ਫੇਲ ਹੋ ਗਿਆ ਕਿਉਂਕਿ ਮੈਂ ਕਾਮਯਾਬ ਹੋਣ ਦਾ ਤਾਂ ਮੈਰੀ ਜਿੰਦਾਦਾ ਵੀ ਮੈਂ ਘਰੋਂ ਨਾ ਤਾਂ ਪੈਸਾ ਫੜਿਆ ਨਹੀਂ ਮੈਨੂੰ ਘਰ ਦੇਣੇ ਆਖਿਆ ਵੀ ਦੇ हां वो ਗੱਲ ਜਰੂਰ ਹੁੰਦੀ ਸੀ ਜਦੋਂ ਮੇਰੇ ਕੋਲੇ ਪੈਸੇ ਵੱਧ ਬਣਨੇ ਤੇ ਮੈਂ ਕਰੀ ਦੇਣੀ ਸੀ ਭਾਈ ਮੈਂ ਮੈਂ ਕੀ ਕਰਨਾ ਸੀ ਠੀਕ ਹੈ ਨਾਲ ਤਾਂ ਘਰਦਿਆਂ ਨੂੰ ਆੜਤੀਆਂ ਕੋਲੇ ਜਾਣਾ ਬੰਦ ਕਰਤਾ ਇੱਕ ਸਾਲ ਦੇ ਵਿੱਚ ਹੀ ਜਿਹੜੀ ਹਰ ਵਾਰੀ ਆੜਤੀ ਆਉਂਦਾ ਹੀ ਨਾਲੇ ਸੌਦਿਆਂ ਦੇ ਕਿਤੇ ਇਹਨਾਂ ਨੇ ਨਹੀਂ ਦਿੱਤੇ ਨੀ ਕੋਈ ਟਰੈਕਟਰ ਨੂੰ ਨਹੀਂ ਦਿੱਤਾ ਕੋਈ ਤੇਲ ਪਾਣੀ ਸਭ ਕੁਝ ਹੀ ਖਰਚੇ ਬੰਦ ਕਰਤੇ ਫਾਰਮ ਨੇ ਠੀਕ ਹੈ ਉਸ ਤੋਂ ਬਾਅਦ बस ਇੱਕ ਤਮੰਨਾ ਹੁੰਦੀ ਸੀ ਵੀ ਦੋ ਅੱਡੇ ਤੇ ਕਹਿੰਦੇ ਲੋਕਾਂ ਨੇ ਕਹਿਣਾ ਵੀ ਨਹੀਂ ਯਾਰੋ ਇਹ ਤਾਂ ਮੱਲਾ ਲਾ ਹੋ ਗਈ ਆ ਗਈ ਮੱਲਾ ਗੱਪ ਮਾਰਨਗੇ ਮੱਜਾਂ ਦੇ ਕੋਲੇ ਆਪਾਂ ਨੂੰ ਆਤ ਹੁੰਦੀ ਸੀ ਵੀ ਤਾਂ ਹੀ ਕਹਿੰਦੇ ਹੁੰਦੇ ਬਿਨਾ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ ਆਪਣ ਨੂੰ ਆਤੋਂ ਦੀ ਵੀ ਨਹੀਂ ਯਾਰ ਤੂੰ ਬਰੀਡ ਤੇ ਕੰਮ ਕਰ ਐਨਾ ਦੁੱਧ ਦੇਉਗੀ ਤਾਂ ਉਹ ਦੁੱਧ ਤਾਂ ਯਕੀਨਨ ਦਿੰਦੀ ਸੀ ਪਰ ਲੋਕ ਜਿਹਨਾਂ ਨੂੰ ਬਿਨਾ ਮੰਗੇ ਆਪਾਂ ਸਲਾਹ ਦਿੰਦੇ ਸੀ ਉਹ ਲੋਕ ਥੋੜਾ ਮਜ਼ਾਕ ਖੇਦੇ ਸੀ ਉਹ ਥੋੜੇ ਮੂਰੇ ਤਾਂ ਹਾਂ ਹਾਂ ਕਹੀ ਜਾਂਦੇ ਬਾਅਦ ਦੇ ਵਿੱਚ ਕਹਿਣਾ ਵੀ ਵੱਡੇ ਗੱਪੀ ਐ ਠੀਕ ਹੈ ਉਹ ਮਨ ਦੇ ਵਿੱਚ ਇੱਕ ਚਿੰਗਾਰੀ ਜੀ ਬਣਾਉਂਦੇ ਹੁੰਦੇ ਸੀ ਉਹ ਉਹਨਾਂ ਨੂੰ ਐ ਹੁੰਦਾ ਸੀ ਵੀ ਯਾਰ ਮੈਂ ਨਵੀਂ ਜਿਹੜੀ ਪੀੜ੍ਹੀ ਐ ਇਹ ਤਾਂ ਮਤਲਬ ਗੱਪੀ ਐ ਇਹ ਤਾਂ ਆਟੋਮੈਟਿਕ ਸਲਾਹ ਲੈਣਗੇ ਹੁਣ ਲੈਂਦੇ ਵੀ ਆ ਉਹ ਗੱਲ ਕਲੀਅਰ ਹੀ ਐ ਠੀਕ ਹੈ ਪਰ ਮੈਂ ਕਹਾ ਮੂੰਹ ਵੀ ਜਿਹੜੇ ਬੰਦ ਕਰਨੇ ਤੇ ਜਿਹੜੇ ਨਵੇਂ ਮੁੰਡੇ ਕੰਮ ਦੇ ਵਿੱਚ ਪਾਉਣੇ ਆ ਇਹਨਾਂ ਨੂੰ ਇੱਕ ਲਹਿਦੀ ਚੀਜ਼ ਬਣਾ ਕੇ ਦਿਖਾਉਣੀ ਪਊ ਵੀ ਜੇ ਮੈਂ ਮੱਝਾਂ ਤੋਂ ਮੈਂ ਬਿਨਾ ਮੈਂ ਦੇਖੋ ਮੈਨੂੰ ਜ਼ਮੀਨ ਨਾ ਜ਼ਮੀਨ ਵਾਲਾ ਸਮਝੋ ਜ਼ਮੀਨ ਤਾਂ ਬਾਪੂ ਨੇ ਵੰਡ ਕੇ ਦੇਣੀ ਨਾ ਜਦੋਂ ਮੈਂ ਜ਼ਮੀਨ 'ਚ ਕੋਈ ਫਸਲ ਨਹੀਂ ਮੈਂ ਨਹੀਂ ਵਰਤੀ ਜ਼ਮੀਨ ਦਾ ਪੈਸਾ ਮੈਂ ਨਹੀਂ ਲਿਆ ੜਤਿਆਂ ਤੋਂ ਮੈਨੂੰ ਘਰ ਦੇ ਨੇ ਮਿਲੂ ਨਹੀਂ ਦਵਾਇ ਕੁਛ ਨਹੀਂ ਕੀਤਾ ਇੱਕ ਤਰ੍ਹਾਂ ਤੁਸੀਂ ਐ ਮੰਨੋ ਵੀ ਮੈਂ ਜ਼ੀਰੋ ਤੋਂ ਉੱਠਿਆ ਠੀਕ ਆ ਕੋਈ ਜ਼ਮੀਨ ਦਾ ਪੈਸਾ ਨਹੀਂ ਕੋਈ ਕੁਛ ਨਹੀਂ ਇੱਕ ਕੁੱਤੀ ਲਿਆਂਦੀ ਸਾਲੀ ਨੇ ਫੋਨ ਭੇਜਿਆ ਸੋਨੀ ਰੈਕਸਰ W580 ਉਹ ਟਾਈਮ ਮੇ ਸਭ ਤੋਂ ਮਹਿੰਗਾ ਫੋਨ ਹੁੰਦਾ ਸੀ ਆਉਣ ਸਰ ਮੈਂ 3 ਦਿਨਾਂ ਬਾਦ ਤੋਂ ਵੇਚਿਆ ਕੁੱਤੀ ਦੇ ਮਾਰੇ ਨੇ ਠੀਕ ਹੈ 1500 ਮੇ ਮਰੀ ਮਾਤਾ ਨੇ ਦਿੱਤਾ 1500 ਮੇਰੀ ਦਾਦੀ ਜੀ ਹੁੰਦੀ ਸੀ ਉਹਨੇ ਚੋਰੋਂ ਦਿੱਤਾ 13700 ਦੀ ਕੁੱਤੀ ਲੈ ਕੇ ਆਇਆ ਉਹ ਕੁੱਤੀ ਜ਼ੀਰੋ ਤੋਂ ਬਿਜ਼ਨਸ ਸ਼ੁਰੂ ਕੀਤਾ ਉਦੋਂ ਮੱਜ 17-18000 ਦੀ ਵਿਕੀ ਤੇ ਮੇਰਾ ਕਤੂਰਾ 32000 ਦਾ ਵੇਚਿਆ ਉਹ ਟਾਈਮਾਂ ਦੇ ਵਿੱਚ ਠੀਕ ਆ ਉਥੋਂ ਹੌਲੀ ਹੌਲੀ ਮਤਲਬ ਮੈਂ ਵਾਧਾ 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 ਪਰ ਮੈਂ ਚੀਜ਼ ਤੋਂ ਚੀਜ਼ ਬਣਾਈ ਗਿਆ ਇਵੇਂ ਜਿਹ ਕਰੀ ਮੱਜਾਂ ਚੋਂ ਮੱਜ ਬਣਾਈ ਗਿਆ ਕੁੱਤੀ ਵੇਚ ਕੇ ਤਾਂ ਹੀ ਫਿਰ ਮੈਂ ਫਾਰਮ ਦੀ ਤਮੰਨਾ ਹੀ ਰੱਖੀ ਸੀ ਮੈਂ ਆਪਾਂ ਨੂੰ ਛੱਡ ਵੀ ਪਾਲਾਂਦਾ ਮੈਨੂੰ ਕਹਿੰਦੀ ਚਾਤਰਾ ਪਾਲਾ ਯਾਰ ਇੱਧਰ ਕਰ ਲਾ ਫਿਰ ਮੈਨੂੰ ਬਹੁਤ ਕਹਿੰਦੀ ਵੀ ਫੀਡ ਵਾਸਤੇ ਕਮਰੇ ਪਾਲਾ ਤੂੰ ਕੱਲੇ ਐ ਕਰ ਲਾ ਵੱਡਾ ਨਾ ਕੰਮ ਕਰ ਹਣਾ ਐ ਨਾ ਕਰ ਫਿਰ ਮੈਨੂੰ ਤਾਂ ਮੰਨਣਾ ਸੀਗੀ ਮੈਂ ਕਿਹਾ ਯਾਰ ਆਪਾਂ ਵੱਡਾ ਕੰਮ ਵੀ ਕਰਕੇ ਦਿਖਾਉਣਾ ਪੂਰਾ ਤਕੜਾ ਤੇ ਇਹ ਚੀਜ਼ ਕਲੀਅਰ ਵੀ ਦੋ ਤੋਂ ਤਿੰਨ ਸਾਲਾਂ ਚ ਕਰਕੇ ਦਿਖਾਉਣੀ ਆ ਵੀ ਦੱਸਣਾ ਵੀ ਦੋ ਤਿੰਨ ਨੰਬਰਾਂ ਵੀ ਕਿੱਥੋਂ ਮਰਜੀ ਨੰਬਰ ਕਢਾ ਲਓ ਜਿੱਥੋਂ ਮਰਜੀ ਚੈੱਕ ਕਰ ਲਓ ਵੀ ਕੋਈ ਕਰਜ਼ਾ ਨਹੀਂ ਦੇਣਾ ਕੁਝ ਨਹੀਂ ਦੇਣਾ ਠੀਕ ਹੈ ਵੀ ਇਹ ਕੱਲਾ ਮੈਂ ਲੈ ਕੇ ਚੱਲਿਆ ਸੀ ਵੀ ਜੇ ਮ ਅਜ ਮਾਨ ਨਾਲ ਕਹਿ ਸਕਦੇ ਆ ਪ੍ਰਮਾਤਮਾ ਇੱਦਾਂ ਹੀ ਬਖਸ਼ੇ ਮੈਨੂੰ ਹਨਾ ਵੀ ਫਾਰਮ ਕਰ ਰਹੇ ਹਾਂ ਹਾਂਜੀ ਨੌਜਵਾਨ ਮੁੰਡੇ ਮਿਲਦੇ ਆ ਕਿ ਉਹਨਾਂ ਨਾਲ ਕੀ ਜਿਹੜੇ ਕੋਈ ਇਸ ਤਰ੍ਹਾਂ ਦੇ ਮੁੰਡੇ ਮਿਲੇ ਨੇ ਜਿਹੜੇ ਮੁੰਡੇ ਚਾਹਦੇ ਸੀ ਚੱਲੇ ਆ ਯਾਰ ਤਾਂ 25 ਲੱਖ ਲਾ ਕੇ ਹਾਂਜੀ ਹਾਂਜੀ ਬਾਈ ਇੱਥੋਂ ਇੱਥੇ ਆਉਂਦੇ ਨੇ ਫੀਸਾਂ ਇੱਥੋਂ ਏਜੰਟ ਨੂੰ ਫੋਨ ਕਰਕੇ ਵੀ ਬਾਈ ਸਾਡੀ ਫੀਸ ਨਾਗਾ ਭੇਜੀ ਠੀਕ ਹੈ ਇੱਥੋਂ ਆਪਣੇ ਫਾਰਮ ਤੋਂ ਬੜਵਾਈਆਂ ਹੁਣ ਸੀਜ਼ਨ ਦਾ ਟਾਈਮ ਹੁਣ ਮਤਲਬ ਬਸ ਕੱਲੇ ਪਰਸਨਲ ਯਾਰ ਦੋਤ ਕੱਲੇ ਆਉਂਦੇ ਜਿਵੇਂ ਦੋ ਚਾਰ ਆ ਗਏ ਪੰਜ ਆ ਗਏ ਤਾਂ ਹੁਣ ਜਦੋਂ ਮਾਲਾ ਸੀਜ਼ਨ ਲੰਘ ਗਿਆ ਦਿਨ ਦੇ 100 100 ਬੰਦਾ ਬਾਈ 50 50 ਬੰਦੇ ਟ੍ਰੇਨਿੰਗ ਵਾਲੀ ਆਏ ਬੈਠੇ ਰਹਿੰਦੇ ਆ ਚਾਰ ਚਾਰ ਪੰਜ ਪੰਜ ਮੁੰਡੇ ਤਾਂ ਹਰ ਵਕਤ ਬਾਕੀ ਇਹਨਾਂ ਨੇ ਸਲਾਮਾਂ ਲੈਣੀਆਂ ਹੋਰ ਲੈਣੀਆਂ ਇੱਕ ਮੇਰੀ ਮਾਤ ਹੈ ਫੋਨ ਦੂਰ ਪਿਆ ਦੂਰ ਪਿਆ ਨਹੀਂ ਕੋਈ ਮਰਜੇਪਨ ਦੀ ਜਵਾਕ ਹੈ ਕੋਈ ਲੇਡੀਜ਼ ਹੈ ਕੋਈ ਬੱਚਾ ਹਨਾ ਆਪਾਂ ਸਾਰਾਂ ਦੇ ਨਾਲ ਐ ਪਿਆਰ ਨਾਲ ਗੱਲ ਆਪਾਂ ਦੀ ਨਿਕਾਇਆ ਬੱਚਾ ਹੋਵੇ ਯਾਰ ਆਪਾਂ ਨੂੰ ਬਾਝ ਵੀ ਪਤਾ ਲੱਗਦਾ ਵੀ ਜਵਾਕ ਹੈ ਆਪਾਂ ਉਹਦੇ ਨਾਲ ਵੀ ਪੂਰੀ ਮਿੱਠੀ ਗੱਲੀ ਜੀ ਕਰਨ ਤੇ ਗਾਕ ਵੀ ਮੰਨ ਲਓ ਛੱਡੋ ਕਿਉਂਕਿ ਗਾਕ ਤਾਂ ਮੇਰੇ ਕਟੀਆਂ ਯਾਰ ਦੋਤਾਂ ਦੇ ਬੱਕੀ ਕੀਤਾ ਮੱਝਾਂ ਦਾ ਵਪਾਰ ਆਪਾਂ ਕਰਨਾ ਹੀ ਨਹੀਂ ਗਾਕ ਵੀ ਨਹੀਂ ਕਹਿ ਸਕਦੇ ਪਰ ਮੈਂ ਹਰ ਇੱਕ ਬੰਦੇ ਦੀ ਐਂ ਚੱਕਦਾ ਉਹਨਾਂ ਵੀ ਫੋਨ ਵੀ ਯਾਰ ਕਿਸੇ ਬੰਦੇ ਨੂੰ ਟੈਨਸ਼ਨ ਨਾ ਹੋਵੇ ਕਿਸੇ ਬੰਦੇ ਨੂੰ ਐ ਨਾ ਹੋਵੇ ਫਾਰਮ ਬਾਕੇ ਦਿਖਾਇਆ ਉਹ ਮੁੰਡਿਆਂ ਨੂੰ ਜਿਹੜੇ ਨਾਲ ਰਹਿੰਦੇ ਸੀ ਉਹਨਾਂ ਨੂੰ ਪਤਾ ਲੱਗਿਆ ਵੀ ਵਾਕਈ ਯਾਰ ਜਨੂਨ ਸੀਗਾ ਵੀ ਠੀਕ ਆ ਘਰੋਂ ਪੈਸਾ ਨਹੀਂ ਲੈਤਾ ਵੀ ਅੱਜ ਜਾ ਕੇ ਵੀ ਇਹ ਬਧੇ ਅੱਗੇ ਠੀਕ ਆ ਅੱਗੇ ਵਧਣ ਦੇ ਨਾਲ-ਨਾਲ ਜਿਹੜੇ ਬਾਹਰਲੇ ਮੁੰਡੇ ਸੀਗੇ ਜਾਣਾ ਸੀ ਜਿਨ੍ਹਾਂ ਨੂੰ ਕਰੇਜ਼ ਸੀ ਉਹਨਾਂ ਨੇ ਉਹਨਾਂ ਨੇ ਗੱਲ ਜਿਨ੍ਹਾਂ ਨੇ ਮੇਰੀ ਸਮਝੀ ਵੀ ਹਾਂ ਯਾਰ ਪਰ 25-30 ਲੱਖ ਲਾ ਕੇ 5-4 ਸਾਲ ਤੱਕ ਸਾਨੂੰ ਪੈਰ ਲੋਨ ਨੂੰ ਬਰੇ ਟਾਈਮ ਲੱਗ ਹੀ ਜਾਂਦਾ ਹੈ 5-4 ਸਾਲ ਉਹ ਪੈਸਾ ਨਹੀਂ ਮੋੜ ਸਕਦੇ ਠੀਕ ਆ ਉਹ ਗੱਲ ਵੱਖਰੀ ਹੈ ਜਿਹਦੇ ਕਰਮ ਮੇਰੇ ਵਾਂਗੂ ਜਿਆਦਾ ਤੇਜ਼ ਹੋਣ ਜਾਣਸਾਰੋ ਅਗਲਾ ਟਰੱਕ ਮਿਲ ਗਿਆ ਕੋਈ ਰਿਸ਼ਤੇਦਾਰ ਜਿਆਰ ਮਿਲ ਲੀ ਇਹ ਜਾ ਹੁੰਦਾ ਹਨ ਜਾਣਸਾਰ ਕੰਮ ਤੇ ਚੜਾਤਾ ਪਰ ਉਹ ਬੰਦੇ ਨੇ ਜਿਨ੍ਹਾਂ ਨੇ ਸਮਝਿਆ ਉਹਨਾਂ ਨੇ ਇੱਥੇ ਫੀਸਾਂ ਮੜਵਾਈਆਂ ਅੱਧੇ ਬੰਦੇ ਜਾਣੂ ਹਟੇ ਤੇ ਅੱਧੇ ਬੰਦਿਆਂ ਦਾ ਮੇਰੇ ਕੋਲ ਇੰਨਾ ਕਦੇ ਡਾਟਾ ਪਿਆ ਜਿਹੜੇ ਪੱਕੇ ਹੀ ਸਤਲੇ ਕੋਈ ਆਸਟ੍ਰੇਲੀਆ ਤੋਂ ਕੋਈ ਕੈਨੇਡਾ ਤੋਂ ਕੋਈ ਕੁਛ ਕਿਉਂਕਿ ਉਹ ਬੰਦੇ ਕਹਿੰਦੇ ਵੀਰੇ ਦੇਖੋ ਇੱਧਰ ਵੀ ਸਾਡੇ ਕੋਲੇ ਸੀਗੇ 10-12 ਕੱਲੇ ਠੀਕ ਆ ਐ ਨਹੀਂ ਵੀ ਇਧਰੋਂ ਵੀ ਉਹ ਕਰਦੇ ਪਰ ਉਹ ਇੱਕ ਤਰ੍ਹਾਂ ਸਾਨੂੰ ਬਿਜ਼ਨਸ ਦਾ ਪਤਾ ਹੀ ਨਹੀਂ ਲੱਗਿਆ ਵੀ ਅਸੀਂ ਕਿਵੇਂ ਕਰਗੇ ਬਸ ਐਂ ਦਿਮਾਗ ਸੀ ਵੀ ਪੈਸਾ ਤਾਂ ਕੱਲਾ ਬਾਹਰ ਹੀ ਆ ਪਰ ਸਾਨੂੰ ਨਾ ਕਰਦੇ ਨੇ ਪਸੂ ਪਾਸੇ ਧਾਨ ਦਿੱਤਾ ਨਾ ਕਿਸ ਨੇ ਹੋਰ ਜਾਣ ਦਿੱਤਾ ਨਾ ਕਿ ਇਹਦਾ ਬਾਲਾ ਵੱਡਾ ਸਹਯੋਗ ਮੱਝਾਂ ਕ ਸਰਕਾਰ ਦਾ ਵੀ ਨਹੀਂ ਕਹਿ ਸਕਦੇ ਸੀ ਇਹ ਤੋਂ ਪਹਿਲਾਂ ਠੀਕ ਹੈ ਚਲੋ ਆ ਤਾਂ ਹੁਣ ਨਵੀਆਂ ਸਰਕਾਰ ਆਈਆਂ ਜੀ ਹਨਾ ਤਾਂ ਇਹ ਤੋਂ ਪਹਿਲਾਂ ਕਿਸੇ ਦਾ ਨਹੀਂ ਸਹਯੋਗ ਸੀਗਾ ਮੱਝਾਂ ਬਾਤੇ ਮੱਝਾਂ ਨੂੰ ਤਾਂ ਇੱਕ ਖਤਮ ਕਰਨ ਦੀ ਤਿਆਰੀ ਪੂਰੀ ਵੱਡੀ ਲਾ ਲਈ ਸੀ ਬਾਹਰ ਲਿਆਂ ਜਿਹੜੀਆਂ ਏਜੰਸੀਆਂ ਸੀ ਉਹਨਾਂ ਨੇ ਜਿਹੜੀ ਮੱਝ ਸੀਗੀ ਜਿਵੇਂ ਆਪਣਾ ਪੰਜਾਬੀ ਕਲਚਰ ਮੰਨ ਲਓ ਪੰਜਾਬੀ ਕਲਚਰ ਨੂੰ ਖਤਮ ਕੀਤਾ ਗਿਆ ਪੱਗਾਂ ਤੋਂ ਲਾ ਕੇ ਹਰ ਚੀਜ਼ ਦੇ ਉੱਤੇ ਅਟੈਕ ਹੁੰਦਾ ਵੀ ਹਰ ਚੀਜ਼ ਕਿਹਨਾਂ ਖਤਮ ਕਰੀਏ ਪੰਜਾਬੀ ਨੂੰ ਭਾਵਾਂ ਦੀ ਬਾਹਰ ਸੱਟ ਕੇ ਖਤਮ ਕਰੀਏ ਭਾਵਾਂ ਦੀ ਜਿੱਥੇ ਮਰਜ਼ੀ ਖਤਮ ਕਰਨ ਟਾਰਗੇਟ ਤਾਂ ਇਹੀ ਚੱਲਦੇ ਆ ਹੋਰ ਕੈਨੇਡਾ ਦੇ ਵਿੱਚ ਇਕੱਲੇ ਨੂੰ ਆਪਣੇ ਪੰਜਾਬ ਨੂੰ ਕਿਉਂ ਬ ਇੱਕ ਸਿਸਟਮ ਦੇ ਹਿਸਾਬ ਨਾਲ ਹੀ ਚੱਲੀ ਜਾਂਦਾ ਹੈ ਇਹ ਮਝ ਘਰੀ ਮੱਝ ਮੱਝ ਉਹਨਾਂ ਨੂੰ ਪਤਾ ਸੀ ਜੇ ਮੱਝ ਕੱਢਾਂਗੇ ਜਿਹੜਾ ਮੱਝ ਦਾ ਦੁੱਧ ਹੈ ਇਹਦਾ ਵੀ A2 ਮਿਲਕੀ ਹੈ ਠੀਕ ਹੈ ਜੀ ਇਹਦਾ ਮਿਲਕ ਇੰਨਾ ਕੁ ਸਟ੍ਰੌਂਗ ਹੈ ਜਿਹੜੀ ਵੱਡੇ ਦਿਲ ਵਾਲੀ ਮੱਝ ਹੈ ਦੁੱਧ ਪੀਣ ਵਾਲੇ ਵੱਡੇ ਦਿਲ ਵਾਲੀ ਹੈ ਮੱਝਾਂ ਦੇ ਵਾਲੀ ਠੀਕ ਹੈ ਇਹਨਾਂ ਨੇ ਆਪਾਂ ਨੂੰ ਕੋਲੇ ਗਾਂਾਂ ਤਾਰੀਆਂ ਬਾਹਰੋਂ ਠੀਕ ਹੈ ਗਾਂਾਂ ਤਾਰੀਆਂ ਗਾਈਆਂ ਦੀ ਥਿਉਰੀ ਚੱਲ ਪਈ ਗਾਂਾਂ ਦੇ ਫਾਰਮ ਵੱਡੇ ਆ ਠੀਕ ਹੈ ਜੀ ਉਹਨਾਂ ਦਾ ਸਿਸਟਮ ਆਪਾਂ ਨੂੰ HF ਦੇ ਵਿੱਚ ਬਾੜਿਆ HF ਮਾੜੀ ਨਹੀਂ ਦੁੱਧ ਧੰਦੇ ਦੇ ਉੱਤੇ ਆਪਾਂ ਮਾੜੀ ਨਹੀਂ ਕਹੇ ਕਹਿ ਰਹੇ ਵੀ ਕਈ ਵਾਰੀ ਵਿੱਚ ਬੰਦੇ ਕਰਨਗੇ ਫਾਰਮ ਵਾਲੇ ਵੀ ਮਾੜੀ ਕਹਿੰਦੇ ਮਾੜੀ ਨਹੀਂ ਕਹਿੰਦੇ ਵੀ ਉਹ ਇੱਕ ਤਰ੍ਹਾਂ ਥਿਉਰੀ ਜਿਹੜੀ ਆਪਣੀ ਬਰੀਡ ਸੀ ਇਹਦੇ ਉੱਤੇ ਕਿਸੇ ਨੇ ਜੋਰ ਨਹੀਂ ਦਿੱਤਾ ਨਾ ਕੋਈ ਸਰਕਾਰ ਨੇ ਜੋਰ ਦਿੱਤਾ ਨਾ ਕੋਈ ਪ੍ਰਾਈਵੇਟ ਦਿੱਤਾ ਹਰ ਇੱਕ ਬੰਦੇ ਨੇ ਆਪਦੇ ਘਰ-ਪਰਾਂ ਦੀ ਕੋਸ਼ਿਸ਼ ਕੀਤੀ ਠੀਕ ਹੈ ਇੱਕ ਕਿਸਾਨ ਇੱਕ ਮੱਝ ਨੇ ਦੁੱਧ ਦਿੱਤਾ ਉਹਦੇ ਨਾਂ ਤੇ 10-10 ਕੱਟੇ ਪਾਲ ਲਏ ਠੀਕ ਹੈ ਨਾਲੇ ਉਹ ਮੱਝ ਦਾ ਕੱਟਾ ਵੀ ਨਹੀਂ ਹੁੰਦਾ ਜਿੱਥੋਂ ਤੇ ਅਸੀਂ ਡਾਟੇ ਕੱਢਿਆ ਅਜੇ ਤੱਕ ਦੇ ਠੀਕ ਹੈ ਕਿਸੇ ਦੇ ਘਰਾਂ ਦੇ ਜਿੱਥੇ ਦੁੱਧ ਨਹੀਂ ਆਇਆ ਕੁਝ ਨਹੀਂ ਕੀਤਾ ਹਰ ਬੰਦੇ ਨੇ ਇੱਕ ਸੈਟ ਬਣਾ ਲਿਆ ਸੀ ਜੇ ਤਾਂ ਮੱਝ ਆਲਾ ਉੜਦਾ ਤਾਂ ਉਹਨੂੰ ਮਾਰਨ ਦੀ ਕੋਸ਼ਿਸ਼ ਥਾਣਾ ਦੇ ਵਿੱਚ ਇਹਦੇ ਦੁੱਧ ਦੇ ਵਿੱਚ ਸਿੱਧੀ ਫੰਗਸ ਨਹੀਂ ਆਉਂਦੀ ਠੀਕ ਆ ਜੀ ਜਦੋਂ ਮਟੈਟਸ ਨਹੀਂ ਆਈ ਫੰਗਸ ਨਹੀਂ ਆਈ ਬੁਖਾਰ ਨਹੀਂ ਚੜਨਾ ਐਂਟੀਬਾਇਟਿਕ ਤੇ ਇਹਦੇ ਬਾਡੀ ਚ ਜਾਣੀ ਨਹੀਂ ਜੇ ਐਂਟੀਬਾਇਟਿਕ ਨਹੀਂ ਜਾਣਾ ਤਾਂ ਆਪਾਂ ਨੂੰ ਜਿਹੜਾ ਇਹਦਾ ਦੁੱਧ ਆ ਉਹ ਜਿਆਦਾ ਲਾਹੇਵੰਦ ਹੈ ਜਿਹੜੀ ਅਮਰੀਕਨ ਗਾਂ ਹੈ ਇਹ ਵੱਡੀਆਂ ਕੰਪਨੀਆਂ ਦੇ ਹਿਸਾਬ ਦੇ ਨਾਲ ਐਂ ਜੱਕਰ ਲਾਈ ਗਈ ਇੱਕ ਵਾਰੀ ਹਰ ਸੂਏ ਦੇ ਵਿੱਚ ਕੋਈ ਬੰਦਾ ਇੱਕ ਵਾਰੀ ਹੱਥ ਖੜਾ ਨਹੀਂ ਕਰ ਸਕਦਾ ਅੱਜ ਤੱਕ ਚੈਲੰਜ ਵਾਲਾ ਕੰਮ ਵੀ ਮਟੈਟਸ ਨਹੀਂ ਹੁੰਦੀ ਜੇ ਮਟੈਟਸ ਹੁੰਦੀ ਹੈ ਦੇਖੋ ਕਿੰਨੇ-ਕਿੰਨੇ ਐਂਟੀਬਾਇਟਿਕ ਲਾ ਕੇ ਆਪਾਂ ਨੂੰ ਠੀਕ ਕਰਨੀਆਂ ਪੈਂਦੀਆਂ 20-2000 ਰੁ ਜੇ ਉਹ ਆਪ ਨੂੰ ਸਮਝਾਉਂਦੇ ਹਾਂ ਗਾਂਾਂ ਦਾ ਜਾ ਕੇ 2000 ਤੋਂ ਪਹਿਲਾਂ ਦਾ ਜਾ ਕੇ ਦੱਸਦਾ ਵੀ ਗਾਂ ਨਾਲ ਗਾਂ ਦੀ ਪਲੱਸ ਕਰੋ ਜੇ ਗਾਂ 20 ਲੀਟਰ ਵਾਲੀ ਢੱਠਾ 20 ਲੀਟਰ ਵਾਲਾ 40 ਲੀਟਰ ਹੋ ਗਿਆ ਪਹਿਲਾਂ 20 ਲੀਟਰ ਯਕੀਨਨ ਬਣਾਉ ਫਿਰ ਬਾਈ ਜੀ ਮੱਝ ਦਾ ਕਿਉਂ ਨਹੀਂ ਬਣਾਇਆ ਜੇ ਮੱਝ ਦਾ ਮਤਲਬ ਆ ਕੇ ਜੇ ਮੇਰੇ ਵਰਗੇ ਹੋਰ ਵੀ ਮੁੰਡੇ ਨਾ ਆਉਂਦੇ ਡੈਰੀ ਫਾਰਮ ਵਾਲੇ ਜਿਹੜੇ ਨੇ ਚੱਕਿਆ ਕੰਮ ਤਾਂ ਫਿਰ ਮੱਝ ਦਾ ਫੇਰ ਵੀ ਖੂੰਜੇ ਲੱਗ ਜਾਣੀ ਜੀ ਫਿਰ ਮੱਝਾਂ ਦੀਆਂ ਹੁਣ ਸਾਡੇ ਘਰੇ ਕਿਵੇਂ 10-10 ਕਿਲੋ ਦੁੱਧ ਦਿੱਤੀਆਂ ਪਹਿਲਾਂ 2.5-2.5 ਸਾਲਾਂ ਦਾ ਕੱਟੀਆਂ ਨਹੀਂ ਆਪਣੇ ਵੀ ਛੱਡੋ ਨਵੇਂ ਬੰਦਿਆਂ ਦੇ ਕਿਵੇਂ ਹੁ ਕਿਹੜੀ ਬਰੀਡ ਤੇ ਕੰਮ ਕਰਦੇ ਹੋ ਕਿਹੜੀ ਨਸਲ ਤੇ ਕੰਮ ਕਰਦੇ ਹੋ ਆਪਣੇ ਕੋਲੇ ਬਾਈ ਜੀ ਮੋਰਾ ਹੈ ਜੀ ਇੱਕ ਨੀਲੀ ਕੱਲੀ ਨੀਲੀ ਹੈ ਜੀ ਇੱਕ ਨੀਲੀ ਰਾਵੀ ਨੀਲੀ ਰਾਵੀ ਆਪਣੇ ਪੰਜਾਬ ਦੀ ਹੈ ਜੀ ਕੱਲੀ ਜਿਹੜੀ ਨੀਲੀ ਹੈ ਹੈ ਤਾਂ ਇਹ ਵੀ ਪੰਜਾਬ ਦੀ ਹੈ ਪਰ ਜਿਹੜਾ ਇਹਦਾ ਪਿਸ਼ੋਕੜ ਹੈ ਉਹ ਪਾਕਿਸਤਾਨੀ ਹੈ ਸਾਰਾ ਨੀਲੀ ਦਾ ਜਿਹੜੀ ਮੋਰਾ ਗਈ ਇਹ ਵੀ ਆਪਣੇ ਇੰਡੀਆ ਦੀ ਹੈ ਇਹਨੂੰ ਹਰਿਆਣੇ ਨੂੰ ਮਤਲਬ ਸੇਰਾ ਜਾਂਦਾ ਜਿਵੇਂ ਨੀਲੀ ਰਾਵੀ ਪੰਜਾਬ ਦੀ ਜਿਹੜੀ ਮੋਰਾ ਗਈ ਹਰਿਆਣੇ ਦੀ ਬਾਈ ਜੀ ਤੇ ਹਰਿਆਣੇ ਦੇ ਵਿੱਚ ਲੋਕਾਂ ਨੇ ਕੰਮ ਕੀਤਾ ਹਰਿਆਣੇ ਦੇ ਵਿੱਚ ਅੱਜ ਅੱਜ ਵੀ ਆਪਾਂ ਕਹਿੰਦੇ ਆ ਵੀ ਇਹ ਅੱਗੇ ਕਿਉਂ ਆਪਣੇ ਮਤਲਬ ਜਿਆਦੇ ਉਹਨਾਂ ਦੇ ਕੋਲੇ ਬਰੀਡ ਕਿਉਂ ਸੋਧੀ ਵੀ ਆ ਆਪਣੇ ਨੂੰ ਜਿਆਦੇ ਹੁਣ ਤਾਂ ਆਪਣਾ ਪੰਜਾਬ ਸਾਰੇ ਡਾਕੇ ਮਾਰ ਲਿਆ ਕਿਉਂਕਿ ਆਪਣਾ ਪੰਜਾਬ ਪੈਸੇ ਦੇ ਦਮ ਤੇ ਸੀਜ ਖਰੀਦ ਲਾਂਦਾ ਹੁਣ ਤਾਂ ਆਪਣਾ ਪੰਜਾਬ ਹੀ ਜਿੱਤੀ ਜਾਂਦਾ ਕਈ ਸਾਲ ਹੋ ਗਏ ਹੁਣ ਤਾਂ ਐ ਕਹਿ ਸਕਦੇ ਆ ਸਭ ਤੋਂ ਜਿਹੜੀ ਬੈਸਟ ਬਰੀਡ ਹੈ ਮੂਰਾ ਦੀ ਪਾਉਂਦੀ ਨੀਲੀ ਰਾਵੀ ਦੀ ਪਾਉਂਦੀ ਨੀਲੀ ਦੀ ਉਹ ਪੰਜਾਬ ਦੇ ਵਿੱਚ ਹੀ ਆ ਹਾਂ ਨੀਲੀ ਵੀ ਦੇਖਣ ਨੂੰ ਬਹੁਤ ਘੱਟ ਮਿਲੂ ਹੁੰਦ ਉਹ ਟਾਵੇਂ ਟੱਲੇ ਬੰਦਿਆਂ ਦੇ ਕੋਲੇ ਸਾਨੂੰ ਉਹ ਹੋਂਦ ਦੇ ਵਿੱਚ ਮਿਲੂਗੀ ਜਿਹੜੀ ਨੀਲੀ ਨੀਲੀ ਆ ਇਕੱਲੀ ਨੀਲੀ ਰਾਵੀ ਮਿਲ ਜੂਗੀ ਤਾਂ ਉਹ ਬਰੀਡ ਤੇ ਨਹੀਂ ਕਿਸੇ ਨੇ ਵੀ ਦੱਸਿਆ ਬਾਈ ਵੀ ਆਪਾਂ ਕੰਮ ਕਿਵੇਂ ਕਰਨਾ ਵੀ ਪਲੱਸ ਨਾਲ ਪ ਮੈਂ ਦੇਖਿਆ ਉੱਥੇ ਬੰਦੇ ਫਿਰਦੇ ਆ ਜਿਹੜੇ ਝੋਟਿਆਂ ਨੂੰ ਆਪਾਂ ਇਹ ਵੀ ਇੰਟਰਵਿਊ ਦੇ ਵਿੱਚ ਚਲੋ ਪਸ਼ੂਆਂ ਵਾਲੀ ਇੰਟਰਵਿਊ ਆ ਜੀ ਦੇਖਣਗੇ ਭਰਾ ਹਨਾ ਆਪਾਂ ਨੂੰ ਜਿਹੜੇ ਫਾਰਮ ਕਰਨ ਵਾਲੇ ਆ ਇਹ ਵੀ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਅੱਜ ਤੱਕ ਤੁਸੀਂ ਜਿਹੜੇ ਝੋਟੇ ਦੀ ਮਾਂ ਨਹੀਂ ਦੇਖੀ ਜਿਹੜੇ ਝੋਟੇ ਦੀ ਤੁਸੀਂ ਭੈਣ ਨਹੀਂ ਦੇਖੀ ਤੁਸੀਂ ਅੱਜ ਵੀ ਉਹਦੇ ਟੀਕੇ ਲਵਾ ਰਹੇ ਆ ਹਾਂ ਜਿਹੜੀ ਚੀਜ਼ ਤੁਸੀਂ ਬਰੀਡਰ ਨੂੰ ਦੇਖ ਲਓ ਵੱਡੇ ਨੂੰ ਠੀਕ ਹੈ ਯਕੀਨ ਮੈਂ ਕਹਿਣਾ ਮੈਂ ਇਕੱਲਾ ਮੈਂ ਲੋਕਾਂ ਦੇ ਨਹੀਂ ਕਹਿੰਦਾ ਪਰ ਮੈਂ ਹੱਕ ਠੋਕੇ ਕਹਿ ਸਕਦਾ ਵੀ ਆਪਾਂ ਰਜਗਾਰ ਛੱਡ ਦਾਂਗੇ ਆਪਦਾ ਠੀਕ ਹੈ ਆਪਾਂ ਜਿਹੜੀ ਚੀਜ਼ ਟੀਕਾ ਭਰਾਵਾਂਗੇ ਜਦੋਂ ਮਰਜੀ ਡੀਐਨਏ ਟੈਸਟ ਕਰਾਓ ਕੁਛ ਮਰਜੀ ਕਰੋ ਆਪਾਂ ਆਪਦੇ ਰਜਗਾਰ ਚ ਝੂਠ ਨਹੀਂ ਮਾਰੇ ਕਦੇ ਵੀ ਖੇਤ ਨੂੰ ਖੇਤ ਦੀ ਬਾੜ ਖਾਨ ਲੱਗ ਜੇ ਉਹ ਕਾਮਯਾਬ ਨਹੀਂ ਹੁੰਦੀ ਕਿਉਂਕਿ ਬਰੀਡਿੰਗ ਮੇਰੀ ਹੈ ਮੇਰੀ ਕੀ ਮੱਝਾਂ ਟੀਕੇ ਹੀ ਭਰਾਉਣੇ ਹੋ ਜਾਂ ਸਾਨ ਰੱਖਿਆ ਹੋਇਆ ਨਹੀਂ ਨਹੀਂ ਟੀਕੇ ਭਾਈ ਜੀ ਹੁਣ ਅਗਲੀ ਵਾਰ ਨੂੰ ਸਾਨ ਰੱਖਿਆ ਜੀ ਕਿਉਂਕਿ ਸਾਨਾਂ ਦਾ ਜਿਹੜਾ ਸੈਟਮ ਹੈ ਉਹ ਵੱਖਰਾ ਹੈ ਪਰ ਇਦੋਂ ਪਹਿਲਾਂ ਟੀਕੇ ਬੈ ਤੇ ਜੇ ਆਪਾਂ ਬਿਮਾਰੀ ਕਿਨੂੰ ਦੇਖਿਆ ਜਾਵੇ ਜਿਹੜਾ ਸਾਂਹ ਹੈ ਜੇ ਤਾਂ ਤੁਸੀਂ ਨਹੀਂ ਛੱਡਣਾ ਆਪਦੇ ਫਾਰਮ ਤੋਂ ਬਾਹਰ ਫੇਰ ਤਾਂ ਤੁਹਾਡੇ ਲਈ ਸਾਂਹ ਬੈਸਟ ਹੈ ਪਰ ਜੇ ਤੁਸੀਂ ਸਾਂਹ ਪਿੰਡ ਦੇ ਵਿੱਚ ਵੀ ਛੱਡਣਾ ਫੇਰ ਤੁਹਾਨੂੰ ਸਾਂਹ ਖਤਮ ਕਰ ਦੋ ਕਿਉਂਕਿ ਜਿਹੜੀ ਹੁੰਦੀ ਹੈ ਜਿਵੇਂ ਬਰਸੋਲਾ ਬਿਮਾਰੀ ਆ ਜਾਂਦੀ ਹੈ ਵੀ ਹੀਟ ਲੰਮੀ ਰੱਖਣੀ ਰਹਣਾ ਨਹੀਂ ਬੱਚਾ ਛੱਟਣ ਵਾਲੀ ਆ ਗਈ ਵੀ ਕਿਸੇ ਮੱਝ ਨੇ ਬੱਚਾ ਹਟਾ ਉਹ ਸਾਂਹ ਤੋਂ ਕਰਾਸ ਕਰਵਾਤੀ ਜਿਹੜੀ ਉਹ ਬਿਮਾਰੀ ਹੈ ਦੂਜੀ ਮੱਝ ਜਾਵੜੀ ਉਹ ਬੱਚੇ ਹਟਣ ਲੱਗ ਜੂ ਤੀਜੀ ਜਾਵੜੀ ਜਾਦ ਜਿਹੜੇ ਫਾਰਮਾਂ ਦੇ ਵਿੱਚ ਆਉਂਦੇ ਆ ਬੱਚੇ ਹਟਣ ਨਾਲ ਤੇ ਪਾਰ ਵਾਲੀ ਸਮੱਸਿਆ ਉਹ ਇੰਨਾ ਕਾਰਨ ਨਹੀਂ ਸਹੀ ਆ ਤਾਂ 10-15 ਪਸ਼ੂਨ ਆਪਦੇ ਵਾਸਤੇ ਰੱਖਿਆ ਹੋਵੇ ਜੇ ਤੁਹਾਨੂੰ ਪਤਾ ਲੱਗਦਾ ਵੀ ਸਾਡੇ ਫਾਰਮ ਚਾਹ ਮੱਝ ਨੂੰ ਨੁਕਸਾਨ ਹੋ ਗਿਆ ਜੀ ਹਨਾ ਤਾਂ ਤੁਸੀਂ ਉਹ ਮੱਝ ਨੂੰ ਦੁਬਾਰੇ ਹੋ ਨਾ ਕਰੋ ਠੀਕ ਹੈ ਜੀ ਵੀ ਉਹਨੂੰ ਤੁਸੀਂ ਮਤਲਬ ਨਹੀਂ ਲਵਾਉਣੀ ਉਹਦੇ ਟੀਕਾ ਭਰਾ ਲਓ ਵੀ ਉਹ ਸਾਂਹਤੋਂ ਨਹੀਂ ਲਵਾਉਣੀ ਤੇ ਜਿਹੜੀਆਂ ਤੁਹਾਨੂੰ ਪਤਾ ਮੱਝਾਂ ਵੀ ਟਾਈਮ ਤੋਂ ਟਾਈਮ ਸੂਈ ਜਾਂਦੀਆਂ ਕੋਈ ਚੱਕਰ ਨਹੀਂ ਇਹਨੂੰ ਤਾਂ ਉਹ ਤੁਸੀਂ ਮੱਝਾਂ ਮਤਲਬ ਸਾਂਹਤੋਂ ਪਰੋਸ ਕਰਾ ਸਕਦੇ ਮੱਝ ਦੇ ਵਿੱਚ ਵੀ ਨੁਕਸ ਹੋ ਸਕਦਾ ਹਾਂਜੀ ਹਾਂਜੀ ਮੱਝ ਨੂੰ ਜੀ ਹਾਂਜੀ ਮੱਝ ਦੇ ਵਿੱਚ ਡਿੱਕ ਤਾਂ ਹੁਣ ਆਪ ਨੂੰ ਪਤਾ ਹੈ ਪਸ਼ੂ ਸਾਰੇ ਠੀਕ ਠਾਕ ਹੈ ਜਿਹੜੇ ਪਸ਼ੂ ਦਾ ਪਤਾ ਵੀ ਜੇਰ ਦੀ ਸਮੱਸਿਆ ਰਹਿ ਗਈ ਇਹ ਹੀਟ ਲੰਮੀ ਰੱਖਦੇ ਆ ਪੰਜ-ਪੰਜ ਦਿਨ ਪਾਣੀ ਦੇਈ ਜਾਂਦੀ ਹੈ ਜਿਵੇਂ ਬਰਸੋਲਾ ਹੋ ਗਿਆ ਉਹਨੂੰ ਠੀਕ ਆ ਉਹ ਆਸਾਨ ਕ੍ਰੋਸ ਕਰੂਗਾ ਦੂਜੀ ਮੱਝ ਆਪਾਂ ਸਹੀ ਸਲਾਮਤ ਕਰ ਲਈ ਤਾਂ ਉਹ ਮੱਝ ਨੂੰ ਫੇਰ ਬਿਮਾਰੀ ਪੈ ਜੇ ਝੋਟੇ ਦੇ ਨਾਲ ਹੀ ਇੱਕ ਵਾਰੀ ਝੋਟੇ ਨੂੰ ਜਿਹੜੀ ਮੱਝ ਤੋਂ ਬਿਮਾਰੀ ਝੋਟੇ ਨੂੰ ਪੈਣੀ ਆ ਝੋਟੇ ਤੋਂ ਬਿਮਾਰੀ ਦੂਜੀਆਂ ਸਾਰੀਆਂ ਮੱਝਾਂ ਨੂੰ ਪਾਉਗੀ ਜੇ ਤੁਹਾਡੇ ਕੋਲੇ ਘਰੇ ਸਾਂ ਰੱਖਿਆ ਆਪ ਨੂੰ ਪਤਾ ਵੀ ਆਹ ਮੱਝ ਗਲਤ ਹੋ ਗਈ ਤਾਂ ਉਹ ਮੱਝ ਦਾ ਟੀਕਾ ਭਰਾਲੋ ਉਹਨੂੰ ਆ ਉਹ 3 ਤੋਂ 5 ਐਮਐਲ ਹੈ ਉਹਦੇ ਵਿੱਚ ਦਵਾਈ ਮਿਲਾ ਕੇ ਸਮਝ ਲਓ 30 40 ਐਮਐਲ ਬਣ ਜਾਂਦਾ ਜੀ ਉਹਦੇ 30 40 ਐਮਐਲ ਦੇ ਵਿੱਚ ਜਿਹੜਾ ਟੀਕੇ ਦੀ ਡੋਜ਼ ਹੁੰਦੀ ਹੈ ਬਾਈ ਜੀ ਉਹ 400 ਦੇ ਲਗਭਗ ਡੋਜ਼ ਬਣਦੀ ਹੈ 300 ਤੋਂ ਲੈ ਕੇ 450 ਇੱਕ ਇੱਕ ਵਾਰੀ ਸਪਰਮ ਲੇਤਾ ਜਾਂਦਾ ਝੋਟੇ ਤੋਂ ਉਹਦੀ 450 ਡੋਜ਼ ਬਣ ਗਈ ਉਹ 450 ਮਹੀਸਾਂ ਦੇ ਅੰਦਰ ਲਗ ਲਗ ਆਪਾਂ ਪਾਵਾਂਗੇ ਯਕੀਨਨ ਨਹੀਂ ਠੀਕ ਹੈ ਉਹਦੇ ਵਿੱਚੋਂ ਦੇਖੋ ਵੀ ਹੁਣ ਹਰ ਇੱਕ ਹਰ ਇੱਕ ਬੱਚਾ ਪੈਦਾ ਹੋਣਾ ਉਹਦੇ ਚੋਂ ਉਦੀ ਕੋਈ ਜਦੋਜ਼ਾਹਰ ਨਹੀਂ ਹਰ ਇੱਕ ਨੇ ਬੱਚੇ ਦਾ ਨੀ ਦੇ ਵਿੱਚ ਆਪਾਂ ਕਰਤਾ ਜਿਹੜਾ ਸੈੱਲਾ ਅੰਡਾ ਕਹਿਣ ਦਾ ਪਾਪ ਉਹਦੇ ਵਿੱਚ ਸੌਖਾ ਹੀ ਜਾਂਦਾ ਉਹ ਤੇ ਸੌਖਾ ਹੀ ਉਹਨੇ ਬੱਚੇ ਨੇ ਪੈਦਾ ਹੋ ਜਾਣਾ ਪਰ ਜਿਹੜੀ ਡਾਇਰੈਕਟ ਕ੍ਰਾਸਿੰਗ ਹੈ ਨਾ ਉਹਦੇ ਵਿੱਚ ਇੱਕ ਤਰ੍ਹਾਂ ਮੰਨ ਲਓ ਜਿਵੇਂ ਰੇਸ ਲਾਉਣੀ ਹੁੰਦੀ ਹੈ ਇਨਸਾਨ ਦੀ ਰੇਸ ਲੱਗਣੀ ਹੈ ਉਹਨਾਂ ਦੀ ਜਿਵੇਂ ਕੁਦਰਤ ਨੇ ਉਹਨੂੰ ਗਿਆਨ ਦਿੱਤਾਗਾ ਸਪਰਮ ਨੂੰ ਵੀ ਤੁਸੀਂ ਆਪਦੀ ਮਾਂ ਦੇ ਪੇਟ 'ਚ ਹੀ ਜਾਣਾ ਹੈ ਹੋਰ ਪਾਸੇ ਨਹੀਂ ਜਾਣਾ ਉਹਨਾਂ ਦੀ ਆਪਸ ਵਿੱਚ ਰੇਸ ਸਟਾਰਟ ਹੁੰਦੀ ਹੈ ਦੇਖੋ ਜਿੱਨਾਂ ਸਮਾਂ ਡਾਕਟਰ ਕਹਿੰਦੇ ਆ ਨਾ 24 ਘੰਟੇ 27 ਘੰਟੇ ਉਹਨਾਂ ਦੀ ਰੇਸ ਸਟਾਰਟ ਹੋਣੀ ਹੈ ਉਹਨਾਂ ਦੇ ਵਿੱਚੋਂ ਜਿਹੜੇ ਮਾੜੇ ਸਪਰਮ ਆ ਕੋਈ ਗਲਤ ਪਜਾਉ ਕੋਈ ਕੋਈ ਕਰੂ ਕੋਈ ਡੈੱਡ ਹੋਈ ਜਾਊ ਰਾਹ ਦੇ ਵਿੱਚ ਜਿਹੜਾ ਸਭ ਤੋਂ ਵੈਸਟ ਹੋਇਆ ਛੋਟੀ ਦਾ ਹੋਇਆ ਉਸ ਪਰਮ ਨੇ ਜਾ ਕੇ ਸਭ ਤੋਂ ਪਹਿਲਾਂ ਅੰਡੇ ਦੇ ਵਿੱਚ ਪੜਨਾ ਜਦੋਂ ਉਹ ਅੰਡੇ ਦੇ ਵਿੱਚ ਪੜ ਗਿਆ ਦੂਜੇ ਨਾਲ ਦੀ ਨਾਲ ਅੰਡੇ ਨੇ ਯੈਰ ਛੱਡ ਦੇਣੇ ਦੂਜੇ ਮਰ ਜਾਂਦੇ ਆ ਜਣੀ ਕੀ ਕਹਿਣ ਦਾ ਭਾਵ ਵੀ ਅੰਡੇ ਦੇ ਵਿੱਚ ਇੱਕ ਹੀ ਪੜਦਾ ਹੈ ਠੀਕ ਹੈ ਤੇ ਉਹੀ ਬੱਚੇ ਨੇ ਪੈਦਾ ਹੋਣਾ ਜੀ ਜੇ ਉਹ ਕੱਟੀ ਪੈਦਾ ਹੋ ਗਈ ਉਹਨੇ ਜਿਹੜੇ ਟੀਕਿਆਂ ਦੇ ਬੱਚਿਆਂ ਨੂੰ ਉਹਨਾਂ ਨੂੰ ਵੀ ਦੁੱਗਣੀ ਬਾਡੀ ਚੰਗੀ ਦੁੱਗਣਾ ਜ਼ਿਆਦਾ ਵਧੀਆ ਦੁੱਧ ਦੇਣਾ ਉਹਨੇ ਤੇ ਕੱਟਾ ਹੋ ਗਿਆ ਉਹ ਵੀ ਜ਼ਿਆਦਾ ਚੰਗਾ ਪੈਦਾ ਹੋਣਾ ਉਹ ਜਿਹਨੇ ਕਿ ਸਟੌਂਗ ਬੱਚਾ ਜ਼ਿਆਦਾ ਆਉਂਦਾ ਜੀ ਫਿਜ਼ੀਕਲ ਸਟੌਂਗ ਹੈ ਮੱਕੀ ਦੇ ਅਚਾਰ ਬਾਰੇ ਹਾਂਜੀ ਕੀ ਵਿਚਾਰ ਨੇ ਮੱਕੀ ਦਾ ਕੁਝ ਤਿਆਰ ਵਿੱਚੋਂ ਕੁਝ ਬਦਲਣਾ ਚਾਹੁੰਦੇ ਹੋ ਜਾਂ ਕੀ ਕਰ ਨੀ ਮੱਕੀ ਦਾ ਤਾਂ ਜੀ ਇਹੀ ਹੈ ਜਿਹੜਾ ਤਾਂ ਦੇਖੋ ਭਰਾਮਾ ਦਾ ਸ਼ਰਦ ਹੈ ਥੋੜੇ ਪਸੂ ਵਾਲੇ ਆ ਉਹ ਤਾਂ ਨਾ ਪਾਉਂਦਾ ਕੋਈ ਅੱਗੇ ਵੀ ਆਪਾਂ ਗੱਲ ਕਰਦੇ ਹੁੰਨੇ ਆ ਆਪਾਂ ਗਾਂਗਾਂ ਨੂੰ ਨਹੀਂ ਕਹ ਸਕਦੇ ਜਿਹੜੇ ਵੱਡੇ ਕਿਹੜਾ ਕਿਹੜਾ ਪਾਉਂਦੇ ਸੀ ਪਰ ਲੋਕ ਦੱਸ ਦੱਸ ਮੱਝਾ ਰੱਖਦੇ ਜਿਹੜੇ ਪਹਿਲਾਂ ਕਿਹੜਾ ਮੱਕੀ ਚਾਰੀ ਪੈਂਦਾ ਬਾਈ ਜੀ ਲੋਕ ਸਮਝਦੇ ਨਹੀਂ ਵੀਰੇ ਅੱਜ ਵੀ ਫੰਗਸ ਦਾ ਕਿਉਂ ਨਾ ਇਸ ਲਈ ਬਾਈ ਚੱਕੀ ਜਾਂਦੀ ਆ ਕਿਉਂ ਸਮਾਨ ਚੱਕੀ ਜਾਂਦੇ ਆ ਮੋਗੇ ਦੇ ਵਿੱਚੋਂ ਕੋਈ ਮੋਗੇ ਦੇ ਬੰਦੇ ਨੇ ਨੂੰ ਪੁੱਛ ਲਏ ਉਹਨਾਂ ਨੇ ਸਰੇ ਆਮ ਵੀਰੇ ਖਬਰ ਦੇ ਵਿੱਚ ਆਪਣੇ ਕੋਲੇ ਫੋਨ ਦੇ ਵਿੱਚ ਪਈ ਐ ਸਰੇ ਆਮ ਉਹ ਕਹਿੰਦੇ ਵੀ ਪੰਜਾਬ ਦੇ ਵਿੱਚੋਂ ਫੰਗਸ ਨਹੀਂ ਜਾਂਦੀ ਦੁੱਧ ਦੇ ਵਿੱਚੋਂ ਬਾਈ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਮੈਂ ਮੰਨਦਾ ਵੀਰੇ ਵੀ ਫੰਗਸ ਰਹਿੰਦੀ ਆ ਵੀਰੇ ਉਲੀ ਜਦੋਂ ਉਲੀ ਰਹੂਗੀ ਬਾਈ ਉਹਦੇ ਨਾਲ ਫੰਗ ਮੈਂ ਮੱਝਾਂ ਵਾਲੇ ਨੂੰ ਪਹਿਲਾਂ ਤੋਂ ਵੀ ਕਹਿਣਾ ਹੌਲੀ ਹੌਲੀ ਮੱਝਾਂ ਵਾਲ ਨੂੰ ਕੋਈ ਹੁਣ ਆਪਣੇ ਤੇ ਲੱਗਣ ਵਾਲਾ ਬੰਦਾ ਵੀ ਹੋਊ ਕੋਈ ਨਹੀਂ ਜਿਹੜਾ ਫਾਰਮ ਵੱਡਾ ਹੋ ਗਿਆ ਮੰਨ ਲਓ ਹੁਣ ਵਿੱਚ ਮੈਨੂੰ ਵੀ ਬੰਦੇ ਕਹਿੰਦਾ ਪਿੰਦੀ ਕਹਿੰਦਾ ਚਾਰ ਨਹੀਂ ਪਾਉਣਾ ਨਾਲੇ ਪਿੰਦੀ ਆਪ ਵੀ ਜੀ ਬੈਠਾ ਦੋ ਦੋ ਰਿਜਨ ਹੋ ਗਏ ਨਾ ਜੀ ਮੈਂ ਖੁਦ ਕਹਿਣਾ ਵੀ ਚਾਰ ਮਾੜਾ ਹੈ ਨਾਲੇ ਮੈਂ ਵਿਚਾਰ ਬੀਜੀ ਬੈਠਾ ਪਰ ਜਿਹੜਾ ਮੈਂ ਚਾਰ ਬੀਜ ਦਾ ਇੰਨੇ ਪਸੰਨਾਂ ਦੇ ਵਿੱਚ ਮੈਂ 4-5 ਕਿੱਲੀ ਬੀਜਦਾ ਮੈਂ ਜਿਹੜਾ ਚਾਰ ਬੀਜ ਦਾ 5-6 ਕਿੱਲੇ ਬੀਜਦਾ ਉਹਦੇ ਵਿੱਚ ਕੀ ਹੈ ਜਿਹੜੇ ਕੱਟੇ ਹੋਗੇ ਸਾਲ 6-7 ਮਹੀਨਾ ਤੋਂ ਉੱਤੇ ਕੱਟਰੂ ਹੋ ਗਿਆ ਸਾਲ ਤੋਂ ਉੱਤੇ ਕੱਟਰੂ ਹੋ ਗਿਆ ਜਿੰਨਾ ਟਾਈਮ ਝੋਟੀ ਨਵੇਂ ਦੁੱਧ ਨਹੀਂ ਹੁੰਦੀ ਜਿੱਦੇ ਉਹ ਨਵੇਂ ਦੁੱਧ ਹੋ ਕੇ ਕ੍ਰਾਸ ਹੋ ਕੇ ਤਿੰਨ ਕੁ ਮਹੀਨਾ ਦੀ ਹੋ ਗਈ ਗੱਭਣ ਉਸ ਤੋਂ ਬਾਅਦ ਉਹਦਾ ਚਾਰ ਬੰਦਾ ਜੀ ਬਸ ਜਦੋਂ ਉਹ ਗੱਭਣ ਦੇ ਵਿੱਚ ਪੈ ਗਈ ਚੈੱਕ ਪਾਸ ਕਰਤੀ ਡਾਕਟਰ ਨੇ ਵੀ ਤਿੰਨ ਮਹੀਨਾ ਦੀ ਗੱਭਣ ਉਸ ਤੋਂ ਬਾਅਦ ਮੈਂ ਚਾਰ ਨਹੀਂ ਪਾਉਂਦਾ ਬਾਈ ਉਸ ਤੋਂ ਬਾਅਦ ਕੱਖ ਮੁੱਕ ਕੇ ਕੱਲੀ ਸੰਨੀ ਦ બસ ਉਹਨਾਂ ਨੂੰ ਪਚਾਰ ਨਹੀਂ ਪਾਉਣਾ ਚਾਰ ਬਸ ਕੱਲਾ ਉਹਨਾਂ ਵਾਸਤੇ ਆ ਜਿਵੇਂ ਆ ਦੋ ਗਾਵਾਂ ਖੜੀਆਂ ਹੂੰ ਠੀਕ ਆ ਤੇ ਨਾਲ ਇਹਨਾਂ ਦੇ ਕੋਈ ਆ ਬੱਚੇ ਪੈਦਾ ਹੋ ਗਏ ਅੱਜ ਬੱਟੇ ਖੜੇ 8-10 ਬੱਚੇ ਖੜੇ ਆ ਤਾਂ ਪੰਜ ਛੀ ਮਤਲਬ ਕੱਟਈ ਹੋ ਗਏ ਮੇਰੇ ਕੋਲੇ ਤਾਂ ਕੋਈ ਦੋ ਬਿਹੜਾ ਹੋ ਗਈਆਂ ਮਤਲਬ ਜਿਹੜੇ ਜਾਨੀ ਕਿ ਬਿਨਾ ਸੌਰ ਨਾਲ ਹੈ ਨਾ ਜਿਹੜੇ ਆਸ ਨਹੀਂ ਲੱਗਦੇ ਨਵੇਂ ਦੁੱਧ ਨਹੀਂ ਹੁੰਦੇ ਉਥੋਂ ਤੱਕ ਮੈਂ ਚਾਰ ਪਾਉਣਾ ਜਦੋਂ ਚੈੱਕ ਪਾਸ ਹੋ ਗਈ ਵੀ ਇਹ ਗੱਬਣ ਹੋ ਗਈ ਬਸ ਉਦੋਂ ਬਾਅਦ ਚਾਰ ਨਹੀਂ ਪਾਉਂਦਾ ਮੈਂ ਉਹ ਵੀ ਚਾਰ ਪਾਉਣ ਦਾ ਰੀਜ਼ਨ ਵੀ ਕੀ ਦੱਸਾਂ ਹੁਣ ਮੰਨ ਲਓ ਬੰਦੇ ਆਪਣੇ ਕੋਲੇ ਆਪਣੇ ਕੋਲੇ ਸਾਰੇ 40-42 ਪਸ਼ੂ ਹੋ ਗਏ ਇਹਨਾਂ ਦੇ ਵਿੱਚੋਂ ਲਗਭਗ 25-22 ਸੂਣ ਵਾਲੇ ਬਣਦੇ ਆ ਵੀ ਕੋਈ ਟੋਕੜ ਕੋਈ ਗੱਬਣ ਹਨਾ ਤਾਂ ਦੂਜੇ ਪਸ਼ੂ ਜਾਨੀ ਕਿ ਮੇਰੇ ਕੋਲੇ 15 ਤੋਂ 20 ਜਿਹੜੇ ਹੈਗੇ ਫੰਡਰਖਾਨ ਵਾਲੇ ਆ ਜਿਹੜੇ ਫੰਡਰਖਾਨ ਵਾਲੇ ਆ ਉਹਨਾਂ ਨੂੰ ਜਿਹੜਾ ਸਾਇਲ ਜਪਾਉਣਾ ਹੈ ਉਹਨਾਂ ਨੂੰ ਇੱਕ ਤਾਂ ਜੇ ਦਾਣਾ ਮੈਂ 2 3 ਕਿਲੋ ਪਾਉਣਾ ਦੋ ਵਾਰੀ ਮੈਂ ਸੰਨੀ ਕਰਨੀ ਮੈਨੂੰ ਸੰਨੀ ਕਰਨ ਦੀ ਲੋੜ ਨਹੀਂ ਵੀ ਮੈਂ ਚਾਰੀ ਤੂੜੀ ਦੇ ਵਿੱਚ ਰਲਾ ਦੇਣਾ ਇੱਕ ਵਾਰੀ 1 ਕਿਲੋ ਕਦਾਨਾ ਪਾ ਦੂੰਗਾ ਨਾਲੇ ਮੇਰਾ ਕਿਲੋ ਦਾਣਾ ਬਾਜੂ ਨਾਲੇ ਮੈਨੂੰ ਤੂੜੀ ਦੋ ਵਾਰੀ ਕਰਨ ਦੀ ਲੋੜ ਨਹੀਂ ਉਹ ਇੱਕ ਮਜਬੂਰੀ ਬਣ ਗਈ ਕੱਖ ਨਹੀਂ ਵੱਡੇ ਜਾ ਸਕਦੇ ਹੋਰ ਤੇ ਜਿਹੜੇ ਹੁਣ ਆਪਣੇ ਬਾਈਕ ਪਸ਼ੂ ਹੈ ਉਹਨਾਂ ਨੂੰ ਆਪਾਂ ਨੂੰ ਪਤਾ ਹੈ ਵੀ ਬਾਈਕ ਨੂੰ ਇੱਕ ਟਾਈਮ ਦੇ ਬਾਈਕ ਟੋਕਰੇ ਚਾਹੀਦੇ ਦੋਨੇ ਟਾਈਮਾਂ ਦੇ ਵੀ 30 35 ਟੋਕਰੇ ਹੁਣ ਵਧੀਆ ਯਾਨੀ ਕਿ ਨਾ ਜ਼ਿਆਦੇ ਕੱਖ ਵਧਣ ਦੀ ਲੋੜ ਨਾ ਘੱਟ ਵਧਣ ਦੀ ਲੋੜ ਨਾਲੇ ਕੱਖ ਘੰਟੇ ਵਿੱਚ ਵੱਡੇ ਜਾਂਦੇ ਬਸ ਸਿਰਫ ਇੱਕ ਇਹ ਸ ਆਪਣੇ ਖੇਤਾਂ ਦੇ ਵਿੱਚ ਜੇ ਦਾਲ ਨਹੀਂ ਬਣੀ ਹੁੰਦੀ ਆਪਾਂ ਨੂੰ ਕੀ ਕਰਦੇ ਲੇਡੀਜ਼ ਘਰੋਂ ਚਾਰ ਤੋਰਦੀਆਂ ਨਾ ਅੰਬ ਦਾ ਚਾਰ ਮਿਰਚ ਦਾ ਚਾਰ ਉਹ ਇੱਕ ਤਾਕਤ ਨਹੀਂ ਉਹ ਸਿਰਫ ਇੱਕ ਸਵਾਦ ਹੈ ਹਰੀ ਮਿਰਚ ਖਾਵੋਗੇ ਡਾਕਟਰ ਕਹਿੰਦੇ ਅੱਖਾਂ ਦੀ ਰੋਸ਼ਨੀ ਵਾਸਤੇ ਸਭ ਤੋਂ ਚੰਗੀ ਹੈ ਤੇ ਡਾਕਟਰ ਚਾਰ ਕਿਉਂ ਨਹੀਂ ਕਹਿੰਦਾ ਵੀ ਚਾਰ ਖਾਓ ਅੱਖਾਂ ਦੀ ਰੋਸ਼ਨੀ ਨੂੰ ਚੰਗਾ ਹੋਊਗਾ ਮਿਰਚ ਦਾ ਚਾਰ ਕਿ ਨਹੀਂ ਕਹਿੰਦੇ ਜੀ ਹਨਾ ਉਹ ਇੱਕ ਸਰਪੇ ਆਪਣਾ ਸਵਾਦ ਹੈ ਜਿਹੜੀਆਂ ਮੱਝਾਂ ਨੂੰ ਇਹ ਤੋਂ ਵੱਡੇ ਫਾਰਮ ਹੋ ਜਾਂਦੇ ਵੱਡੇ ਫਾਰਮ ਕੀ ਜਿਹੜੇ 20 25 25 ਮੱਝਾਂ ਵਾਲੇ ਸੀਗੇ ਪਹਿਲਾਂ ਪਾਉਣ ਲੱਗੇ ਹੁਣ ਆਟੋਮੈਟਿਕ ਹੀ ਚਾਰ ਬਈ ਛੱਡੀ ਜਾਂਦੇ ਹੋ ਇਸ ਗੱਲ ਦਾ ਅਹਿਸਾਸ ਹੈ ਕਿ ਅਚਾਰ ਬਿਲਕੁਲ ਬਰੀ ਹਾਂ ਬਿਲਕੁਲ ਸੱਡਣਾ ਚਾਉਣਾ ਬਸ ਥੋੜੀ ਜੀ ਪ੍ਰੋਬਲਮ ਕੀ ਹੁੰਦਾ ਜਿਵੇਂ ਲੇਬਰ ਆਪਣੇ ਕੋਲ ਤੋਂ ਹੁੰਦੇ ਇੱਕ ਅੱਧਾ ਬੰਦਾ ਘਟ ਜਾਂਦਾ ਹਨ ਉਥੋਂ ਪ੍ਰੋਬਲਮ ਪੈਂਦੀ ਹੈ ਹੁਣ ਮੈਂ ਗਾਹਾਂ ਲਈ ਵਾਰ ਜਿੰਨਾ ਕਿ ਚਾਰ ਤੇ ਖਰਚਾ ਕਰਨਾ ਉਹ ਮੈਂ ਸੰਦੀ ਬਣਾ ਲੂੰਗਾ ਉਹ ਵੱਡਣ ਵਾਲੀ ਮਸ਼ੀਨ ਵਾਲਾ ਨੂੰ ਸਵਾ ਕ ਲੱਖ ਰੁਪਏ ਦੀ ਹੁਣ ਕੱਖ ਵੱਡਣ ਵਾਲੀ ਜਦੋਂ ਕੱਖ ਮਸ਼ੀਨ ਨਾਲ ਵੜਤੇ ਤੇ ਨਾਲ ਦੋ ਬੰਦੇ ਚੱਕਤਾ ਬੰਦੇ ਛੇਤੀ ਸਕਦੇ ਆ ਤੇ ਵੱਡੀ ਮਸ਼ੀਨ ਹੀ ਕੁੱਤਰਨ ਵਾਲੀ ਬਣਾ ਲਾਂਗੇ ਠੀਕ ਹੈ ਵੀ ਜਿਹੜਾ ਛੇਤੀ ਵੀ ਲਿਆਂਦੇ ਕੱਖ ਜੇ ਟਰਾਲੀ ਕੱਖਾਂ ਦੀ ਆ ਗਈ ਵੀ ਮਸ਼ੀਨ ਨੇ ਦਾ 15 ਮਿੰਟਾਂ 'ਚ ਵੜਤੇ ਵੀ 25 ਮਿੰਟ ਵੀਕ ਅੱਖਾਂ ਤੇ ਲਾਉਣਾ ਘੰਟੇ ਦੇ ਵਿੱਚ ਕੱਕ ਉਤਰਿਆ ਕਰਾਂਗੇ ਇਹ ਹੀ ਜ਼ਰਤ ਮਨਾਉਣਾ ਜੀ ਚਾਰ ਬੰਦ ਕਰਨਾ ਇਹ ਚੀਜ਼ਾਂ ਕਈ ਦੇਸਾਂ ਦੇ ਵਿੱਚ ਬੈਣ ਹੋ ਗਿਆਂ ਸਭ ਤੋਂ ਵੱਧ ਇਹ ਦਿਨ ਬੱਚੇ ਮਰੇ ਆ ਡਾਕਟਰਾਂ ਨੂੰ ਇਹਨਾਂ ਨੇ ਇੱਕ ਥਿਉਰੀ ਦੇਤੀ ਵੀ ਤੁਹਾਨੂੰ ਮੋਟਾ ਕਮਿਸ਼ਨ ਜਣਾ ਤੁਸੀਂ ਬਸ ਕੀ ਕਰਨਾ ਜਦੋਂ ਬੱਚਾ ਜੰਮ ਪਿਆ ਬਸ ਤੁਸੀਂ ਕਹੋ ਨਾ ਨਾ ਜੀ ਮਾਂ ਦਾ ਦੁੱਧ ਨਹੀਂ ਇਨਫੈਕਸ਼ਨ ਕਰੂਗਾ ਜੀ ਤੁਸੀਂ ਬਸ ਸਿੱਧਾ ਦੂਜੇ ਬੱਚੇ ਦੇ ਦੁੱਧ ਲਾਓ ਉਹ ਤੁਹਾਡੇ ਬੱਚੇ ਦੇ ਸਿਹਤ ਬਾਤੇ ਚੰਗਾ ਹੈ ਉਹ ਤੁਹਾਡੇ ਬੱਚੇ ਨੂੰ ਵਧਾਉ ਨਹੀਂ ਡਾਕਟਰ ਕਿਉਂ ਨਹੀਂ ਦੱਸਦੇ ਵੀ ਜੇ ਮਾਂ ਦੇ ਦੁੱਧ ਨਹੀਂ ਆਇਆ ਦਵਾਰੇ ਉਹ ਆਪਸ਼ਨ ਤਾਂ ਆਗੀ ਪਹਿਲਾਂ ਜੇ ਮਾਂ ਦੇ ਦੁੱਧ ਹੈ ਨਹੀਂ ਚਾਚੀ ਤਾਈ ਕੋਲੇ ਬ ਕੁਈ ਭੂਆ ਕੋਲੇ ਬੱਚਾ ਹੈਗਾ ਤਾਂ ਉਹ ਦੁੱਧ ਪਿਆ ਸਕਦੇ ਜੇ ਨਹੀਂ ਹੈਗਾ ਤੁਹਾਡੇ ਕੋਲੇ ਫੇਰ ਆਪਸ਼ਨ ਹੈਗਾ ਦੂਜਾ ਬਾਹਰਲੇ ਦੁੱਧ ਦਾ ਠੀਕ ਹੈ ਉਹ ਹੁਣ ਖੁਦ ਮਾਮਾ ਦਾ ਦੁੱਧ ਹੀ ਬੰਦ ਕਰਵਾਉਂਦੇ ਆ ਵੀ ਤੁਸੀਂ ਮਾਂ ਦਾ ਦੁੱਧ ਹੀ ਨਹੀਂ ਪੋਣਾ ਜੀ ਤੇ ਸੱਟਮ ਜਿਹੜੇ ਮਾਂ ਦਾ ਦੁੱਧ ਨਹੀਂ ਚੁੰਗਿਆ ਤੇ ਉਹ ਫਿਰ ਇਨਸਾਨ ਕਹੇ ਜਾਂ ਪੈਦਾ ਹੋਊਗਾ ਤੁਸੀਂ ਆਪ ਹੀ ਦੇਖ ਲਓ ਪਰ ਕਮਜ਼ੋਰੀਆਂ ਤਾਂ ਬਣਨੀਆਂ ਨੇ ਸਰੀਰਾਂ ਦੇ ਵਿੱਚ ਜੀ ਬਸ ਇਹ ਸੱਟਮ ਇਹ ਆਪਣਾ ਜਿਹੜਾ ਸਾਰਾ ਸੱਟਮ ਹੀ ਪ੍ਰੇਟ ਹੋ ਗਿਆ ਠੀਕ ਹੈ ਹਰ ਬੰਦਾ ਕਹਿੰਦਾ ਵੀ ਮੈਂ ਤੇਰੇ ਕੋਲ ਆ ਹਰ ਬੰਦਾ ਕਹਿੰਦਾ ਮੈਂ ਤੇਰੇ ਕੋਲੋਂ ਕਿੰਨਾ ਕਿੰਨਾ ਪੈਸਾ ਕਢਾਵਾਂ ਜੇ ਤੂੰ ਚੰਗੀ ਚੀਜ਼ ਖਾਵੇਂਗਾ ਮੈਂ ਤੇਰੀ ਚੀਜ਼ ਉਹ ਮਾੜੀ ਸਾਫਤ ਕਰਨੀ ਕਰਨੀ ਹੈ ਮੈਨੂੰ ਭਾਮਾ ਦੀ ਯਾਰ ਤੇਰੇ ਤੇ ਦਿਨ ਰਾਤ ਮਿਹਨਤ ਲਾਉਣੀ ਪੈ ਜੇ ਭਾਮਾ ਦੀ ਮੈਂ 50 ਬੰਦੇ ਲਾਉਣੇ ਪੈ ਜਾਣ ਵੀ ਇਹਨੂੰ ਜਦੋਂ WhatsApp ਖੋਲੂ ਵੀ ਟੂੰਕਾ ਦਿਆ ਕਰੋ ਇੱਕ ਚੀਜ਼ ਹੀ ਮੈਸੇਜ ਜਾਣਾ ਇੱਕ ਬੰਦੇ ਨੂੰ ਇੱਕ ਦਿਨ ਦੇ ਵਿੱਚ ਤੁਸੀਂ ਯਾਰ ਦੋਤ ਨੂੰ ਜਿਹੜਾ ਬੰਦਾ ਵੱਧ ਕਰੇ ਬੈਠਾ ਲੈ ਤੁਸੀਂ ਮੈਥਲੋ 50 ਬੰਦੇ ਤੁਸੀਂ ਮੈਥਲੋ ਵੀ ਆਪਾਂ ਇਹਦੇ ਦਿਮਾਗ ਦੇ ਵਿੱਚ ਆਹ ਬੰਦਾ ਆਪਾਂ ਮంత్రి ਆਪਾਂ ਦੀ ਕੋਈ ਵੋਟਰ ਆਪਾਂ ਦੀ ਗਲਤ ਕਹੋਣਾ ਕਿਸੇ ਨੂੰ ਆਪਾਂ ਦੀ ਪਿੰਡ ਦੇ ਸਰਪੰਚ ਨੂੰ ਗਲਤ ਕਹੋਣਾ ਵੀ ਇਹਦੇ ਕੋਲ ਇੱਕ ਪੋਟਰੀ ਪਾਈ ਜਾਣਾ ਤੁਸੀਂ ਆਪਦੇ ਕੋਲ ਬਣਾ ਕੇ ਪੋਟਰ ਭੇਜੀ ਚਲੋ ਤੇ ਉਹ ਬੰਦੇ ਨੂੰ ਦੂਜੇ ਦਿਨ ਅੱਡੇ ਤੇ ਸੱਦ ਲਓ ਤੇ ਤੁਸੀਂ ਜੇਦੋਂ ਨਾ ਉਹ ਬੰਦਾ ਛੋਡੇ ਵਾਲੀ ਗੱਲ ਤੇ ਜਿਦੀ ਜਾਊਗਾ ਵੀ ਮੈਂ ਮੈਂ ਗਾਰੰਟੀ ਦਿੰਨਾ ਨਾਲੇ ਉਹ ਪਤਾ ਹੋ ਸਾਨੂੰ ਤਾਂ ਪਤਾ ਹੋ ਵੀ ਅਸੀਂ 50 ਕ ਬੰਦੇ ਨਹੀਂ ਮਿਥੀ ਸੀ ਵੀ ਇਹਨੂੰ ਟੇਡਾ ਜਾ ਵੀ ਕਿਤੇ ਉਹ ਨੰਬਰ ਤੋਂ ਪੋਟਰ ਭੇਜਤਾ ਕਿਤੇ ਗਰੁੱਪ ਚ ਭੇਜਤਾ ਕਿਤੇ ਭੇਜਤਾ ਉਹ ਦਿਮਾਗ ਜਿਵੇਂ ਸੋਸ਼ਲ ਮੀਡੀਆ ਦਿਖਾਤਾ ਨਾ ਪੰਜ ਚਾਰ ਦਿਨ ਲਗਾਤਾਰ 50 ਪੋਟਾਂ ਅਡੇ ਮੂਰੀ ਨਿਕਲ ਮੈਂ ਬੜਾ ਵੱਡਾ ਬਦਵਾਨ ਬਣ ਗਿਆ ਫੇਸਬੁੱਕ ਦਾ ਵੀ ਮੈਥੋਂ ਬਣਿਆ ਦੁਨੀਆਦਾਰੀ ਪਤਾ ਹੀ ਨਹੀਂ ਇਹ ਸੱਟ ਮੂੰਹ ਚੱਲ ਪਿਆ ਵੀ ਬੰਦੇ ਨੂੰ ਵੀ ਕਿਵੇਂ ਹੈਂਡਲ ਕਰਨਾ ਸੀਟੂ ਨੇ ਮੇਲਿਆਂ ਵਿੱਚ ਬਹੁਤ ਵਾਰ ਭਾਗੀਦਾਰੀ ਕੀਤੀ ਹੈ ਹਾਂਜੀ ਬਈ ਕੀ ਕੋਈ ਜਿੱਤਿਆ ਹਾਂਜੀ ਕੋਈ ਰੀਜ ਬਾਕੀ ਰਹਿ ਗਈ ਹੈ ਉਹਨਾਂ ਚੋਂ ਵੀ ਐ ਕਰਨ ਦੀ ਇੱਛਾ ਜੀ ਹੈਗੀ ਵੀ ਐ ਹੋ ਜੇ ਬਸ ਨਹੀਂ ਮੇਲਿਆਂ ਵਾਲੀ ਤਾਂ ਦੇਖੋ ਮੇਲਿਆਂ ਦਾ ਬਸ ਆਈਆਂ ਪਰਮਾਤਮਾ ਤੋਂ ਅਰਦਾਸ ਮੰਗਦੇ ਆ ਵੀਰ ਅੱਬਾ ਜਿਵੇਂ ਹੁਣ ਬਸ ਐ ਖੜਾ ਆ ਵੀ ਇਦਾਂ ਹੀ ਖੜਾ ਹੁੰਦਾ ਰਿਹਾ ਹੈ ਨਾ ਕਿਤੇ ਪਹਿਲੇ ਨੰਬਰ ਦੀ ਆਪਾਂ ਅਰਦਾਸ ਨਹੀਂ ਕੀਤੀ ਬਸ ਰੱਬ ਨੂੰ ਸੋਚੀਦਾ ਵੀ ਪਹਿਲੇ ਤਿੰਨ ਨੰਬਰਾਂ 'ਚ ਢਾਈ ਰੱਖ ਤੇ ਪਰਮਾਤਮਾ ਅੱਜ ਤੱਕ 2017 ਤੋਂ ਮੇਲੇ ਲੈਣ ਲੱਗਿਆ ਅੱਜ ਤੱਕ ਪਹਿਲੇ ਤਿੰਨ ਨੰਬਰਾਂ 'ਚ ਹੀ ਰਹੇ ਆ ਆਪਾਂ ਤੇ ਬਹੁਤ ਇੱਜ਼ਤ ਦਿੱਤੀ ਦੁੱਧ ਚਵਾਗਾਂ ਦੇ ਵਿੱਚ ਵੀ ਇੱਜ਼ਤ ਦਿੱਤੀ ਦੂਜਾ ਕਰਕੇ ਉਸ ਤੋਂ ਬਾਅਦ ਇੱਕ ਮਾਣ ਹੈ ਜਦੋਂ ਆਪਾਂ ਨੂੰ ਪਤਾ ਲੱਗਾ ਸਭ ਤੋਂ ਜ਼ਿਆਦਾ ਟੀਕਾ ਸੀਗਾ ਪੂਸ਼ਤਣ ਮੈਂ ਲੋਕਾਂ ਦੇ ਵਿੱਚ ਰੌਲਾ ਪਾਇਆ ਵੇ ਭਾਈਏ ਕਬੂਤਨ ਟੀਕਾ ਆ ਗਿਆ ਵੀ ਤੁਸੀਂ ਮੱਝਾਂ ਵਪਾਰੀਆਂ ਤੋਂ ਲੈਣ ਜਾਵੋਗੇ ਦੂਰਾਂ ਤੋਂ ਜਿੱਤੋਂ ਨਹੀਂ ਯਕੀਨ ਉਹ ਬੰਦੇ ਨੇ ਕੀ ਕਰਨਾ 18 ਲੀਟਰ ਵਾਲੀ ਮੱਝ ਦੇ ਬੂਟਨ ਟੀਕਾ ਲਾ ਕੇ ਵੀਰੇ ਬਲੈਕ ਦੇ ਵਿੱਚ ਟੀਕੇ ਲਾਉਂਦੇ ਆ ਬੂਟਨ ਟੀਕਾ ਲਾ ਕੇ ਉਹਨੇ ਸੋਡਾ 25 26 ਲੀਟਰ ਦੁੱਧ ਕਰਕੇ ਦੇਣਾ 25 26 ਲੀਟਰ ਵਾਲੀ ਮੱਝ ਸਾਨੂੰ ਮਿਲਣੀ ਆ 5-6 ਲੱਖ ਦੀ ਤੇ ਮੱਝ ਉਹਨੇ 18 ਲੀਟਰ ਵਾਲੀ ਹੋਣੀ ਆ 1.5 ਤੋਂ ਪੌਣੇ 2 ਲੱਖ ਰੁਪਏ ਦੀ ਨਾਲੇ ਤਾਂ ਉਹਨਾਂ ਨੇ ਆਪਣਾ ਨੁਕਸਾਨ ਕਰਤਾ ਜਿਹਨੂੰ ਗਾਹਾਂ ਵੇਚੀ ਤੇ ਨਾਲੇ ਉਹ ਬੰਦੇ ਸਕੀਮ ਲਾ ਕੇ ਮੇਲੇ ਤੇ ਲੋਕਾਂ ਨੇ ਜਿਹੜੇ ਐਂਟੀ ਬੰਦੇ ਸੀ ਮੈਨੂੰ ਬੜੀਆਂ ਗਾਲਾਂ ਕੱਢੀਆਂ ਜਿਹੜੇ ਗਲਤ ਕੰਮ ਕਰਦੇ ਸੀ ਪਰ ਮੈਂ ਉਹ ਗੱਲ ਸਹੀ ਵੀ ਜੇ ਜੱਟ ਨੇ ਕਹਿਤਾ ਤਾਂ ਕਰਕੇ ਦਿਖਾਉਂਗਾ ਤੇ ਨਹੀਂ ਕਹਿੰਦਾ ਨਹੀਂ ਠੀਕ ਆ ਬਥੇਰੇ ਲੋਕਾਂ ਦੇ ਵੀ ਬੰਦ ਨਹੀਂ ਹੁੰਦਾ ਮੈਂ ਕਿਹਾ ਬੰਦ ਕਿਉਂ ਨਹੀਂ ਹੁੰਦਾ ਵੀਰੇ ਆਪਾਂ ਐਸੋਸੀਏਸ਼ਨ ਬਣਾ ਬਣੀ ਆਪਣੀ ਬਫੈਲੋ ਫਾਰਮੈਸੀ ਨੂੰ ਧਰੋਲੇ ਮੇਲਾ ਹੋਣ ਲੱਗਿਆ ਵੱਡਾ ਜੀ ਪਹਿਲੇ ਮੇਲੇ ਤੇ ਐਲਾਨ ਕਰਤਾ ਸੀ ਵੀ ਬਾਈ ਜੀ ਅਸੀਂ ਐਂ ਕਰਾਂਗੇ ਆਪਾਂ ਦੂਜੇ ਮੇਲੇ ਤੇ ਜਾ ਕੇ ਸਾਰੇ ਮੇਲੇ ਚ ਕੈਮਰੇ ਲਵਾਤੇ ਤੇ ਮੈਂ ਸੱਚਵਾਈ ਵਾਲਿਆਂ ਨੂੰ ਕਹਤਾ ਟਰੈਕਟਰ ਨਾਮਾਂ ਚ ਰੱਖੇ ਵੱਡੇ ਠੀਕ ਆ ਵੀ ਟਰੈਕਟਰ ਜਿੱਤਣ ਨੂੰ ਜਿਹ ਦਵਾਈ ਅਸੀਂ ਲਿਖ ਕੇ ਦੇਵਾਂਗੇ ਉਹੀ ਲੱਗਣੀ ਆ ਸਾਡੇ ਡਾਕਟਰ ਦਵਾਈ ਲਾਉਣਗੇ ਕੋਈ ਬਾਹਰਲੀ ਦਵਾਈ ਨਹੀਂ ਲੱਗਣੀ ਕੈਮਰੇ ਉੱਤੇ ਲੱਗੇ ਵੀ ਜੀ ਹਰ ਤਿੰਨ ਤਨ ਮਹੀਨਿਆਂ ਦੇ ਉੱਪਰ ਠੀਕ ਹੈ ਤੇ ਜਿਹੜਾ ਬੰਦਾ ਕੋਈ ਚੋਰੋਂ ਟੀਕਾ ਲਾਉਂਦਾ ਫੜ ਲਿਆ ਉਹ ਵੀ ਅਸੀਂ ਫੜ ਲਏ ਸੀਗੇ ਮੇਲੇ ਦੇ ਵੀਰੂ ਵੀਡੀਓ ਵਾਇਰਲ ਹੋਊਗਾ ਸੀ ਫਿਰ ਲੋਕਾਂ ਨੂੰ ਅਸੀਂ ਸਬੂਤ ਦਿੱਤੇ ਵੀ ਆਂਟੀਕੇ ਦਿੰਦੇ ਆ ਪਰ ਸਾਡੇ ਮੇਲੇ ਤੇ ਜਿਹੜੇ 30 30 ਲੀਟਰ ਦੁੱਧ ਕੱਢਦੇ 35 35 ਕੱਢਦੇ ਸਾਡੇ ਮੇਲੇ ਤੋਂ 22 ਕਿਲੋ ਤੋਂ ਵੱਧ ਮੈਂਸ ਨੇ ਮੂਹਰੇ ਨਹੀਂ ਦੁੱਧ ਨਹੀਂ ਦਿੱਤਾ 19 ਕਿਲੋ ਤੋਂ 300 ਗ੍ਰਾਮ ਤੋਂ ਵੱਧ ਮਤਲਬ ਦੂਜੀ ਨੇ ਨੀਲੀ ਰਾਵੀ ਨੇ ਨਹੀਂ ਦੁੱਧ ਦਿੱ ਜਿਹੜਾ ਮੁੰਡਾ ਕੋਈ ਅਮਤ ਆਇਆ ਸੀਗਾ ਉਹ ਵੀ ਪਹਿਲਾਂ ਮਿਲੇ ਸੀ ਉਹਦਾ ਫਰਸ ਟਾਈਮ ਉਹ ਹਰਿਆਣੇ ਚ ਆਇਆ ਸੀ ਉਹਨੇ 22 ਕਿਲੋ 300 ਗ੍ਰਾਮ ਤੇ ਮਿਲਾ ਜਿੱਤ ਕੇ ਲਿਆ ਤੇ ਕਿੱਥੇ ਦੇਖੋ ਨਵੇਂ ਬੰਦਿਆਂ ਨੂੰ ਨੇੜੇ ਨਹੀਂ ਲੱਗਣ ਦਿੰਦੇ ਸੀ ਫਿਰ ਲੋਕ ਮੰਨੇ ਵੀ ਬਾਕੀ ਚੀਜ਼ ਹੈਗੀ ਆ ਫਿਰ ਉਹ ਚੀਜ਼ ਦਾ ਪਰਦਾ ਪਾਸ ਕੀਤਾ ਹਨ ਮਤਲਬ ਅੱਜ ਤੱਕ ਆਪਾਂ ਜਿਹੜਾ ਵੀ ਕੰਮ ਕੀਤਾ ਮੈਂ ਸਾਨੂੰ ਬਚਾਉਣ ਦੀ ਖਾਤਰ ਕੀਤਾ ਨਵੇਂ ਮੁੰਡਿਆਂ ਨੂੰ ਮੂਹਰੇ ਆਉਣ ਦੀ ਖਾਤਰ ਕੀਤਾ ਉਹਨਾਂ ਨੂੰ ਇੱਕ ਹੀ ਅਕਾ ਵੀ ਜਿੰਨਾ ਟਾਈਮ ਆਪਣੀ ਸੰਸਤਾ ਰਹੂ ਜਿੰਨਾ ਟਾਈਮ ਤੁਸੀਂ ਸਾਡੀ ਸੰਸਤਾ ਦਾ ਸਾਥ ਦੇਮੋਗੇ ਠੀਕ ਹੈ ਖੁੱਲ ਕੇ ਪਰ ਮੈਂ ਯਕੀਨ ਨਾਲ ਕਹਿ ਸਕਦਾ ਵੀ ਤੁਸੀਂ ਨਵੇਂ ਮੁੰਡੇ ਹਰ ਵਾਰੀ ਮੂਰੇ ਆਮੋਂਗੇ ਠੀਕ ਆ ਹਾਂ ਉਹ ਗੱਲ ਪੱਕੀ ਆ ਪੰਦੀ ਪੁਰਾਣਾ ਬੰਦਾ ਹੋਵੇ ਉਹ ਤਾਂ ਆਪਦੀ ਮਿਹਨਤ ਨਾਲ ਤਾਂ ਮੂਰੇ ਕੋਈ ਵੀ ਆ ਸਕਦਾ ਪਰ ਜੇ ਪੁਰਾਣਾ ਬੰਦਾ ਉਹਦੇ ਵਾਂਗੂ ਮਿਹਨਤ ਵਾਲੇ ਆ ਕਿਉਂਕਿ ਪੁਰਾਣੇ ਬੰਦੇ ਜਿਹੜੇ ਟਿਕਟ ਲਿਆਂ ਵਿੱਚ ਪੈਂਦੇ ਵੀਰੇ ਉਹਨੂੰ ਚਸਕਾ ਪੈ ਜਾਂਦਾ ਟਿਕਟ ਲਿਆਂ ਦਾ ਤੇ ਨਵਾਂ ਬੰਦਾ ਫਿਰ ਮੱਲਣਾ ਉਹ ਡੰਡ ਮਾਰ ਕੇ ਹੁੰਦਾ ਜਿਹਦਾ ਡੰਡ ਮਾਰ ਕੇ ਮੱਲ ਆਉਂਦਾ ਉਹ ਜਿੱਦ ਦੇ ਹੁੰਦਾ ਇੱਕ ਦਿਨ ਤਾਂ ਫਿਰ ਇਹ ਵੀ ਸੱਟ ਬਣਾ ਕੇ ਦਿੱਤਾ ਜਿਹੜੀ ਤੁਹਾਡੀ ਐਸੋਸੀਏਸ਼ਨ ਹੈ ਹਾਂਜੀ ਉਹ ਕੀ ਕੰਮ ਕਰ ਰਹੀ ਹੈ ਕੀ ਕਰਨਾ ਚਾਹੁੰਦੀ ਹੈ ਮੱਜਾਂ ਦੇ ਐਂਗਲ ਤੋਂ ਉਹਦਾ ਆਪਾਂ ਬਰੇਡ ਜਿਹੜੀ ਆਪਣੀ ਐਸੋਸੀਏਸ਼ਨ ਹੈ ਹੁਣ ਇਕੱਲੀਆਂ ਮੱਜਾਂ ਦੇ ਕੰਮ ਤੇ ਸੀ। ਇਸ ਤੋਂ ਬਾਅਦ ਸਾਰੀਆਂ ਦੇਸੀ ਬਰੀਡਾਂ ਤੇ ਬੱਕਰੀਆਂ ਤੋਂ ਲਾ ਕੇ ਦੇਸੀ ਗਾਵਾਂ ਤੋਂ ਲਾ ਕੇ ਵੀ ਆਪਾਂ ਜਿਹੜੀ ਆਪਣੇ ਪੰਜਾਬ ਦੀ ਬਰੀਡ ਸੀਗੀ ਆਪਣੇ ਇੰਡੀਆ ਦੀ ਉਹੀ ਬਰੀਡ ਤੇ ਕੰਮ ਕਰਨਾ ਹੈ। ਦੂਜੀ ਗੱਲ ਜਿਹੜੇ ਮੁੰਡੇ ਢੜਕਦੇ ਸੀਗੇ ਵੀ ਜਿਹੜਾ ਨੂੰ ਇੱਧਰ ਕੰਮ ਨਹੀਂ ਪਤਾ ਲੱਗਦਾ ਸੀਗਾ ਉਹਨਾਂ ਨੂੰ ਅਸੀਂ ਜੋੜ ਕੇ ਨਾਲ ਅਸੀਂ ਅੱਜ ਮੰਨ ਲਓ ਜੀ ਹਰ ਜ਼ਿਲ੍ਹੇ ਦੇ ਵਿੱਚ ਸਾਡਾ ਜੇ ਤੁਸੀਂ ਮੰਨ ਲਓ ਹਰ ਪਾਸਾ ਜੇ ਸੰਗਰੂਰ ਵਾਲੀ ਸਾਈਡ ਦੇਖੋ ਤੁਸੀਂ ਬਰਨਾਲਾ ਸੰਗਰੂਰ ਛੱਡ ਕੇ ਇੱਧਰ ਸਾਡਾ 19300 ਮੈਂਬਰ ਠੀਕ ਹੈ ਜੀ ਤੁਸੀਂ ਤਰਨਤਾਰਨ ਤੋਂ ਗਾਹਾਂਲੇ ਪਾਸੇ ਤੁਸੀਂ ਅੰਮ੍ਰਿਤਸਰ ਕੰਨੀ ਨਹੀਂ ਚੱਲੀ ਜਾਵੋਗੇ ਇੱਧਰ ਸਾਡੇ ਹਜ਼ਾਰਾਂ ਬੰਦੇ ਫਰੀਦਕੋਟ ਦੇ ਵਿੱਚ ਹਜ਼ਾਰਾਂ ਬਠਿੰਡੇ ਜ਼ਿਲ੍ਹੇ 'ਚ ਹਰ ਜ਼ਿਲ੍ਹੇ ਦੇ ਬੱਚੇ ਦੀ ਸਾਡਾ ਹੁਣ ਸਾਡੀ ਸੰਸਥਾ ਦੇ ਨਾਲ ਘੱਟੋ ਘੱਟ 1.5 ਤੋਂ ਪੌਣੇ 2 ਲੱਖ ਬੰਦਾ ਜਿਹੜਾ ਯਕੀਨਨ ਨਹੀਂ ਜੁੜ ਗਿਆ ਜੀ ਤਾਂ ਸਾਡਾ ਟਾਰਗੇਟ ਆ ਵੀ ਆਉਣ ਵਾਲਾ ਜਿਹੜਾ ਥੋੜੇ ਜਿਹੇ ਸਮੇਂ ਨੂੰ 2 ਕਸਾਲਾਂ ਦੇ ਵਿੱਚ ਅਸੀਂ ਜਿਹੜਾ ਪੰਜਾਬ ਦਾ ਪੌਣੇ 13000 ਪਿੰਡ 1 ਠੀਕ ਹੈ ਹਰ ਪਿੰਡ ਦੇ ਵਿੱਚ ਮਤਲਬ ਮਾਲਾ ਵੀ ਵੀਡੀਓ ਪਹੁੰਚਣ ਤੋਂ ਲਾ ਕੇ ਹਰ ਪਿੰਡ ਦੇ ਵਿੱਚ ਬੰਦੇ ਆਪਣੇ ਨਾਲ ਜੁੜਦੇ ਆ ਭਰਾ ਕਿਉਂਕਿ ਆਪਾਂ ਤਣੋਮਣੋ ਲੋਕਾਂ ਨੂੰ ਕੰਮ ਦੇ ਵਿੱਚ ਵੜਿਆ ਜੀ ਨਾਲੇ ਘਰਦਿਆਂ ਨੂੰ ਸੌਖਾ ਜੁੜਨ ਦਾ ਕੀ ਫਾਇਦਾ ਉਹਨਾਂ ਨੌਜਵਾਨਾਂ ਨੂੰ ਉਹਨਾਂ ਨੂੰ ਜੋੜਨ ਦਾ ਫਾਇਦਾ ਜੀ ਜਦੋਂ ਆਪਣੇ ਨਾਲ ਜੋੜਦੇ ਆ ਜੀ ਸੰਤਾ ਦੇ ਵਿੱਚ ਮੀਟਿੰਗਾਂ ਹੋਣੀ ਆ ਮੱਜਾਂ ਦੇ ਵਿੱਚ ਮੱਜਾਂ ਦੇ ਸੀਮਣ ਬਾਰੇ ਦੱਸਿਆ ਜਾਣਾ ਵੀ ਤੁਸੀਂ ਬਰੀਡ ਤੇ ਕਿਵੇਂ ਕੰਮ ਕਰਨਾ ਠੀਕ ਹੈ ਉਹਨੂੰ ਦੁੱਧ ਦੀ ਮਾਰਕੀਟ ਬਾਰੇ ਦੱਸਿਆ ਜਾਣਾ ਉਹਨਾਂ ਨੂੰ ਘਰ ਦਾ ਜਿਹੜਾ ਫਾਰਮ ਹੈ ਉਹ ਹੈਂਡਲ ਕਰਨਾ ਦੱਸਿਆ ਜਾਣਾ ਬਸ ਕਹਿਣ ਦਾ ਬਾਬ ਜੁੜੰਦਾ ਇਹੀ ਫਾਇਦਾ ਬਸ ਉਹਨੂੰ ਫੇਲ ਨਹੀਂ ਹੋਣ ਦੇਣਾ ਬਸ ਐਂਡ ਵਾਲੀ ਗੱਲ ਤੇ ਇਹ ਹੈ ਵੀ ਜਿਹੜਾ ਬੰਦਾ ਇੱਕ ਵਾਰੀ ਸੰਤਾ ਦੇ ਵਿੱਚ ਆ ਗਿਆ ਨਾਲ ਜੁੜ ਗਿਆ ਭਾਵਾਂ ਦੀ ਇੱਥੋਂ ਟ੍ਰੇਨਿੰਗ ਲੈ ਕੇ ਮੁੜ ਗਿਆ ਭਾਵਾਂ ਦੀ ਉਹ ਬੰਦਾ WhatsApp ਰਾਹੀਂ ਜੁੜ ਗਿਆ ਜਿਵੇਂ ਮਰਜ਼ੀ ਜੁੜ ਜੇ ਭਾਵਾਂ ਦੀ ਉਹ ਫੋਨ ਕਰਦਾ ਮਹੱਬਤ ਰਾਹੀਂ ਬਸ ਉਹ ਜੀ ਥੋੜੇ ਜਿਹੇ ਟਾਈਮ ਦੇ ਵਿੱਚ ਫਾਰਮ ਮੱਝਾਂ ਦਾ ਇੱਕ ਅੱਧਾ ਹੁੰਦਾ ਸੀਗਾ ਜੀ ਤੁਸੀਂ ਇਤਿਹਾਸ ਕੱਢ ਕੇ ਦੇਖ ਲਓ ਤੇ ਅੱਜ ਆਪਣੇ ਕੱਲੇ ਆਪਣੇ ਅੰਡਰ ਅੰਡਰ ਦੇ ਵਿੱਚ ਹੀ ਬੱਚੀ ਅਸੀਂ ਹਜ਼ਾਰਾਂ ਫਾਰਮ 13000 ਕੁਝ ਐਤੀ ਦਾ ਮਤਲਬ ਮਗਰਲੀ ਵਾਰ ਜਿਹੜੀ ਅਸੀਂ ਉਹ ਬੈਂਤੀ ਮਾਰੀ ਜੀ ਥੋੜੇ ਥੋੜੇ ਫਾਰਮਾਂ ਤੋਂ ਲਾ ਕੇ ਉਹਦਾ ਸਾਡਾ 14-15000 ਫਾਰਮ ਹੋ ਗਿਆ ਜੀ ਜੇ ਅਸੀਂ ਵੱਡੇ ਫਾਰਮ ਦੀ ਗੱਲ ਕਰਦੇ ਅਸੀਂ ਮੱਝਾਂ ਵਾਲਾ 20 ਕੁ ਮਹੀਸ਼ਾਂ ਦਾ ਵੱਡਾ ਫਾਰਮ ਕਹਿੰਦੇ ਹਾਂ ਤਾਂ 20 ਕੁ ਮਹੀਸ਼ਾਂ ਦਾ ਜਿਹੜਾ ਵੱਡਾ ਫਾਰਮ ਅਸੀਂ 13-14000 ਫਾਰਮ ਪਾਤਾ ਅਸੀਂ ਹਜ਼ਾਰਾਂ ਮੁੰਡੇ ਤਾਂ ਜੀ ਅਸੀਂ ਬਾਹਰ ਜਾਣ ਤੋਂ ਰ ਵੀ ਸੈੱਟ ਕਰ ਲਏ ਤੇ ਅੱਧੇ ਮੁੰਡਿਆਂ ਨੂੰ ਉਹ ਸੈਟਮ ਦੱਸਿਆ ਵੀ ਨਹੀਂ ਤੂੰ ਹਜੇ ਇਧਰੋਂ ਇਧਰਲਾ ਪੈਸਾ ਕਮਾ ਕਮਾ ਕੇ ਇੱਕ ਮੱਝ ਲੈਦੀ ਫੇਰ ਦੂਜਾ ਪੈਸਾ ਬਣ ਗਿਆ ਮੱਝ ਲੈ ਲਈ ਤੀਜਾ ਪੈਸਾ ਮਲ ਗਿਆ ਜਦੋਂ ਇੱਕ ਦਾ ਭਰਾ ਇੱਕ ਦਾ ਘਰੇ ਹੈ ਜਾਂ ਉਹਦਾ ਮਾਂ ਪਿਓ ਘਰੇ ਹੈ ਵੀ ਇੱਕ ਵਾਰੀ ਤੁਸੀਂ ਜੇ ਇਧਰਲਾ ਪੈਸਾ ਲਾਉਨੇ ਆ ਇਧਰ ਮੱਝਾਂ ਮੰਨਾਲੋ ਜਿੱਦੇ ਮੱਝਾਂ ਸਾਡੇ ਕੋਲੇ ਯਕੀਨਨ 10-15 ਮੱਝਾਂ ਹੋ ਗਈਆਂ ਤਾਂ ਉਦੋਂ ਸੋਨੂੰ ਆਪ ਹੀ ਪਤਾ ਲੱਗਣਾ ਵੀ ਬਾਈ ਸੱਚੀਆਂ ਗੱਲਾਂ ਕਹਿੰਦੀਆਂ ਸੀ ਅੱਜ ਸੋਨੂੰ ਲਾਰਮਰ ਤੇ ਉੱਠਣ ਦਾ ਵੀ ਸੰਸ ਹੈ ਜੇ 5 ਮਿੰਟ ਤੁਸੀਂ ਬਾਹਰਲੇ ਦੇਖਦੇ ਵਿੱਚ ਲੇਟ ਹੋ ਜਾਓਗੇ ਸੋਨੂੰ ਦੂਜੇ ਤੇ ਇਥੇ ਜੇ ਸਾਨੂੰ ਕਰਦੇ ਕਹਿੰਦੇ ਪੁੱਤ ਉੱਠ ਓਏ ਦੁੱਧ ਪਾਉਣਾ ਜਾਂ ਡੈਰੀ ਵਾਲ ਨੂੰ ਫੋਨ ਲਾ ਦੇ ਯਾਰ ਲੈ ਜੂ ਯਾਰ ਅੱਜ ਧੱਕੇ ਭਿਓ ਉਹ ਵੀ ਲੈ ਜਾਂਦਾ ਵਿਚਾਰਾ ਠੀਕ ਹੈ ਜੇ ਕਰਦੇ ਦੂਜੇ ਮੈਂਬਰ ਨੂੰ ਕਹਤਾ ਉਹ ਵੀ ਲੈ ਜੂਗਾ ਜੇ ਲੇਟ ਉੱਠ ਘੜੇ ਤਾਂ ਵੀ ਨਹੀਂ ਕੋਈ ਚੱਕਰ ਪਹਿਲਾਂ ਉੱਠ ਘੜੇ ਤਾਂ ਵੀ ਨਹੀਂ ਚੱਕਰ ਸੋਡਾ ਆਉਂਦਾ ਜਿਹੜਾ ਬਿਜ਼ਨਸ ਆ ਬਰੀ ਆਪਦਾ ਅੱਜ 5000 ਕਮਾਵਾਂਗੇ ਕੱਲ ਨੂੰ 50 ਲੱਖ ਕਮਾਵਾਂਗੇ ਜਿਹੜੀਆਂ ਜਿਹੜੀਆਂ ਦੂਜੀਆਂ ਆਉਂਦੀਆਂ ਕੋਈ ਵੀ ਜੌਬ ਕਰਨੀਆਂ ਉਹ ਇੱਕ ਆਪਾਂ ਨੂੰ ਪੈਕ ਬਣ ਗਿਆ ਉਹ ਆਪਣਾ ਪੈਕ ਜਿੰਦਗੀ ਚ ਅੱਜ 20000 ਹੈ 20 ਤੋਂ 30 ਹੋ ਜੂ 30 ਤੋਂ 40 ਹੋ ਜੂ ਬ 40 ਤੋਂ 50 ਨਹੀਂ ਹੁੰਦਾ ਕਦੇ ਵੀ 20 ਵਾਲੀ ਦਾ ਸਾਰੀ ਜ਼ਿੰਦਗੀ ਚ ਡਬਲ ਹੋ ਸਕਦਾ 40 ਤੱਕ ਪਹੁੰਚ ਜਾ ਪਰ ਉਹ 50 60 ਤੱਕ ਨਹੀਂ ਜਾ ਸਕਦਾ ਤੁਸੀਂ ਤਾਂ ਕਰ ਲਿਆ ਫਾਰਮ ਬਿਲਕੁਲ ਬੱਚਿਆਂ ਦਾ ਕੀ ਰਿਸਪੌਂਡ ਹੈ ਬੱਚਿਆਂ ਦਾ ਬਸ ਸਹੀ ਹੈ ਭਾਈ ਜੀ ਹੁਣ ਜਿੰਮੇ ਸਾਰੀ ਫੈਮਲੀ ਹੈ ਮੇਰੇ ਯਾਰ ਮਿੱਤਰ ਆ ਸਾਰੇ ਮਤਲਬ ਸਹੁਰਿਆਂ ਦੀ ਫੈਮਲੀ ਹੈ ਠੀਕ ਹੈ ਤਾਂ ਪਹਿਲਾਂ ਤਾਂ ਇਹ ਦਾ ਉਹਦੇ ਕੋਲ ਗੋਦੀਏ ਦੀ ਮਾਸੀ ਦੇ ਪਾਇਆ ਵਾ ਸੀ ਠੀਕ ਹੈ ਅਮਰੀਕਾ ਦੇ ਡਾਕਟਰ ਹੈ ਉਹਨਾਂ ਨੂੰ ਬੜੀ ਆਸਾਨੀ ਦੇ ਤਰੀਕੇ ਦੇ ਨਾਲ ਜਾ ਸਕਦੇ ਆ ਸਾਡੀ ਜਿਵੇਂ ਪੀਆਰ ਫੈਮਲੀ ਬੇਸ ਤੇ ਉੱਤੇ ਹਨਾ ਵੀ 5 ਸਾਲ ਨੂੰ ਨਿਕਲ ਜੇ 4 ਸਾਲ ਨੂੰ ਨਿਕਲੇ ਮੈਂ ਇਹਨੂੰ ਨਾਨਕੇ ਹੀ ਛੱਡਿਆ ਇੱਕ ਵਾਰੀ ਜਾ ਕੇ ਨਾਲ ਮਾਮੇ ਦੇ ਆਪਦੇ ਮੁੰਡਿਆਂ ਦੇ ਨਾਲ ਕਹਿੰਦਾ ਵੀ ਚਲ ਕਹਿੰਦਾ ਮੈਂ ਵੀ ਯਾਰ ਲਾਇਆ ਹੂੰ 2-4 ਸਾਲ ਬਾਅਦ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਜੇ ਤਾਂ ਤੁਸੀਂ ਇਹ ਗੱਲ ਕਰਨੀ ਹੈ ਮੈਂ ਗਾਹਾਂ ਨੂੰ ਨਾ ਤੋੜਿਆ ਕਰੂੰ ਨਾਨਕੇ ਤੇ ਜੇ ਤੁਸੀਂ ਕਹਿਣਾ ਵੀ ਹਾਂ ਭਾਈ ਤੁਹਾਡਾ ਕੰਮ ਇੱਥੇ ਬੱਲੇ ਬੱਲੇ ਆ ਵੀ ਬਾਹਰ ਜਾਣਾ ਹਾਂ ਉਹ ਸਾਨੂੰ ਖੋਲਾ ਠੀਕ ਹੈ ਘੁੰਮਣ ਵਾਸਤੇ 15 ਦਿਨ ਲਾਉਣੇ 20 ਦਿਨ ਲਾਉਣੇ ਟਿਕਟ ਤੁਹਾਨੂੰ ਮੈਂ ਕਰਾ ਕੇ ਦੇਣੀ ਆ ਤੁਹਾਨੂੰ ਖਾਣ ਪੀਣ ਨੂੰ ਪੈਸੇ ਮੈਂ ਦੇਣੇ ਆ ਉਹ ਗੱਲ ਖਤਮ ਆਪਦਾ ਜਾਓ ਦੇਖੋ ਦੁਨੀਆ ਘੁੰਮਣ ਵਾਸਤੇ ਹੁੰਦੀ ਆ ਪਰ ਉਹ ਗੱਲ ਨਾ ਕਰੋ ਵੀ ਅਸੀਂ 2 ਸਾਲ ਲਾ ਕੇ 4 ਸਾਲ ਲਾ ਕੇ ਉਹਦੇ ਵਾਸਤੇ ਤਾਂ ਮੈਂ ਕੰਮ ਹੀ ਨਹੀਂ ਪੱੜਿਆ ਸੀ ਕੰਮ ਵੀ ਤਾਂ ਨਾ ਹੁੰਦਾ ਤੁਹਾਨੂੰ ਤਾਂ ਬਾਹਰ ਜਾ ਗਏ ਹੁੰਦੇ ਸਿਸਟਮ ਆਪਾਂ ਬਣਾਇਆ ਉਹਦੇ ਕਰਕੇ ਵੀ ਬਸ ਇਹੀ ਭੁੱਖਾ ਵੀ ਆਉਣ ਵਾਲਾ ਵੀ ਠੀਕ ਹੈ ਕੱਲ ਨੂੰ ਜਵਾਕ ਜਿਹਦੇ ਨਾਲ ਕੁਝ ਮਰਜ਼ੀ ਕਰ ਸਕਦੇ ਆ ਪਰ ਅੱਜ ਤੱਕ ਵੀ ਸ਼ੁਕਰ ਆ ਪਰਮਾਤਮਾ ਦਾ ਹੁਣ ਵੀ ਅੱਜ ਦੇਖੋ 17 ਸਾਲਾਂ ਦਾ ਅੱਜ ਸਾਰੀ ਠੀਕ ਹੈ ਕਈ ਬੰਦੇ ਕਹਿੰਦੇ ਵੀ ਪਾਣੀ ਨਾਲ ਲਵਾਉ ਨਹੀਂ ਬੱਚਾ ਤੇ ਖੁਰਪਾ ਦਾ ਜਿੰਨਾ ਕਹਿੰਦੇ ਚੰਡਾ ਉਹਨੇ ਲੋਟ ਆਉਂਦੇ ਹੁੰਦੇ ਅੱਜ ਕੰਮ ਸਿੱਖਣ ਲੱਗੂਗਾ ਜੀ ਕੱਲ ਨੂੰ ਕੰਮ ਕਰੂ ਹੁਣ ਆਪਦੀ ਆਪੇ ਕਹਿੰਦਾ ਵੀ ਮੈਂ ਤਾਂ ਨਹੀਂ ਯਾਰ ਉੱਧਰ ਜਾਣਾ ਹਨਾ ਕੌਣ ਉਠੂਗਾ ਸਦੇਹਾ ਕੌਣ ਜਾਊਗਾ ਕੌਣ ਰਹਾਤ ਨੂੰ ਆਊਗਾ ਇੱਥੇ ਵਧੀਆ ਨਜ਼ਾਰਾ ਵਿਚਾਰਾਂ ਨੇ ਚੋਕੇ ਹਾਕ ਮਾਰ ਦੇਣੀ ਆ ਵੀ ਬਾਈ ਪਾ ਜੋ ਦੁੱਧ ਹਾਂਜੀ ਕਿੰਨੇ ਬੱਚੇ ਬੱਚਾ ਇੱਕ ਬੇਟੀ ਹੈ ਜੀ ਇੱਕ ਬੇਟਾ ਹਾਂਜੀ ਇੱਕ ਬੇਟਾ 17 ਸਾਲ ਦਾ ਹੋ ਗਿਆ ਜੀ ਕਿਉਂਕਿ ਮੇਰੀ ਮੈਰਿਜ ਬੜੇ ਛੋਟੇ ਦੀ ਕੀਤੀ ਸੀ ਉਹ ਸਮਿਆਂ ਦੇ ਵਿੱਚ ਆਇਆ ਹੁੰਦਾ ਵੀ ਇਹਨਾਂ ਨੇ ਕਿਹੜਾ ਕੋਈ ਕ ਮੈਂ 18 ਸਾਲ ਦਾ ਸੀ ਜਦੋਂ ਮੰਗਤਾ ਸੀਗਾ ਤੇ 18ਵੇਂ ਸਾਲ ਚ ਵਿਆਹ ਨਹੀਂ ਕਰਦੇ ਹੁੰਦੇ ਫਿਰ ਮੇਰਾ 4 ਦਸੰਬਰ ਦਾ ਜਨਮਾ 1986 ਦਾ ਤੇ ਫਿਰ ਮੇਰੀ 6 ਦੀ ਬਰਾਤ ਚੜਾਈ ਸੀਗੀ 19 ਮਾ ਸਾਲ ਲੱਗੇ ਸੀ ਤੋਂ ਮੇਰਾ ਵਿਆਹ ਹੋ ਗਈ ਦਾੜੀ ਧੂੜੀ ਆਈ ਨਹੀਂ ਸੀਗੀ ਤਾਂ ਹੀ ਇਹ ਬਰੋਬਰ ਜੇ ਰਲ ਗਏ ਮੇਰੇ ਹੱਤਾਲੇ ਤੋਲੇ ਤੂਲੇ ਦਾ ਹੁਣ ਕੰਮ ਕੋਮ ਜਿਆ ਵੱਧ ਕਰਕੇ ਆਉਣ ਲੱਗ ਗਏ ਅੱਜ ਕੱਲ ਸੈਟਿੰਗ ਇਦਾਂ ਦਾ ਬਣ ਗਿਆ ਯਾਨੀ ਕਿ ਹੁਣ ਮੇਰਾ ਸਿਆਸੀ ਦਾ ਜਨਮ ਹੈ ਜੀ ਮੇਰਾ ਇਸੇ ਕੰਮ ਬਾਰੇ ਸੋਚਦੇ ਹਾਂ ਵੀ ਫਾਰਮ 'ਚ ਪਾਉਣਾ ਮੁੰਡਾ ਜਾਂ ਹਾਂਜੀ ਨਹੀਂ ਨਹੀਂ ਫਾਰਮ ਦੇ ਵਿੱਚ ਬਾਈ ਜੀ ਮੈਂ ਜਿਆਦਾ ਪੜ੍ਹਨ ਨਹੀਂ ਦਿੱਤਾ ਬਾਈ ਜੀ ਮੈਨੂੰ ਘਰੇ ਮੈਨੂੰ ਕਹਿੰਦੇ ਵੀ ਤੂੰ ਠੀਠ ਕਰਦਾ ਮੈਨੂੰ ਕਹਿੰਦਾ ਨਾ ਪੁੱਤ ਵੀ ਟੈਨਸ਼ਨ ਨਾ ਮਨੀ ਫੇਲ ਹੋ ਗਿਆ ਤਾਂ ਮੀ ਤੇਰਾ ਡੈਡੀ ਠੀਕ ਆ ਤੇਰੀ ਕਲ ਮੈਂ ਵੀ ਦੇਖ ਸਕਦਾ ਵੀ ਆਲਮ ਨੇ ਲਿਖਿਆ ਵੀ ਬਾਈ ਨੂੰ ਮੈਂ 20000 ਦਿੱਤਾ ਬਾਈ ਤੋਂ 20000 ਲੈ ਲਿਆ ਠੀਕ ਆ ਸਾਨੂੰ ਆਦਾ ਹਿਸਾਬ ਕਿਤਾਬ ਕਰਨਾ ਆਉਂਦਾ ਹੋਵੇ ਵੀ ਕਿੰਨੇ ਦੀ ਫੀਡ ਆ ਜਾਂ ਕਿੰਨੇ ਮੈਂ ਮੈ ਦੇਣੇ ਆ ਬਸ ਕਿੰਨਾ ਕ ਹਿਸਾਬ ਕਿਤਾਬ ਹੋਲੇ ਜੋਗਰਾ ਬਣ ਜਾ ਆਪਾਂ ਨੂੰ ਬਾਲੀ ਪੜਾਈ ਦੀ ਲੋੜ ਹੀ ਨਹੀਂ ਹਾਂ ਉਹ ਜ਼ਰੂਰੀ ਹੁੰਦਾ ਵੀ ਤੂੰ ਨੂੰ 10 12 ਕਰਨੀ ਜ਼ਰੂਰੀ ਅੱਜ ਕੱਲ ਹਨ ਕੋਈ ਸਰਕਾਰੀ ਸਹੂਲਤ ਲੈਣੀ ਕੋਈ ਟ੍ਰੇਨਿੰਗ ਕਰਾਉਣੀ ਆ ਉਹ ਪੜਾਈ ਦੇ ਹਿਸਾਬ ਦੇ ਨਾਲ ਜ਼ਰੂਰੀ ਆ ਇਹ 10ਵੀਂ ਹੁਣ ਪਾਸ ਕਰ ਗਿਆ ਤਾਂ ਇਹਨੂੰ ਮੈਂ ਅਖਾਜੀ ਮੈਂ ਖਣ ਤੂੰ ਬਿਜ਼ਨਸ ਬਸ ਕੋਰਸ ਤੇਰਾ ਕਰਵਾ ਦਨੇ ਆ 5 ਸਾਲ ਵਾਲਾ ਨਾਲ ਤਾਂ ਘ ਠੀਕ ਆ ਆਪਾਂ ਜਦੋਂ ਜਦੋਂ ਕਰਨੀ ਬਿਜ਼ਨਸ ਆ ਨਾ ਅੱਜ ਮੱਜਾਂ ਦਾ ਬਈ ਜੇ ਕੱਲ ਨੂੰ ਆਪਦੇ ਮਿਲਕ ਵਾਰ ਖੋਲਾਂਗੇ ਕੱਲ ਨੂੰ ਇਹਦੋਂ ਵੱਡੇ ਕਰਾਂਗੇ ਠੀਕ ਆ ਹੁਣ ਇੱਕ ਵਾਰੀ ਸੈੱਟ ਮੈਂ ਇੱਥੇ ਰੋਕ ਲਿਆ ਠੀਕ ਆ ਕਿਉਂਕਿ 9295 ਲੱਖ ਲਾਇਆ ਸੀ ਇਹਨੂੰ ਅੱਧ ਤੋਂ ਥੱਲੇ ਲੈ ਗਿਆ ਮੈਂ ਕੋਈ ਮੈਂ ਇੱਕ ਸੱਚ ਵਿਚਾਲੇ ਚੱਲੀ ਸੀ ਵੀ ਨਾ ਤਾਂ ਆਪਾਂ ਬੀਮਾ ਕਰਵਾਇਆ ਨਾ ਆਪਾਂ ਕੋਈ ਪੈਸਾ ਲੇਤਾ ਵੀ ਲੋਨ ਲੋਨ ਕਰਵਾਇਆ ਮੈਨੂੰ ਇਹ ਕਹਿਣਾ ਵੀ ਨਹੀਂ ਹੁੰਦਾ ਸਹੀ ਮੈਨੇ ਚ ਵੀ ਕੀ ਲੋਨ ਕਹਿੰਦੇ ਹੈਗਾ ਕੀ ਕਹਿੰਦੇ ਇਹ ਵੀ ਨਹੀਂ ਮੈਂ ਕਰਵਾਇਆ ਠੀਕ ਆ ਕਿਉਂਕਿ ਇਹ ਵੀ ਥਿਉਰੀ ਆ ਜਦੋਂ ਲੋਨ ਕਰਾਉਣਾ ਲੋਨ ਉਦੋਂ ਕਰਾਉ ਤਾਂ ਪਰ 30 ਲੱਖ ਦੀ ਲੋੜ ਪੈਣੀ ਸੀਗੀ ਦੂਜੇ ਪੈਸੇ ਮੈਂ ਕਿਤੇ ਏਟਾਂ ਇਕੱਠੀਆਂ ਕਰ ਲਈਏ ਕਿਤੇ ਸਰੀਆ ਐਸ ਤਰ੍ਹਾਂ ਮੈਂ ਪਹਿਲੇ ਹੀ ਦੋ ਸਾਲ ਦੋ ਤਿੰਨ ਸਾਲ ਪਲਾਨ ਪਹਿਲਾਂ ਪਾ ਲਈ ਲੋਕ ਆਏ ਕਹਿੰਦੇ ਹੁੰਦੇ ਸੀ ਵੀ ਇਹ ਅੱਡ ਹੋ ਗਏ ਵੀ ਪਿੰਦੀ ਕੋਠੀ ਖੇਤ ਪਾਊਗਾ ਕੋਈ ਕਹਿੰਦਾ ਸੀ ਨਹੀਂ ਕੋਈ ਕਹਿੰਦਾ ਸੀ ਸੇਕ ਚ ਲਈ ਐ ਵੀ ਮਰੀ ਜਾਂਦਾ ਕੋਈ ਕੁਝ ਖੁਦ ਮੇਰਾ ਡੈਡੀ ਕਹਿੰਦਾ ਸੀ ਯਾਰ ਠੀਕ ਹੈ ਘਰੇ ਆਏ ਆਏ ਕਹਿੰਦੇ ਯਾਰ ਸੋਡਾ ਵਾਲਾ ਤਾਂ ਕਹਿੰਦਾ ਵੀ ਮੈਂ ਫਾਰਮ ਬਹੁਤ ਵੱਡਾ ਪਾਉਣਾ ਕਿਲੇ ਚ ਮੇਰਾ ਡੈਡੀ ਕਹਿੰਦਾ ਖੁਦ ਕਿਉਂਕਿ ਜਦੋਂ ਘਰ ਦੇ ਨੂੰ ਯਕੀਨ ਨਹੀਂ ਸੀ ਲੋਕਾਂ ਨੇ ਫਿਰ ਵੀਡੀਓ ਦੇਖਣਾ ਨਹੀਂ ਕਿਥੋਂ ਯਕੀਨ ਮੰਨਣਾ ਉਜਵੇਂ ਸੇਕ ਚੀਰੇ ਵਾਲੀ ਛੋਟੇ ਉਹਨਾਂ ਨੂੰ ਕਹਾਵਤ ਦੱਸਾਉਂਦੇ ਨੇ ਬੋਲਦਾ ਕਹਿੰਦਾ ਇਹ ਤਾਂ ਸਾਡੇ ਵਾਲੇ ਵੀ ਮਰੀ ਜਾਂਦਾ ਕਹਿੰਦਾ ਸੇਕ ਚੀਵੀ ਵਾਲੀਆਂ ਪੰਜੀ ਕੋਲੇ ਨਹੀਂ ਕਹਿੰਦਾ ਨਾ ਮੇਰੇ ਕੋਲੇ ਆ ਵੀ ਮੈਂ ਇਹਨੂੰ ਪੈਸੇ ਦੇ ਦੂੰ ਫੇ ਫਾਰਮ ਕਿੱਥੋਂ ਪਾਉ ਤੇ ਮੇਰੇ ਅੰਦਰ ਹੀ ਮੈਨੂੰ ਤਾਂ ਬਸ ਇੱਕ ਤਰ੍ਹਾਂ ਆ ਜਾਂਦਾ ਜਿੱਦੇ ਮੇਰਾ ਫਾਰਮ ਬਣ ਗਿਆ ਮੈਨੂੰ ਸੱਚੀ ਵਿੱਚ ਆ ਜਾਂਦਾ ਜੀ ਵੀ ਇਹ ਮੇਰਾ ਸੁਪਨਾ ਮੈਂ ਦੇਖਿਆ ਸੀ ਮੈਂ ਸੁਪਨਾ ਨਹੀਂ ਮੇਰੇ ਦਿਮਾਗ 'ਚ ਬਸ ਇਹ ਘਰ ਕਰ ਗਿਆ ਸੀ ਆ ਨਕਸ਼ਾ ਵੀ ਮੇਰਾ ਆਪ ਦਾ ਬਣਾਇਆ ਹੋਇਆ ਵਾਰੀ-ਵਾਰੀ ਲੀਕ ਕੇ ਹਨਾ ਵੀ ਐਂਟਾ ਬਣਾਗਾ ਐ ਸਾਰਾ ਕੁਝ ਆਪ ਦਾ ਕੀਤਾ ਮੈਂ ਫੋਟੋ ਕਢਾਉਣ ਵਾਤੇ ਬੜਿਆਂ ਦੇ ਭਾਗੇ ਪ੍ਰਾਨੇ ਤੋਂ ਜਸਵੰਤ ਉਹਨੇ ਮੈਨੂੰ ਮੈਨੂੰ ਕਹਿੰਦਾ ਯਾਰ ਮੈਂ ਫੋਟੋ ਬਣਾ ਕੇ ਦੇਮਾ ਪੁਰਾਣੇ ਟਾਈਪ ਜੇ ਦਾ ਲੱਗਦਾ ਮੈਂ ਕਿਹਾ ਹਾਂ ਉਹਨੇ ਜਦੋਂ ਬਈ ਫੋਟੋ ਕੱਢੀ ਮੈਂ ਕਿਹਾ ਬਈ ਆਹੀ ਚੀਜ਼ ਮੈਂ ਭਾਲਦਾ ਹੀ ਦੇ ਕਿੰਨੇ ਟਾਈਮ ਬਾਦੋਂ ਨਕਸ਼ਾ ਬਣ ਕੇ ਆਇਆ ਠੀਕ ਹੈ ਪਹਿਲਾਂ ਮੇਰੇ ਪੈਨ ਨਾਲ ਲਿਖਿਆ ਬਈ ਅੱਜ ਵੀ ਢਹਿ ਰਿਆਂ ਤੂੰ ਦੇਖੋ ਪਹੀਆਂ ਛੱਡਣੀਆਂ ਐ ਸੱਟ ਨਹੀਂ ਇੱਥੋਂ ਐ ਬੰਨਾਂ ਐ ਬੰਨਾਂ ਵੀ ਇਹ ਸਾਰਾ ਜਿਗਾਰੜ ਪੂਰਾ ਸੋਚ ਸਮਝ ਕੇ ਬਣਾਇਆ ਵਾ ਵੀ ਕਿਹੜੀ ਸਾਈਡ ਤੇ ਕੀ ਬੰਨ ਹਜੇ ਥੋੜਾ ਜਿਹਾ ਨਵੇਂ ਕੰਮ ਕਰਕੇ ਅੱਜ ਆਪਾਂ ਨੂੰ ਵੀ ਅੱਜ ਸਹੀ ਇੱਥੇ ਆਇਆ ਨੂੰ ਇੱਕ ਸਾਲ ਇਹ ਮੱਝਾਂ ਸੀ ਮਤਲਬ April 28 April ਨੂੰ ਲੈ ਕੇ ਜਾਂਦਾਂਗੇ ਅਸੀਂ ਇੱਥੇ ਤੇ ਉਸ ਹਿਸਾਬ ਨਾਲ ਬਸ ਆਹੀ ਦਿਨ ਉੱਤੇ ਗਏ ਆ ਤੇ ਇਹ ਚੀਜ਼ ਹੈ ਭਾਈ ਕੰਮ ਬਹੁਤ ਸੋਹਣਾ ਅੱਜ ਕੱਲ ਬਸ ਨਵੇਂ ਮੁੰਡੇ ਥੋੜਾ ਜਿਹਾ ਭਜਦੇ ਆ ਵੀ ਜੇ ਇਹਦੇ ਵਿੱਚ ਮਿਹਨਤ ਕਰਨ ਬੜਾ ਵਧੀਆ ਤੇ ਫਿਰ ਡੈਡੀ ਵਾਲੇ ਵੀ ਮੈਂ ਜਦੋਂ ਡੈਡੀ ਵੀ ਕਹਿਣ ਲੱਗੇ ਕਹਿੰਦਾ ਯਾਰ ਸਾਡੇ ਵਾਲੇ ਭੈਣ ਕਰਤੀ ਕਮਾਲ ਜੇ ਕਿਸੇ ਨੂੰ ਸ਼ੁਰੂਆਤ ਕਰਨੀ ਹੋਵੇ ਕਿਰੀ ਨਸਲ ਤੋਂ ਕਿਤੀ ਜਾ ਸਕਦੀ ਹੈ ਕਿਵੇਂ ਕੀਤੀ ਜਾ ਸਕਦੀ ਹੈ ਕੀ ਤਰੀਕਾ ਹੈ ਤਰੀਕਾ ਹੈ ਬਰੇ ਪਰਖ ਕੇ ਲਿਓ ਚੋਕੇ ਲਿਓ ਮੱਝਲਾ ਬੰਦਾ ਜਿਹੜਾ ਬੰਦਾ ਵਪਾਰੀ ਬਣ ਗਿਆ ਉਹ ਸਕੇ ਆਉਦੇ ਪਿਓ ਦਾ ਨਹੀਂ ਸਕੇ ਭੈਣ ਦਾ ਨਹੀਂ ਭਾਈ ਦਾ ਨਹੀਂ ਮੈਂ ਖੋ ਦੇਖ ਜਿਹੜੇ ਯਾਰ ਮਿੱਤਰ ਕਹਿੰਨਾਂ ਦੀ ਲੈ ਜਾ ਉਹੀ ਬੰਦੇ ਧੋਖਾ ਕਰਨ ਬੜਾ ਤਿਆਰ ਰਹਿੰਦੇ ਆ ਠੀਕ ਆ ਤੁਸੀਂ ਮੱਝ ਜਦੋਂ ਜਾ ਕੇ ਜਾਨੀ ਆ ਮੱਝ ਚੋਕੇ ਲਿਓ ਅਗਲੇ ਤੇ ਕਰੋ ਆਮ ਕਰੋ ਮੱਝ ਲਓ ਠੀਕ ਆ ਹਾਂ ਪਾਉਂਦੀ ਵਪਾਰੀ ਤੋਂ ਲੈ ਲਓ ਉਹਦੇ ਘਰੇ ਜਾਓ ਦੇਖੋ ਵੀ ਜਰੇ ਬੰਦਾ ਕਹੇ ਜਾਂ ਕਹੇ ਜਾਂ ਨਹੀਂ ਠੀਕ ਆ ਜਿਹੜੇ ਬੰਦੇ ਟਿਕਟ ਅੱਲਿਆਂ ਦੇ ਵਿੱਚ ਬਦਨਾਮ ਹੋਏ ਹੋਏ ਉਦਾਂ ਦੇ ਬੰਦਾਂ ਤੋਂ ਮੱਝਾਂ ਨਾ ਲਓ ਠੀਕ ਆ ਕਿਉਂਕਿ ਤੁਸੀਂ ਸੋ ਤੋਂ ਪੈਸੇ ਦੁੱਗਣੇ ਤਿੱਗਣੇ ਲਾ ਦੇਣੇ ਆ ਤੁਹਾਡੀ ਪਹਿ ਉਹ ਵੀ ਜੇ ਗਲਤ ਤੁਹਾਨੂੰ ਮਿਲ ਗਈ ਥੋੜਾ ਦਿਲ ਟੁੱਟ ਜਾਣਾ ਉਸ ਤੋਂ ਬਾਅਦ ਤੁਸੀਂ ਵੱਡੇ ਭਾਈ ਉਹ ਵੀ ਨਹੀਂ ਮੱਝ ਨਹੀਂ ਲੈਣੀ ਹਨਾ ਤੁਸੀਂ ਕਹਦੋਂਗੇ ਵੀ ਇਹਦੇ ਵਿੱਚ ਕੁਝ ਵਜਦਾ ਨਹੀਂ ਦੁੱਧ ਦੀ ਚੋਾਈ ਨੂੰ ਤਰੀਹ ਦੇਣੀ ਚਾਹੀਦੀ ਹੈ ਕਿ ਨਸਲ ਨੂੰ ਨਹੀਂ ਦੁੱਧ ਨੂੰ ਨਾਲ ਨਸਲ ਦੇ ਨਾਲ ਹੀ ਦੁੱਧ ਹੋਊਗਾ ਜਿਹੜੀ ਮੱਝ ਥੱਲੇ ਦੁੱਧ ਹੋਊਗਾ ਮੇਰਾ ਮੰਨਣਾ ਹੈ ਪੌਂਦੀ ਸਿੰਘਾਂ ਦੀ ਉਹ ਬੇਕਾਰ ਹੋਵੇ ਪਰ ਉਹਦੇ ਵਿੱਚ ਬਰੀਡ ਬਹੁਤ ਟੌਪ ਦੀ ਹੁੰਦੀ ਹੈ ਉਹਦੇ ਵਿੱਚ ਗੁਣ ਬੜੇ ਚੰਗੇ ਹੁੰਦੇ ਆ ਠੀਕ ਆ ਆਪਾਂ ਉਹਦਾ ਗੁਣ ਦੇਖੋ ਵੀ ਮੱਝ ਦਾ ਕਿੰਨਾ ਲੰਮਾ ਟਾਈਮ ਦੁੱਧ ਦਿੰਦੀ ਹੈ ਕਿੰਨਾ ਰੋਜ਼ ਦਿੰਦੀ ਹੈ ਬਿਲਕੁਲ ਫੀਡ ਤੇ ਵੀ ਕਰਦਾ ਹੈ ਜਿਹੜੀ ਮਰਜ਼ੀ ਮੱਝ ਨੂੰ ਪਾਵੋਗੇ ਦੁੱਧ ਦੇਵੂਗੇ ਉਹ ਨਹੀਂ ਨਹੀਂ ਬਰੇ ਯਾਰ ਫੀਡ 9 ਕਿਲੋ ਵਾਲੀ 9 ਕਿਲੋ ਦੇਊ ਫੀਡ ਦੇ ਨਾਲ 20 ਕਿਲੋ ਵਾਲੀ 20 ਕਿਲੋ ਦੇਊਗੀ 9 ਕਿਲੋ ਵਾਲੀ ਨੂੰ 9 ਕਿਲੋ ਫੀਡ ਖਵਾ ਦੋ ਉਹਨੇ 9 ਕਿਲੋ ਦੁੱਧ ਹੀ ਦੇਣਾ ਹਾਂ ਪਾਈ 1/2 ਕਿਲੋ ਵਧਾ ਸਕਦੀ ਹੈ ਉਹੀ ਤਕੜੀ ਹੋ ਕੇ ਠੀਕ ਹੈ ਜੀ ਤੇ ਜੇ 9 ਕਿਲੋ ਤੁਸੀਂ 20 ਕਿਲੋ ਵਾਲੀ ਨੂੰ 9 ਕਿਲੋ ਫੀਡ ਪਾਮਗੇ ਉਹ ਵੀ 9 ਕਿਲੋ ਖਾ ਕੇ 20 ਕਿਲੋ ਦੇ ਦੂਗੀ ਇਹ ਬਰੀਡ ਦੇ ਸਿਰ ਤੇ ਦੁੱਧ ਹਾਂ ਫੀਡ ਦੇ ਨਾਲ ਇੱਕ ਮੇਨਟੇਨ ਹੋ ਗਿਆ ਜਿਆਦਾ ਦੁੱਧ ਨੇ ਨਸਲਾਂ ਦੀ ਚੰਗਾ ਭਾਈ ਜੀ ਨੀਲੀ 라ਵੀ ਦਾ ਵੀ ਬਹੁਤ ਟੌਪ ਦਾ ਤੇ ਮੋਹਰਾ ਦੇ ਵੀ ਟੌਪ ਦਾ ਜਿਹੜੀ ਨੀਲੀ 라ਵੀ ਆ ਇਹ ਲੰਮਾ ਦੁੱਧ ਦਿੰਦੀ ਆ ਜਿਹੜੀ ਮੋਹਰਾ ਗਈ ਜਿਵੇਂ ਨੀਲੀ 라ਵੀ ਜੇ ਕੁਦਰਤੀ ਤੁਹਾਡੇ ਕੋਲੇ ਬਾਈ ਚਾਂਸ ਜਿਹੜੀ ਬਰੀਡ ਤੇ ਆ ਜਿਹੜੀ ਜਿਆਦਾ ਦੁੱਧ ਵਾਲੀ ਆ ਜਿਵੇਂ ਆਪਣੇ ਕੋਲੇ ਬਿੱਲੂ ਆ ਬਿੱਲੂ ਆਪਾਂ ਦਸੰਬਰ ਦੇ ਵਿੱਚ ਇੱਕ ਸਾਲ ਵੱਧੋ ਨਵੇਂ ਦੁੱਧ ਕਰਵਾਈ ਕਿਉਂਕਿ ਪੱਕੀ ਦਿੰਨਾ ਉਹ ਨਾਮ ਆ ਨਾਂ ਰੱਖਿਆ ਵਾ ਨੀਲੀ 라ਵੀ ਤੇ ਬਹੁਤ ਛੋਟੀ ਨਾਲ ਬੜੇ ਤਕੜੇ ਰਿਕਾਰਡ ਬਣਾਏ ਛੋਟੀ ਛੋਟੀ ਜੀ ਨੇ ਕਟਿਨਿੰਗ ਬੜੀਆਂ-ਬੜੀਆਂ ਮੱਝਾਂ ਹਰਾਤੀਆਂ ਮੇਲਿਆਂ ਜਾ ਕੇ ਤੇ ਉਹਦਾ ਨਾਮ ਵੀ ਫਿਰ ਪਿਆਰ ਦਾ ਬ ਉਹਦਾ ਹੁਣ ਮੰਨ ਲਓ ਗਰਮੀ ਦੇ ਵਿੱਚ ਕ੍ਰੋਸ ਮੈਂ ਕਰਵਾਈ ਨਹੀਂ ਮੈਂ ਕਿਹਾ ਯਾਰ ਮੇਲਾ ਨਗ ਜੂ ਮੈਂ ਦਸੰਬਰ ਚ ਇੱਕ ਸਾਲ ਬਾਦੋਂ ਕ੍ਰੋਸ ਕਰਵਾਈ ਹੈ ਜੀ ਹੁਣ ਉਹ 2 ਸਾਲਾਂ ਬਾਦੋਂ ਸੂਗ ਹੀ ਪਾਉਂਦੀ ਹੁਣ ਜਾ ਕੇ ਆਪਾਂ ਕੈਮਰੇ ਚ ਵਾਦੀਏ ਹੁਣ ਵੀ 9-10 ਕਿਲੋ ਦੁੱਧ ਹੈ ਜਿਹੜੀ ਨੀਲੀ ਰਾਵੀ ਦੀ ਰਫ਼ਤਾਰ ਉਹ ਦੁੱਧ ਦੀ ਜ਼ਿਆਦਾ ਹੈ ਜੇ 1.5-2 ਸਾਲਾਂ ਬਾਦੋਂ ਵੀ ਸੂਂਦੀ ਹੈ ਪਰ ਉਹ ਜੇ ਸੋਡੇ ਕੋਲੇ ਚੰਗੇ ਦੁੱਧ ਵਾਲੀ ਆ ਤਾਂ ਉਹ 10-12 ਕਿਲੋ ਦੁੱਧ ਅੰਡ ਤੱਕ ਦੇਂਦੇ ਹੀ ਰਹਿਣਾ ਠੀਕ ਹੈ ਤੇ ਜਿਹੜੀਆਂ ਮੂਰਾ ਮੂਰਾ ਮੱਝਾਂ ਜਦੋਂ ਮੰਨ ਲਓ ਸਾਨੂੰ ਉਹਨੂੰ ਉਹਨੂੰ 3 ਸਾਲ ਸਵਾ 3 ਸਾਲ ਹੋ ਗਿਆ 1.5 ਸਾਲ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਮਤਲਬ ਥੋੜੇ ਜਿਆਦੇ ਤੰਗ ਕਰਨਾ ਸਟਾਰਟ ਕਰ ਦਿੰਦੀਆਂ ਇਹ ਚੀਜ਼ਾਂ ਮੈਂ ਦੇਖੀਆਂ ਮੱਝਾਂ ਦਾ ਫਾਰਮ ਹੀ ਸੋਚਿਆ ਹੋਇਆ ਜਿਆ ਕੁਝ ਹੋਰ ਵੀ ਕਰਨਾ ਨਹੀਂ ਮੱਝਾਂ ਦੀ ਬਾਈ ਮੈਂ ਨਾਲ ਬੱਕਰੀਆਂ ਦਾ ਵੀ ਕਰਾਂਗੇ ਬੱਕਰੀਆਂ ਦਾ ਵੀ ਸੈਟਅਪ ਵਧੀਆ ਠੀਕ ਹੈ ਵੀ ਜੇ ਮੈਂ ਆਪਾਂ ਕਰਨਾ ਹੈ ਹਾਂ ਬੱਕਰੀਆਂ ਦਾ ਵੀ ਮੈਨੂੰ ਲੱਗਦਾ ਉਹੀ ਕੰਮਜਾਵਾ ਜੇ ਕੋਈ ਨਾਲ ਫੀਡ ਖਵਾਉਣ ਵਾਲਾ ਬੱਕਰੀਆਂ ਨੂੰ ਹੋਵੇ ਜੇ ਕੱਲੀਆਂ ਬੱਕਰੀਆਂ ਤੇ ਖਰਚਾ ਕਰਨਾ ਮੈਂ ਇਹ ਵੀ ਰਿਸਰਚ ਇੱਕ ਦਿਨ ਕੀਤੀ ਸੀ ਕਿ ਜੇ ਮੈਂ ਨਵੇਂ ਮੁੰਡੇ ਕਹਿੰਦੇ ਵੀ ਪਹਿਲੀ ਸ਼ੁਰ ਵੀ ਅੱਜ ਆਪਣੇ ਕੋਲੇ ਬੱਕਰੀਆਂ ਵੀ 50 ਉਹਨਾਂ ਨੂੰ ਜਿਹੜੀ ਫੀਡ ਆਵੇਂ ਮੈਂ ਸਾਲੀ ਚੱਕ ਕੇ ਪਾ ਦਿਆਂ ਜਾਨੀ ਕਿ ਪਾਉਂਦੀ ਉਹਨਾਂ ਬਾਤੇ ਸਪੈਸ਼ਲ ਬਣਾ ਲਈਏ ਵੀ ਇਹੀ ਉਹਨਾਂ ਨੂੰ ਖਵਾ ਦਨ ਜਾਨੀ ਕਿ ਮੈਂ ਉਹਨੂੰ ਪੱਲਿਓ ਨਾ ਖਵਾਵਾਂ ਤੇ ਜਿੱਦੇ ਉਹਨਾਂ ਦੇ ਬੱਚੇ ਵਿੱਚ ਲੱਖ 2 ਲੱਖ ਦੇ ਉਹ ਮੇਰੀ ਜੇਬ 'ਚ ਪੈ ਜਾਣ ਉਹ ਉਹਨੂੰ ਨਾਲ ਮੱਝਾਂ ਦੇ ਸਹਾਇਕ ਧੰਦਾ ਮੰਨ ਸਕਦੇ ਆ ਨਾਲ ਜਿਵੇਂ ਹੋਰ ਛੋਟੇ ਛੋਟੇ ਕੰਮ ਆ ਡਾਕ ਦਾ ਕੰਮ ਹੋ ਗਿਆ ਨਾਲ ਹਨਾ ਤਾਂ ਹੋਰ ਜਿਵੇਂ ਹੁਣ ਮੁਰਗੀਆਂ ਦਾ ਇੱਥੇ ਕਰਨਾ ਹੈ ਦੇਸੀ ਵੀ ਵਧੀਆ ਕੜਕਨਾਤ ਮਾਲਾ ਜੇ 100 ਮੁਰਗੀ ਪਾਲਾਂਗੇ ਨਾਲੇ ਖੁੱਲੀ ਇੱਥੇ ਫਿਰਦੀ ਰਹੂਗੀ ਨਾਲੇ ਉਹਨੇ ਆਂਡਾ ਦੇਣਾ ਨਾਲੇ 2 ਠੀਕ ਹੈ ਕਿਤੇ ਕੋਈ ਕੁੱਤੀ ਕਿਤੇ ਸਾਲ ਦੇ ਵਿੱਚ ਦੋ ਤਿੰਨ ਕੁੱਤੀਆਂ ਸੂਪੀਆਂ 1-2 ਲੱਖ ਰੁਪਏ ਦਾ ਕੰਮ ਉਹਨੇ ਕਰਤਾ ਜੀ ਐਦਾਂ ਬੰਦਾ ਵੀ ਕੰਮ ਵੱਧ ਵੱਧ ਕਰੇ ਹੈ ਜੀ ਤੈਨੂੰ ਕੋਈ ਪਾਗਲ ਨਹੀਂ ਕਹਨੇ ਨੀ ਕਹਿ ਤਾਂ ਦਿੰਦੇ ਜਨੂਨ ਹੁੰਦਾ ਜਿਹੜਾ ਜਨੂਨ ਹੁੰਦਾ ਜਨੂਨ ਦੇ ਵਿੱਚ ਹੁੰਦਾ ਉਹ ਪਹਿਲਾਂ ਪਹਿਲਾਂ ਕਹਿੰਦੇ ਹੁੰਦੇ ਸੀ ਜਦੋਂ ਜਿਹੜਾ ਟਾਈਮ ਹੁੰਦਾ ਸੀ ਨਾ ਨਹੀਂ ਨਹੀਂ ਇਹ ਪਿੰਦੀ ਰੀਲ ਬਣਾਉਂਦਾ ਗੱਲ ਛੜ ਪਿੰਦੀ ਵੀ ਰੀਲ ਬਣਾਉਂਦਾ ਨਹੀਂ ਫਿਰ ਹੁਣ ਸਾਰਿਆਂ ਨੂੰ ਵਿਸ਼ਵਾਸ ਹੋ ਗਿਆ ਨਾ ਜਿਹੜੇ ਹੁਣ ਆਪਾਂ ਨੂੰ ਦੇਖਣ ਵਾਲੇ ਜ਼ਿਆਦੇ ਸਾਰੇ ਜਾਣਦੇ ਉਹਨਾਂ ਨੂੰ ਵੀ ਪਤਾ ਹੈ ਵੀ ਜੇ ਅੱਜ ਤੱਕ ਜਿਹੜੀ ਗੱਲ ਇਹਨੇ ਕਹੇ ਤੀ ਉਹ ਕੀਤੀ ਹੈ ਠੀਕ ਹੈ ਮੈਂ ਸੱਚ ਵਿੱਚ ਯਕੀਨ ਬਣਾਇਆ ਜੇ ਮੈਂ ਉਹਨਾਂ ਨੂੰ ਲੋਕਾਂ ਨੂੰ ਆਖਿਆ ਵੀ ਮੇਰੀਆਂ ਝੋਟੀਆਂ 2.5 ਸਾਲਾਂ ਦਾ ਸੋਪੀਆਂ ਬਾਈ ਜੀ ਦੁੱਧ ਦਿੰਦੀਆਂ 15 ਕਿਲੋ ਤੋਂ ਲਾ ਕੇ 17.5 ਤੱਕ ਲੋਕਾਂ ਨੇ ਕੀ ਕੀਤਾ ਬ੍ਰੀਡਰਾਂ ਨੇ ਵੀ ਕਹਿੰਦੇ ਸਾਲਾਂ ਉਹ ਵੱਡਾ ਹੀ ਛੱਡ ਦਿੰਦਾ ਠੀਕ ਆ ਅੱਜ ਤੱਕ ਤਾਂ ਕਹਿੰਦੇ ਕਿਸੇ ਨੇ ਦੁੱਧ ਨਹੀਂ ਚਵਾਇਆ ਮੈਨੂੰ 2-4 ਬੰਦੇ ਨੇ ਦਾਤਾ ਮੈਨੂੰ ਕਹਿੰਦੇ ਨਹੀਂ ਯਾਰ ਇੰਨਾ ਦੁੱਧ ਕਿੱਥੋਂ ਆਣ ਗਿਆ ਆਪਾਂ ਸਦਕਾਲੇ ਨੂੰ ਫੋਨ ਮਾਰਿਆ ਵੀ ਭਾਈ ਆ ਜਾ ਠੀਕ ਆ ਉਹ ਆ ਗਿਆ ਮੇਰੇ ਚੈਨਲ ਆ ਗਿਆ ਆਪਾਂ ਲੈਬ ਵੀ ਕਰਤੀਆਂ ਵੀ ਚੱਕੋ ਤੇ ਲੋਕਾਂ ਨੂੰ ਹੈਰਾਨ ਇੱਕ ਗੱਲ ਹੋਰ ਲੈਵ ਸਾਰੇ ਤੋਂ ਵੱਡੀ ਲੈਵ ਵੀ ਮੈਂ ਚਲਾਈ ਸੀ ਲੋਕ ਤਿੰਨੇ ਡੰਗ ਚ ਬਾਉਂਦੇ ਸੀਗੇ ਝੋਟੀਆਂ ਦੀ ਕਿਸੇ ਨੇ ਨਹੀਂ ਚਲਾਈ ਸੀ ਮੈਥੋਂ ਪਹਿਲਾਂ ਆਪਾਂ ਵੀਰੇ ਚਲਾਦੀ ਤੜਕੇ ਵੀ ਆਥਰੇ ਵੀ ਤੜਕੇ ਵੀ ਲੋਕ ਉਹ ਦੇਖਣੋਂ ਹਟ ਗਏ ਅੱਕ ਗਏ 15 ਵੀ ਇਹ ਤਾਂ ਯਾਰ ਉੱਤੀ ਲਈ ਰੱਖਦਾ ਕੈਮਰੇ ਕੀ ਕਰੀਏ ਪਰ ਮੈਂ ਜਮਾਂ ਤਸੱਲੀਆਂ ਕਰਵਾਤੀਆਂ ਵੀ ਹੁਣ ਤਾਂ ਮੰਨਗੇ ਵੀ 2-3 ਦਿਨ ਜੇ ਮੈਂ ਖਰਾਕ ਵੱਧ ਪਾਉਂ ਦੋ-ਤਿੰਨ ਦਿਨ ਵੱਧ ਦੁੱਧ ਦੇਊਗੀ ਮੈਂ 14-14 ਟਾਈਮ ਕਰਵਾਤੀਆਂ ਸੀ ਸਾਰ-ਸਾਰ ਦਿਨ ਲੈਵ ਕਰਵਾਈਆਂ ਸਭ ਤੋਂ ਜ਼ਿਆਦੇ ਲੰਮੀਆਂ ਲੈਵਾਂ ਵੀ ਮੈਂ ਕਰਵਾਈਆਂ ਸਭ ਤੋਂ ਜ਼ਿਆਦੇ ਦੁੱਧ ਚਵਾਈ ਦੇ ਜਿਹੜੇ ਮੇਰੇ ਫਾਰਮ ਦੇ ਰਿਕਾਰਡ ਆ ਲੈਵ ਦੇ ਠੀਕ ਹੈ ਤੇ ਮੈਂ ਲੋਕਾਂ ਨੂੰ ਜੇ ਦਿਖਾਤੀ ਫਿਰ ਉਦੋਂ ਬਾਅਦ ਮੈਂ ਦਿਖਾਇਆ ਵੀ ਜੀ ਆ ਛੋਟੀ ਬਿੱਲੋ ਇੰਨਾ ਦੁੱਧ ਦਿੰਦੀ ਆ ਕਹਿੰਦੇ ਗੱਪ ਮੈਂ ਉਹ ਵੀ ਮੇਲੇ ਤੇ ਵੀ ਜਿਤਾ ਲਿਆਂਦੀ ਦੁੱਧ ਚਵਾਈ ਵੀ ਵੱਡਾਂ ਮੱਜਾਂ 'ਚ ਵੀ ਨਿਕਜੀ ਦੋ ਦੰਦ ਛੋਟੇ ਫਿਰ ਉੱਥੇ ਲੋਕ ਕਹਿੰਦੇ ਵੀ ਬਾਕੀ ਫਿਰ ਉਹਦਾ ਵੀ ਮੈਂ ਬਣਾਇਆ ਇੰਡੀਆ ਦਾ ਰਿਕਾਰਡ ਅਜੇ ਤੱਕ ਨਾ ਰਿਕਾਰਡ ਛੇਤੀ ਕੋਈ ਤੋੜੇ ਨੀਲੀ ਰਾਵੀ ਦਾ ਤੇ ਨਾ ਹੀ ਸੇ ਤੋਂ ਟੁੱਟਣਾ ਹਾਂ ਇੱਕ ਇੱਕ 'ਚ ਤੋੜ ਦੂ ਬਿਊਟੀ ਕੰਪੀਟੀਸ਼ਨ ਜਿੱਤਦੀ ਦੋ ਦੰਦ ਤਾਂ ਦੁੱਧ ਦਾਣੀ ਨਾਲ ਤੋੜ ਸਕਦੀ ਜੇ ਕੋਈ ਦੁੱਧ ਚਵਾਈ ਦੀ ਦੋ ਦੰਦ ਜਿੱਤ ਜੂ ਤਾਂ ਨਾਲ ਬਿਊਟੀ ਦਾਣੀ ਜੋੜ ਸਕਦੀ ਬਿੱਲ ਤੇ ਨਾਲੇ ਦੁੱਧ ਚਵਾਈ ਕਰੇ ਕਰਾ ਕੇ ਗਈ ਦੂਜੇ ਸਾਲ ਗਈ ਤੀਜੇ ਨੰਬਰ ਤੇ ਦੁੱਧ ਚਵਾਈ ਚਾਈ ਤੇ ਨਾਲੇ ਦੂਜੇ ਨੰਬਰ ਤੇ ਬਰੀਡ ਦੇ ਵਿੱਚ ਆਈ ਬਿਨਾ ਏਖੜਦੋਂ ਐ ਕਈ ਮੈਛਾਂ ਦੇ ਡਬਲ ਡਬਲ ਰਿਕਾਰਡ ਬਣਾਏ ਹੋਏ ਆ ਤੇ ਉਹ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਵੀ ਦਾਤਾ ਇਦਾਂ ਹੀ ਰੱਖੀ ਕੋਈ ਕਹਿੰਦੇ ਹੁੰਦਾ ਜਿਹੜਾ ਬੰਦਾ ਗਾਹਾਂ ਪਾ ਦਿਆ ਇਹ ਚੀਜ਼ ਸ਼ੇਅਰ ਕਰਨ ਦੇ ਨਾਲ ਹੀ ਜ਼ਿਆਦਾ ਵੱਧਦੀ ਹੈ ਜੇ ਆਪਾਂ ਗਾਹਾਂ ਕੇ ਇਹਨੂੰ ਦੱਸੀ ਜਾਵਾਂਗੇ ਤਾਂ ਉਹ ਪਰਮਾਤਮਾ ਕਨੂੰ ਆਪਾਂ ਨੂੰ ਗਿਆਨ ਹੋਈ ਚੱਲੂ ਜੇ ਤੁਸੀਂ ਕੋਈ ਵੀ ਗਿਆਨ ਲੁਕੋ ਕੇ ਰੱਖੋਗੇ ਤੁਹਾਡੇ ਅੰਦਰ ਉਹ ਇੱਕ ਦਿਨ ਗਿਆਨ ਖਤਮ ਹੁੰਦਾ ਜਿ ਤੁਰਿਆ ਜਾਊਗਾ ਤੁਹਾਡੇ ਦਿਮਾਗ ਚੋਂ ਆਪ ਹੀ ਗ ਠੀਕ ਹੈ ਤੇ ਜਿੰਨਾ ਤੁਸੀਂ ਵੰਡੋਗੇ ਉਹ ਵੱਧਦੇ ਤੁਰਿਆ ਜਾਣਾ ਜੀ ਬਿਮਾਰੀਆਂ ਡਾਕਟਰ ਤੋਂ ਇਲਾਜ ਕਰਾਉਣੇ ਹੋ ਜਾਂ ਹੁਣ ਸਿੱਖ ਗਏ ਇਹ ਵੀ ਮੈਂ ਤੁਹਾਨੂੰ ਗੱਲ ਦੱਸਾਂ ਟੀਕਾ ਲਾ ਲੈਣਾ ਆਪ ਨਹੀਂ ਮੈਂ ਕੋਈ ਟੀਕਾ ਨਹੀਂ ਲਾਉਂਦਾ ਪਰ ਮੈਥੋਂ ਇੰਨਾ ਕੁ ਮੁਹੱਬਤ ਦਾ ਨਾਮ ਮੈਥੋਂ ਕੋਈ ਡਾਕਟਰ ਪੈਸੇ ਲੈਂਦਾ ਨਾ ਕੋਈ ਝੋਟੇ ਵਾਲਾ ਟੀਕਿਆਂ ਦੇ ਪੈਸੇ ਲੈਂਦਾ ਨਾ ਮੈਥੋਂ ਕੋਈ ਦਵਾਈਆਂ ਵਾਲਾ ਪੈਸੇ ਲੈਂਦਾ ਮੈਨੂੰ ਇਹ ਚੀਜ਼ਾਂ ਮੈਨੂੰ ਸਹੂਲਤਾਂ ਸਭ ਤੋਂ ਪਹਿਲਾਂ ਜਦੋਂ ਮੇਰਾ ਨਾਮ ਬਣ ਗਿਆ ਹਰ ਇੱਕ ਬੰਦੇ ਨੂੰ ਐ ਤਾਂ ਮਨ ਆਉਂਦੇ ਝੋਟੇ ਵਾਲ ਨੂੰ ਤਾਂ ਮਨ ਆਉਂਦੀ ਆ ਵੀ ਪਿੰਦੀ ਮੇਰੇ ਝੋਟੇ ਦਾ ਸੀਮਾ ਲਾ ਦੇ ਵੀ ਮੈਂ ਕਹਿੰਦਾ ਠੀਕ ਹੈ ਜੀ ਤੇ ਡਾਕਟਰ ਨੂੰ ਆਇਆ ਹੁੰਦਾ ਵੀ ਪਿੰਦੀ ਦੀਆਂ ਮੈਂ ਮੈਸਾਂ ਗੱਬਨ ਕਰਵਾ ਦਿਆਂ ਬਸ ਇਹ ਸਾਰਿਆਂ ਨੂੰ ਚਾਈ ਜੜਾ ਰਹਿਦਾ ਮੇਰੇ ਫਾਰਮ ਦਾ ਤਾਂ ਸੱਚੀ ਮਿੱੱਚੀ ਇਹ ਯਾਰਾਂ ਦੀ ਸਰਤੀ ਹੈ ਮੈਂ ਦਾ ਤਾਂ ਮੈਂ ਲੋਕਾਂ ਨੂੰ ਕਹਿਣਾ ਹੁੰਦਾ ਸੀ ਵੀ ਪੈਸੇ ਮੈਂ ਕਰਨਾ ਭਜੋ ਤੁਸੀਂ ਜਾ ਰੀਆਂ ਕਮਾ ਲਓ ਜਾ ਰੀਆਂ ਕਮਾਵੋਗੇ ਪੈਸਾ ਸੋਡੇ ਮੰਗਰਾਊਗਾ ਭਾਈ ਜੀ ਇਹ ਪੈਸੇ ਹੀ ਹੈ ਠੀਕ ਹੈ ਜੀ ਡਾਕਟਰ ਆ ਕੇ ਮੇਰੇ ਤੋਂ ਪੈਸੇ ਨਹੀਂ ਲੈਂਦਾ ਹੁਣ ਸਾਲ ਦਾ ਮੇਰਾ 1 ਲੱਖ ਡੇਢ ਲੱਖ ਦਾ ਖਰਚ ਆਉ ਮੇਰਾ ਫ੍ਰੀ ਹੋ ਜਾਂਦਾ ਦਵਾਈਆਂ ਦਾ 1.5 ਤੋਂ 2 ਲੱਖ ਰੁਪਏ ਖਰਚਾ ਆਉਂਦਾ ਜੀ ਪਾਊਡਰਾਂ ਪਾਊਡਰਾਂ ਦਾ ਮਹਲ ਲੇਢ 50 ਹਜ਼ਾਰੀ ਲਾਓ ਮੈਨੂੰ ਟੀਕੇ ਲੋਕਾਂ ਨੂੰ 1000 ਰੁਪਏ ਦਾ ਟੀਕਾ ਮਿਲਦਾ ਮੈਨੂੰ ਉਹ ਵੀ ਫ੍ਰੀ ਮੈਲ ਦਾ ਲੋਕਾਂ ਨੂੰ 500 ਦਾ ਮਿਲਦਾ ਮੈਨੂੰ ਉਹ ਵੀ ਫ੍ਰੀ ਮੈਲ ਦਾ ਜਿਹੜੇ ਮਰਜੀ ਝੋਟੇ ਦਾ ਟੀਕਾ ਪਰ ਆਲਾ ਸਭ ਤੋਂ ਚੰਗੇ ਤੇ ਮਹਿੰਗੇ ਝੋਟੇ ਇੰਪੋਰਟ ਤੇ ਕਦੇ ਸਭ ਤੋਂ ਮਹਿੰਗੇ ਸੀਮਨ ਵੀ ਆਪਣੇ ਕੋਲ ਹੀ ਪਏ ਆ ਮੇਰੇ ਕੋਲ ਇੱਕ ਸਿਲੰਡਰ ਦੇ ਵਿੱਚ ਹੀ ਘਟੋ ਘਟ 15 ਲੱਖ ਰੁਪਏ ਦਾ ਸੀਮਨ ਪਿਆ ਹੋਊਗਾ ਤੇ ਉਹ ਸਾਰਾ ਫ੍ਰੀ ਹੈ ਜੀ ਕੋਈ ਕੋਈ ਪੈਸਾ ਨਹੀਂ ਕਦੇ ਇਹ ਜਾਰੀਆਂ ਨੇ ਕੰਮ ਕੀਤਾ ਦੇਖੋ ਜਾਰੀਆਂ ਬਣਾਈਆਂ ਤਾਂ ਪੈਂਸਾ ਉਹਨਾਂ ਨੇ ਆਪੇ ਫ੍ਰੀ ਕਰਤਾ ਵੀ ਚੱਕ ਜਰ ਭਰਾਈ ਚੱਲ ਲੋਕਾਂ ਨੇ ਟੈਂਸ਼ਨ ਹੁੰਦੀ ਇੱਕ ਵਾਰੀ ਚੰਗਾ ਟੀਕਾ ਭਰਾ ਕੇ ਦੂਜੀ ਵਾਰ ਭਰਉਂਦੇ ਨਹੀਂ ਆਪਾਂ ਮੰਦੀ 10 ਭਰਾ ਦਈਏ ਰਹਿੰਦੀਆਂ ਅਗਲੀ ਵਾਰ ਰੇਪ ਕੋਈ ਗੱਲ ਨਹੀਂ ਕਿਉਂਕਿ ਟੀਕਾ ਵੀ ਸਾਰਾ ਪਿਆਗ ਆਪਣੇ ਕੋਲੇ ਠੀਕ ਆ ਹੁਣ ਦਵਾਈ ਗਏ ਸੀਗੇ ਬਾਈ ਨੇ ਬੈਠੇ ਨੇ ਬੈਠਨੇ ਅਮਰੀਕਾ ਗੁਰਜਾਂਟ ਨੇ ਪਹਿਲਾਂ ਕਹਿੰਦਾ ਯਾਰ ਆਦਾ ਤੋਰੇ ਪਾਸਪੋਰਟ ਤੋਰਦਾ ਵੀਜੇ ਜੇ ਲਵਾਤੇ ਕਈ ਦੇਸ਼ਾਂ ਦੇ ਲਵਾ ਕੇ ਕਹਿੰਦਾ ਯਾਰ ਮੈਂ ਟਿਕਟਾਂ ਕਰਾਤੀਆਂ ਦੁਬਈ ਦੀਆਂ ਕਹਿੰਦਾ ਆ ਜਾਓ ਉੱਥੇ ਗਏ ਬਾਈ ਜੀ ਟਾਈਮ ਮੰਨ ਲਓ ਵੀ ਸਾਡੇ ਦੇ 6 ਦਿਨਾਂ ਦੇ ਵਿੱਚ ਉਹਨੇ 9-10 ਲੱਖ ਰ ਕੀ ਦੀ ਘਤਰ ਲਾਇਆ ਜੇ ਅੱਜ ਅਸੀਂ ਆਪਦੇ ਜੇਬ ਚੋਂ ਲੈ ਕੇ ਜਾਂਦੇ ਜੇ ਜਾਰੀ ਨਾ ਹੁੰਦੀ ਮੈਂ ਆਪਦੇ ਪੈਸੇ ਖਰਚ ਕਿਉਂਨੇ ਸੀ ਤੇ ਅੱਜ ਬਾਈ ਜੀ ਹੁਣੇ ਮੈਨੂੰ 10 ਰੁਪਏ ਦੀ ਚੀਜ਼ ਵੀ ਨਹੀਂ ਲੈਣ ਦਿੱਤੀ ਘਰ ਵਾਸਤੇ ਵੀ ਨਹੀਂ ਲੈਣ ਦਿੱਤੀ ਕੋਈ ਚੀਜ਼ ਉਹ ਵੀ ਸਾਰਾ ਕੁਝ ਜਾਨੀ ਕਿ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਹੀ ਨਹੀਂ ਸੀ ਉਹ ਵੀ ਆਪ ਹੀ ਲੈ ਲੂ ਕੇ ਪੈਕ ਕਰਤੀਆਂ ਸੀਗਾ ਇਸ ਦਾ ਕੁਝ ਮੱਝਾ ਕਰਕੇ ਸਾਰਾ ਕੁਝ ਮੱਝਾ ਕਰਕੇ ਬਾਈ ਜੀ ਸਭ ਤੋਂ ਮਹਿੰਗੇ ਪਰਫਿਊਮ ਜਿਹੜੇ ਮੈਂ ਕਦੇ ਸੋਚੇ ਨਹੀਂ ਸੀ ਉਹ ਵੀ ਮੈਨੂੰ ਬਾਹਰੋਂ ਯਾਰ ਦੋਤ ਗਿਫਟ ਭੇਜਦੇ ਆ ਠੀਕ ਹੈ ਜੀ ਜਿਹੜੇ ਗੁੱਚੀ ਵਗੈਰਾ ਕੁਝ ਮੈਂ ਤਾਂ ਨਾਂ ਵੀ ਨਹੀਂ ਹੁੰਦੇ ਗੈ ਤਾਂ ਉਹਨੇ ਗਰਦਿਤ ਨੇ ਉਧਰੋਂ ਆਸਟ੍ਰੇਲੀਆ ਦੇ ਵਿੱਚੋਂ ਮਤਲਬ ਮੇਰੀ ਵੈਬ ਵਾਸਤੇ ਉਹਦੇ ਘਰ ਵਾਲੀ ਵਧੀਆ ਬ੍ਰਾਂਡ ਦਾ ਪਰਸ ਲੈ ਕੇ ਗੈਸ ਦਾ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਵਾਸਤੇ ਆਲੰਬਾਤ ਤੇ ਪੀਉਮਾ ਦੇ ਬੂਟ ਠੀਕ ਹੈ ਮਗਰਲੀ ਵਾਰ ਸਾਲ ਦੇ ਵਿੱਚ ਉਦੋਂ ਅਮਰੀਕਾ ਦੇ ਉੱਤੋਂ ਵੀਰਪਾਲ ਨੇ ਦੋ ਫੋਨ ਭੇਜੇ ਆਈਫੋਨ ਇੱਕ ਵੱਡਾ ਇੱਕ ਟੀਵੀ ਵਾਲਾ ਫੋਨ ਆਲ ਮੋਦੀਪ ਕੋਲੇ ਜਿਹੜਾ ਪੌਣੇ 2 ਲੱਖ ਰੁਪਏ ਦਾ 2 ਲੱਖ ਦਾ ਹੁੰਦਾ ਸੀ ਆਈਫੋਨ ਉਹ ਉਹ ਬੇਟੇ ਕੋਲੇ ਆ ਠੀਕ ਹੈ ਤਾ ਮਤਲਬ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਕਹਿੰਦੇ ਹੁੰਦਾ ਜੇ ਤੁਸੀਂ ਜਾ ਰਹਿਆਂ ਪਾਵੋਗੇ ਨਾ ਤੁਹਾਨੂੰ ਆਟੋਮੈਟਿਕ ਹੀ ਮਿਲਦੀਆਂ ਰਹਿਣੀਆਂ ਤੋਫੇ ਤੋਫੇ ਵੀ ਤਾਂ ਮਿਲਣਗੇ ਜੇ ਤੁਸੀਂ ਸੱਚੇ ਹੋਵੋਗੇ ਤਾਂ ਜਿਹੜਾ ਲੁੱਚਾ ਪੰਦਾ ਹੁੰਦਾ ਉਹਨੂੰ ਇੱਕ ਅੱਧੇ ਸਾਲ ਤੱਕ ਲੱਗਦਾ ਹੁੰਦਾ ਸਾਰਿਆਂ ਨੂੰ ਵਧੀਆ ਤੇ ਆਟੋਮੈਟਿਕ ਹੀ ਵਧੀਆ ਲੱਗਣ ਨੂੰ ਹਟ ਜਾਂਦੇ ਹਨ ਤਾਂ ਸੱਚਾਈ ਹਮੇਸ਼ਾ ਨਾ ਰਹਿਣੀ ਹੈ ਬਾਈ ਬੰਦਾ ਜੇ ਮਰ ਵੀ ਜਾਵੇ ਤਾਂ ਉਹਦੀ ਸੱਚਾਈ ਨਾ ਰਹੂਗੀ ਹਨਾ ਇੱਕ ਦਿਨ ਉਹਦੀ ਸੱਚਾਈ ਮੂਰੇ ਆਊਗੀ ਆਊਗੀ ਭਾਵੇਂ ਅੱਜ ਕੋਈ ਸੱਚ ਜਾਣੇ ਨਾ ਜਾਣੇ ਪਰ ਇੱਕ ਦਿਨ ਲੋਕਾਂ ਨੂੰ ਅੱਜ ਵੀ ਹੈਗਾ ਬਤੇਰੇ ਬੰਦੇ ਔਖੇ ਵੀ ਹੈਗੇ ਯਾਰ ਦੋਸਤਾਂ ਦੇ ਜਿਹੜੇ ਦ ਕਿਸੇ ਲੋਟ ਕੁੰਡੀ ਅੜਦੀ ਨਹੀਂ ਮੱਝ ਵੀ ਇੱਕ ਦਿਨ ਗਰੁੱਪ ਦੇ ਵਿੱਚ ਐ ਗੱਲਾਂ ਚੱਲਣ ਲੱਗ ਜੇ ਉਹ ਦੂਜਾ ਯਾਰ ਦੋ ਤਾਂ ਦੱਸਣ ਲੱਗ ਗਿਆ ਉਹ ਜੇ ਮੈਂ ਆਪਾਂ ਨਹੀਂ ਚਾੜ ਕਰਦੇ ਹੁੰਦੇ ਕਹਿੰਦਾ ਤੂੰ ਇਹਦੇ ਮੂਰੇ ਤੈਨੂੰ ਬੜਾ ਛੇੜਦਾ ਕਹਿੰਦਾ ਤੂੰ ਇਹਦੇ ਮੂਰੇ ਬੋਲਦਾ ਨਹੀਂ ਕਹਿੰਦਾ ਕਾਣਾ-ਕੂਣਾ ਦਾ ਨਹੀਂ ਉਹ ਮੈਂ ਕਹਾਂ ਜਿੱਦੈ ਅਸੀਂ ਕਾਣੇ ਹੋਗੇ ਨਾ ਪਾਉਂਦੀ ਯਾਰ ਮੂਰੇ ਹੋਗੇ ਮੈਂ ਕਹਾਂ ਅਸੀਂ ਧੌਂ ਲਾ ਦਾਂਗੇ ਇਹੀ ਤਾਂ ਜ਼ਿੰਦਗੀ ਚ ਸੂ ਰੱਖਿਆ ਨਾ ਕਾਣੇ ਹੋਣਾ ਨਾ ਗਲਤ ਕੰਮ ਕਰਨਾ ਨਾ ਕਰਨ ਦੇਣਾ ਤੇ ਨਾ ਹੀ ਅਸੀਂ ਕਾਣੇ ਹੋਣਾ ਨਾ ਹੀ ਝੋਕਣਾ ਜੇ ਅਸੀਂ ਕਾਣੇ ਹੋਵਾਂਗੇ ਗਲਤ ਕੰਮ ਕਰਾਂਗੇ ਝੋਕਾਂਗੇ ਤਾਂ ਮੈਂ ਕਹਿੰਦਾ ਸੀ ਤਾਂ ਉਹਨਾਂ ਹੀ ਰੱਖਣੀ ਆ ਗਲਤ ਕੰਮ ਕਰਨ ਵਾਲੇ ਲੋਕਾਂ ਨੂੰ ਐਦਾਂ ਹੀ ਦੱਸਦੇ ਰਹਿਣਾ ਜਿਹੜਾ ਬੰਦਾ ਸਹੀ ਰਾਏ ਮੰਗਦਾ ਉਹਨੂੰ ਸਹੀ ਦੱਸੀ ਦੀਆਂ ਜਿੱਦਾਂ ਦਾ ਬੰਦਾ ਆਪ ਵਰਤਦਾ ਉਦਾਂ ਦੇ ਨਾਲ ਵਰਤ ਲਈਦਾ ਬਈ ਪਿੰਦੂ ਸੁਦੂਨੀਆ ਗੱਲਾਂ ਬਹੁਤਾਂ ਨੂੰ ਇਹ ਲੋਕ ਸੋਚਣਗੇ ਕਿ ਪਿੰਦੀ ਬਹੁਤ ਗੱਲਾਂ ਕਰਦਾ ਪਰ ਜਦੋਂ ਕੋਈ ਇਨਸਾਨ ਤਯਰ ਬੇਕਾਰ ਹੋ ਜਾਂਦਾ ਜਦੋਂ ਕੋਈ ਕਿਸੇ ਕੰਮ ਨੂੰ ਬੰਦਾ ਜਨੂਨ ਨਾਲ ਕਰਦਾ ਹੈ ਪਾਗਲਪਨ ਨਾਲ ਕਰਦਾ ਹੈ ਤੇ ਉਹ ਬੰਦਾ ਜਦੋਂ ਕਾਮਯਾਬ ਹੁੰਦਾ ਹੈ ਤਾਂ ਬਹੁਤੇ ਬੰਦੇ ਤਾਂ ਇਹ ਸੋਚ ਲੈਂਦੇ ਨੇ ਕਿ ਯਾਰ ਛੱਡ ਚੁੱਪ ਰਹਿਣਾ ਬेटर ਆ ਆਪਾਂ ਕਿਸੇ ਨੂੰ ਕੀ ਦੱਸਣਾ ਪਰ ਪਿੰਦੀ ਸਿੱਧੇ ਹੀ ਇਸੇ ਇਹ ਗੱਲ ਆਈ ਹੈ ਕਿ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਆਓ ਡੇਰੀ ਫਾਰਮ ਕਰੀਏ ਆਓ ਛਪੜਾਂ ਦੇ ਆਲੇ ਦੁਆਲੇ ਜਿਹੜੇ ਝੁੰਡ ਦੇ ਲੋਕਾਂ ਦੀ ਮਹਿਫਲ ਲੱਗਦੇ ਸੀ ਮੱਝਾਂ ਦੇ ਝੁੰਡ ਛਪੜਾਂ ਜਾਂਦੇ ਸੀ ਉਹ ਝੁੰਡ ਦੁਆਰੇ ਦੇਖਣਾ ਚਾਹੁੰਦਾ ਹੈ ਪਿੰਦੀ ਆਪਣੀ ਐਸੋਸੀਏਸ਼ਨ ਦੇ ਜ਼ਰੀਏ ਨੌਜਵਾਨਾਂ ਨੂੰ ਇਸ ਕਿੱਤੇ ਨਾਲ ਜੋੜ ਰਿਹਾ ਹੈ ਇਹ ਪਿੰਦੀ ਦੀ ਪ੍ਰਾਪਤੀ ਹੈ ਜੇ ਤੁਹਾਨੂੰ ਵੀ ਲੱਗਦਾ ਕਿ ਪਿੰਦੀ ਦੇ ਤਜਰਬੇ ਤੋਂ ਅਸੀਂ ਕੁਝ ਸਿੱਖੀਏ ਖੂਬਸੂਰਤ ਗੱਲ ਹੈ ਕਿ ਵਿਦੇਸ਼ਾਂ ਨੂੰ ਜਾਜ ਦੀ ਟਾਕੀ ਨੂੰ ਪੜਨ ਦਾ ਜਿਹੜਾ ਚਾ ਉਹ ਨੌਜਵਾਨ ਪੀੜੀ ਨੂੰ ਪਿੰਦੀ ਦੱਸ ਰਿਹਾ ਹੈ ਕਿ ਸਾਡੀ ਮਿੱਟੀ ਸਾਡੀ ਧਰਤੀ ਸੋਨਾ ਪੈਦਾ ਕਰਦੀ ਹੈ ਇੱਥੇ ਰਹਿ ਕੇ ਅਸੀਂ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਆਪਣੇ ਘਰ ਦਾ ਭਵਿੱਖ ਤੈਅ ਕਰ ਸਕਦੇ ਹਾਂ ਇਹ ਪਿੰਦੀ ਸਦੂ ਦੀ ਜ਼ਿੰਦਗੀ ਦਾ ਸੱਚ ਹੈ ਸੋ ਪਿੰਦੀ ਸਦੂ ਨੂੰ ਮੁਬਾਰਕਬਾਦ ਕਹਿੰਦੇ ਹੋਏ ਦੁਆ ਕਰਦੇ ਹਾਂ ਕਿ ਪਿੰਦੀ ਸਦੂ ਦਾ ਇਹ ਫਾਰਮ ਚੜ੍ਹਦੀ ਕਲਾ 'ਚ ਰਹੇ ਤਰੱਕੀਆਂ ਕਰੇ ਜੁੜੇ ਰਹੋ ਸਰਲੇਖ ਦੇ ਨਾਲ